ਸਾਂਝੇ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਨੂੰ ਤੁਹਾਨੂੰ ਬਿਜ਼ਨਸ ਕਨੈਕਟ ਵਿੱਚ ਮੇਰਾ ਤੁਹਾਡੇ ਨਾਲ ਸਾਥ ਹਰ ਵੀਰਵਾਰ 4 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਿਜ਼ਨਸ ਕਮਿਊਨਿਟੀ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਜਾਂ ਜਿਹੜੇ ਇਵੈਂਟ ਲੋਕ ਭਲਾਈ ਦੇ ਹੋ ਰਹੇ ਆ ਉਹਨਾਂ ਦੀ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਤੁਹਾਨੂੰ ਜਾਣਕਾਰੀ ਮਿਲ ਸਕੇ ਤੁਸੀਂ ਜਾਣਦੇ ਹੋ ਕਿ ਕੈਨੇਡਾ ਡੇ ਆਉਣ ਵਾਲਾ ਜੁਲਾਈ ਦਾ ਲੌਂਗ ਵੀਕਐਂਡ ਹੁੰਦਾ ਸਾਰੇ ਉਡੀਕਦੇ ਆ ਪਰਿਵਾਰ ਪਰ ਕਮਿਊਨਿਟੀ ਦੀਆਂ ਕਹਿੰਦੇ ਕੁਝ ਚੰਦ ਕੁ ਸੰਸਥਾਵਾਂ ਜਿਹੜੀਆਂ ਹਮੇਸ਼ਾ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਈਚਾਰੇ ਦੇ ਵਿੱਚ ਨਵੇਂ ਆਏ ਪਰਿਵਾਰਾਂ ਦਾ ਇੰਟਰਨੈਸ਼ਨਲ ਸਟੂਡੈਂਟਸ ਦਾ ਤੇ ਹੋਰ ਪੂਰੀ ਦੁਨੀਆ ਦੇ ਵਿੱਚ ਕੋਈ ਕਮਿਊਨਿਟੀ ਕਿਸੇ ਵੀ ਨੇਸ਼ਨ ਦਾ ਇਨਸਾਨ ਹੋਵੇ ਹਰ ਇੱਕ ਦੀ ਮਦਦ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਤੁਸੀਂ ਜਾਣਦੇ ਹੋ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਸਾਂਝਾ ਟੀਵੀ ਇੱਕ ਕਮਿਊਨਿਟੀ ਦਾ ਟੈਲੀਵਿਜ਼ਨ ਆ ਤੇ ਕਮਿਊਨਿਟੀ ਦੇ ਕੰਮਾਂ ਵਿੱਚ ਹਮੇਸ਼ਾ ਅਸੀਂ ਅੱਗੇ ਵਧ ਕੇ ਆਉਂਦੇ ਆ ਕਿਤੇ ਕੋਈ ਫੰਡਰੇਜ਼ਿੰਗ ਹੋਵੇ ਕੋਈ ਚੈਰਿਟੀ ਦਾ ਕੰਮ ਹੋਵੇ ਜਾਂ ਕੋਈ ਸੁਨੇਹਾ ਕਮਿਊਨਿਟੀ ਤੱਕ ਲੈ ਕੇ ਜਾਣਾ ਹੋਵੇ ਤੇ ਅਸੀਂ ਆਪਣੇ ਆਪ ਨੂੰ ਬੜੇ ਭਾਗਾਸ਼ਾਲੀ ਸਮਝਦੇ ਆ ਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਅੱਗੇ ਹੋ ਕੇ ਕਮਿਊਨਿਟੀ ਦੇ ਨਾਲ ਤੁਰਦੇ ਆ ਤੁਸੀਂ ਜਾਣਦੇ ਹੋ ਕਿ ਅਸੀਂ ਜਦੋਂ ਗੱਲ ਕਰਦੇ ਆ ਨਾ ਕਿ ਬਾਬਾ ਨਾਨਕ ਸਾਡਾ 13 ਹੀ 13 ਤੋਲਦਾ ਤੇ ਫਿਰ ਜਦੋਂ ਅਸੀਂ ਬਾਬੇ ਨਾਨਕ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਆ ਉਹਦੇ ਸਿਧਾਂਤਾਂ ਨੂੰ ਫਾਲੋ ਕਰਦੇ ਆ ਬੇਸ਼ੱਕ ਅਸੀਂ ਆਪਣੇ ਮੁਲਕ ਚ ਆ ਜਾਂ ਜਿਵੇਂ ਬਾਹਰਲੇ ਮੁਲਕਾਂ ਚ ਆ ਅਸੀਂ ਉਸ ਆਪਣੀਆਂ ਪਾਈਆਂ ਹੋਈਆਂ ਬਾਬੇ ਨਾਨਕ ਦੀਆਂ ਪਿਰਤਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਕਰਦੇ ਆ ਹੀ ਅਸੀਂ ਕਮਿਊਨਿਟੀ ਦੇ ਲਈ ਕੁਝ ਇਹੋ ਜਿਹਾ ਉਲੀਕ ਦਿੰਦੇ ਆ ਪੂਰੀ ਕਮਿਊਨਿਟੀ ਰਲ ਕੇ ਤੇ ਫੇ ਕਮਿਊਨਿਟੀ ਹੀ ਉਹਦੀ ਜ਼ਿੰਮੇਵਾਰੀ ਚੁੱਕ ਲੈਂਦੀ ਆ ਕਿ ਇਹਨੂੰ ਅੱਗੇ ਫਿਊਚਰ ਦੇ ਵਿੱਚ ਕਿਵੇਂ ਲੈ ਕੇ ਜਾਣਾ ਤੁਸੀਂ ਜਾਣਦੇ ਹੋ ਗੁਰਨਾਨਕ ਫੂਡ ਬੈਂਕ ਗੁਰਨਾਨਕ ਮੋਦੀ ਖਾਨਾ ਜਿਸ ਦੀ ਸ਼ੁਰੂਆਤ ਵੀ ਕੈਨੇਡਾ ਡੇ ਵਾਲੇ ਦਿਨ ਹੋਈ ਸੀ ਦੋ ਵਰੇ ਪੂਰੇ ਕਰ ਲਏ ਆ ਤੇ ਨਵੀਂ ਲੋਕੇਸ਼ਨ ਐਬਸਫੋਰਡ ਦੇ ਵਿੱਚ ਵੀ ਖੋਲ ਦਿੱਤੀ ਆ ਫਰਨੀਚਰ ਲੈਂਡ ਦੀ ਬਿਲਡਿੰਗ ਦੇ ਬੈਕ ਸਾਈਡ ਦੇ ਉੱਤੇ ਉਹਦਾ ਪੂਰਾ ਪਤਾ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਫੂਡ ਬੈਂਕ ਤੋਂ ਸਿਰਫ ਪੰਜਾਬੀਆਂ ਦੀ ਫੂਡ ਬੈਂਕ ਨਹੀਂ ਐ ਸਿੱਖਾਂ ਦੀ ਪਹਿਲੀ ਫੂਡ ਬੈਂਕ ਐ ਪਰ ਇੱਥੋਂ ਹਰ ਨੇਸ਼ਨ ਦਾ ਇਨਸਾਨ ਆ ਕੇ ਆਪਣੀ ਜ਼ਰੂਰਤ ਦਾ ਸਮਾਨ ਲੈ ਕੇ ਜਾਂਦਾ ਤੇ ਇਹ ਸਮਾਨ ਆਉਂਦਾ ਕਿੱਥੋਂ ਆ ਇਹ ਤੁਹਾਡੇ ਕੱਢੇ ਹੋਏ ਦਸਵੰਦ ਚੋਂ ਆਉਂਦਾ ਆ ਜਦੋਂ ਕਮਿਊਨਿਟੀ ਆਪਣਾ ਫਰਜ਼ ਨਿਭਾਉਂਦੀ ਆ ਤੇ ਜਿਹੜੀਆਂ ਧਾਰਮਿਕ ਸੰਸਥਾਵਾਂ ਆਪਣਾ ਫਰਜ ਨਿਭਾਉਂਦੀਆਂ ਤੁਸੀਂ ਜਾਣਦੇ ਹੋ ਸਰੀ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਵਾਕਿਆਈ ਜਿੱਥੇ ਜਾ ਕੇ ਹਰ ਇਨਸਾਨ ਦੇ ਦੁੱਖ ਤਕਲੀਫਾਂ ਦੂਰ ਹੁੰਦੀਆਂ ਜਿੱਥੇ ਜਾ ਕੇ ਉਹ ਆਪਣੇ ਬਾਬੇ ਨਾਨਕ ਦੇ ਘਰ ਜਾ ਕੇ ਕੁਝ ਮੰਗ ਸਕਦੇ ਆ ਕਿਉਂਕਿ ਉਹਦੇ ਦਰ ਤੋਂ ਮੰਗਣਾ ਸਾਡਾ ਹੱਕ ਆ ਉਹੀ ਸਾਨੂੰ ਸਾਰਾ ਕੁਝ ਦਿੰਦਾ ਆ ਸੋ ਅੱਜ ਸਾਡੇ ਨਾਲ ਦੋ ਖਾਸ ਸ਼ਖਸੀਅਤਾਂ ਸਾਡੀ ਕਮਿਊਨਿਟੀ ਦੀਆਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਨਿਰੰਦਰ ਸਿੰਘ ਜੀ ਤੇ A1 Sports ਦੇ ਅਮਰਜੀਤ ਟਡਵਾਲ ਇਹ ਦੋਨੇ ਉਹ ਸ਼ਖਸੀਅਤਾਂ ਆ ਜਿਹੜੀਆਂ ਕਮਿਊਨਿਟੀ ਦੇ ਵਿੱਚ ਹਮੇਸ਼ਾ ਹੀ ਨੇਕ ਕੰਮਾਂ ਦੇ ਵਿੱਚ ਹਮੇਸ਼ਾ ਪਹਿਲ ਕਦਮੀ ਕਰਦੀਆਂ ਤੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਅੱਜ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਅਸੀਂ ਫੂਡ ਬੈਂਕ ਦੀ ਤੇ ਕਮਿਊਨਿਟੀ ਦੇ ਉੱਤੇ ਅਸੀਂ ਕਾਫੀ ਸਾਰੀਆਂ ਗੱਲਾਂ ਦੀ ਜ਼ਿੰਮੇਵਾਰੀ ਵੀ ਦੇਵਾਂਗੇ ਪਰ ਪਹਿਲਾਂ ਇਹਨਾਂ ਨੂੰ ਜਿਵੇਂ ਆ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਕੋਲ ਜਾਣਕਾਰੀ ਲੈਣੇ ਆ ਆ ਭਾਈ ਸਾਹਿਬ ਤੁਹਾਨੂੰ ਤੇ ਅਮਰਜੀਤ ਭਾਜੀ ਤੁਹਾਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਮਿਊਨਿਟੀ ਦੀ ਤੇ ਜਦੋਂ ਮੈਂ ਭਾਜੀ ਅਮਰਜੀਤ ਉਹਨਾਂ ਨੂੰ ਜਾਂ ਭਾਈ ਸਾਹਿਬ ਤੁਹਾਨੂੰ ਦੇਖਦੀ ਹਾਂ ਸਟੂਡੀਓ ਸਾਡੇ 'ਚ ਜਦੋਂ ਤੁਹਾਡੇ ਆਉਣ ਦਾ ਸਾਨੂੰ ਪਤਾ ਲੱਗਦਾ ਕਿ ਤੁਸੀਂ ਆਉਣਾ ਤੇ ਮੈਨੂੰ ਇੱਕ ਖੁਸ਼ੀ ਵੀ ਹੁੰਦੀ ਆ ਕਿ ਸ਼ਾਇਦ ਇਸੇ ਬਹਾਨੇ ਸਾਡੇ ਤੋਂ ਵੀ ਬਾਬੇ ਨੇ ਕੋਈ ਸੇਵਾ ਲੈਣੀ ਆ ਸਾਡੀ ਵੀ ਸੇਵਾ ਲੱਗ ਜਾਂਦੀ ਆ ਸੋ ਹੁਣ ਮੈਂ ਥੋੜਾ ਜਿਆਦਾ ਤੁਹਾਤੋਂ ਜਾਣ ਕੀ ਆਪਾਂ ਜਿਹੜਾ ਕੈਨੇਡਾ ਡੇ ਤੇ ਉਲੀਕਿਆ ਪ੍ਰੋਗਰਾਮ ਆ ਉਹਦੇ ਬਾਰੇ ਪਹਿਲਾਂ ਦੱਸਿਓ ਫਿਰ ਅਸੀਂ ਇਹਦੇ ਪਿਛੋਕੜ ਤੇ ਚਲਾਂਗੇ ਕਿ ਸ਼ੁਰੂਆਤ ਕਦੋਂ ਹੋਈ ਸੀ ਸੋ ਭਾਈ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਥੋੜਾ ਜਿਹਾ ਸਾਨੂੰ ਦੱਸੋ ਫੂਡ ਬੈਂਕ ਦੇ ਬਾਰੇ ਕੈਨੇਡਾ ਡੇ ਐਕਚੁਅਲੀ ਸਾਡੀ ਫੂਡ ਬੈਂਕ ਦੀ ਆਰੰਭਤਾ ਜਿਹੜੀ ਸੀਗੀ ਉਹ ਕੈਨੇਡਾ ਡੇ ਤੇ ਹੋਈ ਸੀ ਜੀ ਤੇ ਐਨੀਵਰਸਰੀ ਫੂਡ ਬੈਂਕ ਦੀ ਕੈਨੇਡਾ ਡੇ ਤੇ ਹੀ ਹੁੰਦੀ ਆ ਪਿਛਲੇ ਸਾਲ ਜਦੋਂ ਕੈਨੇਡਾ ਡੇ ਆਇਆ ਸੀ ਤੇ ਅਨਫੋਰਚੂਨੇਟਲੀ ਉਦੋਂ ਵੀ ਕੋਵਿਡ ਦਾ ਕਾਫੀ ਐਸੇਗਾ ਕੋਵਿਡ ਦੇ ਹੁੰਦਿਆਂ ਵੀ ਸਾਂਝਾ ਟੀਵੀ ਨੇ ਉਥੋਂ ਲਾਈਵ ਕੀਤਾ ਸੀ ਤੇ ਅਸੀਂ ਟੀਚਾ ਰੱਖਿਆ ਸੀ ਵੀ ਤਕਰੀਬਨ 1 ਲੱਖ ਡਾਲਰ ਜਿਹੜਾ ਵਾ ਉਸ ਦਿਨ ਅਸੀਂ ਇਕੱਠਾ ਕਰਨਾ ਫੂਡ ਬੈਂਕ ਲਈ ਜੀ ਬਿਲਕੁਲ ਔਰ ਉਹ ਜਿਹੜਾ ਟੀਚਾ ਸੀ ਸੰਗਤ ਹਰ ਸਮੇਂ ਜਦੋਂ ਵੀ ਕਿਤੇ ਆਪਾਂ ਆਵਾਜ਼ ਮਾਰਦੇ ਆ ਬਹੁਤ ਭਰਪੂਰ ਸਹਿਯੋਗ ਦਿੰਦੀ ਆ ਤੇ ਤਕਰੀਬਨ ਉਹ ਅਸੀਂ 5 ਵਜੇ ਦਾ ਟਾਈਮ ਇੱਥੇ ਅਸੀਂ ਉਦੋਂ ਤੇ 4 ਵਜੇ ਤੱਕ ਆਪਾਂ 1 ਲੱਖ ਦਾ ਜਿਹੜਾ ਟੀਚਾ ਸੀ ਉਹ ਉਹ ਪੂਰਾ ਕਰ ਲਿਆ ਸੀ ਪਰ ਇਸ ਵਾਰੀ ਜਿਹੜਾ ਆ ਫੂਡ ਬੈਂਕ ਕਾਫੀ ਓਵਰਲੋਡਡ ਆ ਓਵਰਲੋਡ ਚੱਲ ਰਿਹਾ ਫੂਡ ਬੈਂਕ ਤੇ ਬਹੁਤ ਸਾਰੀਆਂ ਫਾਈਲਾਂ ਨੇ ਬਹੁਤ ਸਾਰੇ ਪਰਿਵਾਰ ਨੇ ਉਹਨਾਂ ਦੇ ਵਿੱਚ ਮੈਂ ਐਡ ਕਰਨਾ ਚਾਹੂੰਗਾ ਕਿਉਂਕਿ ਹੁਣੇ ਹੀ ਹੁਣੇ ਹੀ ਤੁਸੀਂ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਕਾਫੀ ਸਿਕ ਫੈਮਲੀਆਂ ਅਫਗਾਨਿਸਤਾਨ ਤੋਂ ਆਈਆਂ ਜੀ ਬਿਲਕੁਲ ਉਹਨਾਂ ਨੇ ਤਕਰੀਬਨ ਜਦੋਂ ਉਹਨਾਂ ਦਾ ਮੋੜ ਬਸੀਬਾ ਕਹੋ ਇੱਕ ਤਰ੍ਹਾਂ ਦਾ ਆਪਾਂ ਇਹ ਕਰ ਰਹੇ ਆ ਬਹੁਤ ਲੋਕਾਂ ਦੇ ਇਦਾਂ ਦੇ ਸਵਾਲ ਸੀਗੇ ਵੀ ਹੌਲੀ ਹੌਲੀ ਬਣ ਜਾਊਗਾ ਇੱਕੋ ਵਾਰੀ ਕਾਤਾ ਸਾਮਾਨ ਸਾਰਾ ਲੈ ਕੇ ਦੇਣਾ ਆਪਾਂ ਆਪਾਂ ਜਦੋਂ ਆਈ ਸੀ ਸਾਡਾ ਮਕਸਦ ਇਹ ਸੀ ਵੀ ਜਿਹੜੇ ਲੋਕ ਉੱਥੋਂ ਉੱਜੜ ਕੇ ਆ ਰਹੇ ਆ ਵੈਸੇ ਸ਼ਬਦ ਬੜਾ ਭੈੜਾ ਵਾ ਜੀ ਪਰ ਅਸਲੀਅਤ ਇਹ ਆ ਵੀ ਉਹ ਲੋਕ ਜਿਹੜੇ ਆ ਉਹ ਬਸ ਦੇ ਰਸਤੇ ਘਰਾਂ ਨੂੰ ਛੱਡ ਕੇ ਸਾਰਾ ਕੁਝ ਜਿਉਂ ਦਾ ਤਿਉਂ ਉੱਜੜ ਕੇ ਆਏ ਉੱਥੋਂ ਉਹਨਾਂ ਦਾ ਜਦੋਂ ਮੁਰਬਸੇਬਾ ਹੋਣਾ ਤੇ ਉਹਨਾਂ ਨੂੰ ਇਹ ਚੀਜ਼ ਦੀ ਫੀਲਿੰਗ ਨਾ ਹੋਵੇ ਵੀ ਸਾਡੇ ਕੋਲ ਕੋਈ ਚੀਜ਼ ਜਿਹੜੀ ਆ ਉਹ ਹੈ ਨਹੀਂ ਜਿਵੇਂ ਇੱਕ ਘਰ ਵਸਾਇਆ ਹੁੰਦਾ ਉਸ ਤਰੀਕੇ ਦਾ ਘਰ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਗਈ ਗੁਰਦਾ ਦੂਖ ਨਵਾਨ ਸਾਹਿਬ ਵੱਲੋਂ ਐ ਗੁਰੂ ਨਾਨਕ ਫੂਡ ਬੈਂਕ ਵੱਲੋਂ ਤਕਰੀਬਨ ਜਿੰਨੇ ਉਹਨਾਂ ਨੇ ਸਾਨੂੰ ਡਿਮਾਂਡ ਕੀਤੀ ਸੀ ਜਿਹੜੀ ਆਪਣੇ ਸੰਸਥਾ ਬਣੀ ਹੋਈ ਹੈਗੀ ਆ ਉਹਨੇ ਅਸੀਂ ਉਹਨਾਂ ਨੂੰ ਨਵੇਂ ਬੈੱਡ ਆਪਣੇ ਜਿਹੜੇ ਬਾਕਸ ਸਪ੍ਰਿੰਗ ਮੈਟ੍ਰਸ ਤੇ ਉਹਨਾਂ ਦੇ ਫਰੇਮ ਸਾਰਾ ਕੁਝ ਮਾਈਕ੍ਰੋਵੇਵ ਉਹਨਾਂ ਨੂੰ ਚਾਹੀਦੇ ਸੀ ਟੀਵੀ ਚਾਹੀਦੇ ਸੀ ਬੈਸਟਰੀ ਚਾਹੀਦੇ ਸੀ ਉਹ ਜਿੰਨਾ ਜਿੰਨਾ ਵੀ ਉਹਨਾਂ ਨੂੰ ਸਮਾਨ ਚਾਹੀਦਾ ਸੀ ਤਕਰੀਬਨ ਉਹ ਅਸੀਂ ਸਾਰਾ ਉਹਨਾਂ ਨੂੰ ਪ੍ਰੋਵਾਈਡ ਕੀਤਾ ਜੀ ਜੀ ਤੇ ਉਹਨਾਂ ਦੀਆਂ ਜਿੰਨੀਆਂ ਉਹ ਫੈਮਲੀ ਆਈਆਂ ਨੇ ਉਹਨਾਂ ਸਾਰੀਆਂ ਫਾਈਲਾਂ ਫੂਡ ਬੈਂਕ ਚ ਖੋਲੀਆਂ ਗਈਆਂ ਤਾਂ ਕਿ ਉਹ ਆਪਣੀ ਗਰੋਸਰੀ ਜਿੰਨਾ ਚਿਰ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਆ ਉਹ ਨਾ ਚਿਰ ਗਰੋਸਰੀ ਵੀ ਲੈ ਸਕਣ ਇਸ ਵੇਲੇ ਤਕਰੀਬਨ ਸਾਡੇ ਕੋਲ ਇੱਕ ਕਈ ਵਾਰੀ ਜਿਹੜੀ ਮੈਂ ਤਾਂ ਉਹਨਾਂ ਨੂੰ ਗੱਲ ਕਹਿਣ ਲੱਗਾ ਕਈ ਵਾਰੀ ਮੈਂ ਕਹਿ ਦੇਣੀ ਵੀ ਸੌਖੀ ਆ ਜਿਹਨੇ ਸੁਣਨਾ ਵਾ ਉਹਨੇ ਵੀ ਕਈ ਵਾਰੀ ਕੰਨਾ ਥਾਣੀ ਨਗਾ ਦੇਣੀ ਆ ਬਈ 2021 ਹੋ ਗਿਆ ਐਸ ਵੇਲੇ ਤੱਕ ਵੀ ਨੋ 2000 ਤੋਂ ਲੈ ਕੇ 2500 ਫੈਮਿਲੀ ਜਿਹੜੀ ਆ ਹਰ ਮਹੀਨੇ ਜਿਹੜੀ ਫੂਡ ਬੈਂਕ ਤੋਂ ਜਿਹੜਾ ਰਾਸ਼ਨ ਲੈ ਜਿਹੜਾ ਰਾਸ਼ਨ ਲੈ ਰਹੀ ਆ ਤੇ ਹੈਲਪ ਲੈ ਰਹੀ ਆ ਉਹ ਜਿਹੜਾ ਸਭ ਤੋਂ ਵੱਡੀ ਜਿਹੜੀ ਸਾਡੀ ਇੱਕ ਕਹਿ ਲਓ ਵੀ ਪੈਸੇ ਵਾਲੀ ਗੱਲ ਆ ਖਰਚੇ ਦੀ ਗੱਲ ਆ ਜਿਹੜਾ ਵੈਲਕਮ ਪੈਕੇਜ ਆ ਜਿਹਦੇ ਵਿੱਚ ਮੈਟ੍ਰਸ ਬਿਸਤਰਾ ਜਿਹੜਾ ਪੂਰੇ ਦਾ ਪੂਰਾ ਦਿੱਤਾ ਜਾਂਦਾ ਸਟੂਡੈਂਟਸ ਨੂੰ ਕਿਉਂਕਿ ਸਟੂਡੈਂਟ ਫੀਰ ਹੋਣੇ ਸ਼ੁਰੂ ਹੋਏ ਹੋਏ ਆ ਜੀ ਬਿਲਕੁਲ ਕੋਵਿਡ ਦੀਆਂ ਗਾਈਡਲਾਈਨਾਂ ਤੋਂ ਗਾਈਡਲਾਈਨਾਂ ਤੋਂ ਬਾਅਦ ਸਾਰਾ ਫੀਰ ਦੁਬਾਰੀ ਬੀਜੇ ਮੈਨ ਨੇ ਸ਼ੁਰੂ ਹੋ ਗਿਆ ਆ ਸੋ ਇਸ ਵੇਲੇ ਜਿਹੜਾ ਫੂਡ ਬੈਂਕ ਤੇ ਬਹੁਤ ਵੱਡਾ ਲੋਡ ਆ ਜੀ ਇਸ ਕਰਕੇ ਇਸ ਵਾਰੀ ਅਸੀਂ ਸੋਚਦੇ ਆਂ ਬਈ ਪਿਛਲੀ ਵਾਰੀ 1 ਲੱਖ ਦਾ ਟੀਚਾ ਸੀ ਪਰ ਇਸ ਵਾਰੀ ਅਸੀਂ ਇਹ ਸੰਗਤਾਂ ਨੂੰ ਪੁੱਛਣਾ ਚਾਹੁੰਦੇ ਆਂ ਬਈ ਜੋ ਸੰਗਤਾਂ ਇਹਦੇ ਵਿੱਚ ਸਲਾਹ ਦੇਣਗੀਆਂ ਸਾਡੇ ਟਾਈਮ ਪੇ ਆ ਬਹੁਤ ਤਾਂ ਹੀ ਅਸੀਂ ਅੱਜ ਪਹਿਲਾਂ ਅਗਾਹੂ ਸੰਗਤਾਂ ਨੂੰ ਇਹ ਇੱਕ ਉਹਨਾਂ ਕੋਲ ਬੇਨਤੀ ਲੈ ਕੇ ਆਏ ਆਂ ਬਈ ਜਿਵੇਂ ਐਸ ਕੀ ਸੰਗਤਾਂ ਚਾਹਣਗੀਆਂ ਉਹ ਟੀਚਾ ਸੀ ਮਿੱਥ ਕੇ ਤੇ ਅਸੀਂ ਉਹ ਜਿਹੜਾ ਉਸ ਟੀਚੇ ਨੂੰ ਛੋਣਾ ਚਾਹੁੰਦੇ ਆਂ ਕੈਨੇਡਾ ਦੇ ਤੇ ਉਸ ਦਿਨ ਇੱਕ ਆਪਣਾ ਕੈਨੇਡਾ ਡੇ ਵੀ ਆ ਤੇ ਇਸ ਵਾਰੀ ਕੋਵਿਡ ਦੀਆਂ ਜਿਹੜੀਆਂ ਇਨਸਟਰਕਸ਼ਨਸ ਆਉਗੀਆਂ ਹੈ ਨਹੀਂਗੀਆਂ ਅਸੀਂ ਚਾਹੁੰਦੇ ਆ ਵੀ ਇਹਨੂੰ ਇੱਕ ਮੇਲੇ ਦੀ ਤਰ੍ਹਾਂ ਬਣਾ ਕੇ ਕੈਨੇਡਾ ਡੇ ਨੂੰ ਤੇ ਉਸ ਦਿਨ ਨਾਲੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਦੂਸਰ ਨਾਲ ਮਿਲਬਣਾ ਵੀ ਕਰੀਏ ਤੇ ਨਾਲੇ ਉਸ ਦਿਨ ਜਿਹੜਾ ਆ ਇਹ ਅਸੀਂ ਫੂਡ ਬੈਂਕ ਵਾਸਤੇ ਇੱਕ ਵੱਡਾ ਹਮਲਾ ਮਾਰ ਸਕੀਏ ਤਾਂ ਕਿ ਬਹੁਤ ਛੇਤੀ ਜਦੋਂ ਸਾਨੂੰ ਬਹੁਤ ਡਿਮਾਂਡ ਆ ਰਹੀ ਆ ਤੀਸਰੀ ਇੱਕ ਲੋਕੇਸ਼ਨ ਖੋਲਣ ਲਈ ਉਹ ਅਸੀਂ ਲੋਕੇਸ਼ਨ ਵੀ ਖੋਲਣੀ ਆ ਤੇ ਜੇ ਸੰਗਤਾਂ ਵਰਪੂ ਸਹਿਯੋਗ ਦੇਣ ਤੇ ਉਸ ਦਿਨ ਅਸੀਂ ਤੀਸਰੀ ਲੋਕੇਸ਼ਨ ਦਾ ਅਨਾਉਂਸ ਵੀ ਕਰਾਂ। ਬਿਲਕੁਲ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਤੇ ਅਮਰਜੀਤ ਭਾਜੀ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਹਮੇਸ਼ਾ ਹੀ ਕਮਿਊਨਿਟੀ ਦੇ ਹਰ ਇੱਕ ਕੰਮ ਵਿੱਚ ਤੁਸੀਂ ਅੱਗੇ ਨਾਲ ਹੁੰਦੇ ਹੋ ਆਪਣੇ ਬਿਜ਼ਨਸ ਦੇ ਨਾਲ ਨਾਲ ਤੁਸੀਂ ਬੇਸ਼ੱਕ ਕੋਵਿਡ ਦੇ ਦੌਰਾਨ ਫਰੰਟਲਾਈਨਰ ਸੀ ਟਰੱਕ ਡਰਾਈਵਰ ਸੀ ਉਦੋਂ ਵੀ ਤੁਸੀਂ ਆਪਣੀ ਡਿਊਟੀ ਬਾਖੂਬ ਨਿਭਾਈ ਫਲੱਡ ਆਈ ਸੀ ਉਦੋਂ ਵੀ ਤੁਸੀਂ ਬਾਖੂਬ ਆਪਣੀ ਨਿਭਾਈ ਇਹ ਸੇਵਾ ਜਿਹੜੀ ਤੁਸੀਂ ਲੈ ਲੈਂਦੇ ਹੋ ਤੇ ਇਸ ਵਾਰ ਜਿਹੜੀ ਬੇਸ਼ੱਕ ਹਰ ਵਾਰ ਤੁਸੀਂ ਨਾਲ ਹੀ ਹੁੰਦੇ ਆ। ਪਰ ਹੁਣ ਜਿਹੜਾ ਇੱਕ ਹੋਰ ਹਮਲਾ ਮਾਰਿਆ ਕੀ ਅਸੀਂ ਜੇ ਸੰਗਤਾਂ ਦੀ ਪਰਮਿਸ਼ਨ ਹੋਊਗੀ ਸੰਗਤਾਂ ਦਾ ਸਹਿਯੋਗ ਹੋਵੇਗਾ ਤੇ ਅਸੀਂ ਤੀਜੀ ਲੋਕੇਸ਼ਨ ਵੀ ਅਨਾਉਂਸ ਕਰਾਂਗੇ ਤੇ ਫੰਡਿੰਗ ਵੀ ਜਿਹੜੀ ਉਸ ਦਿਨ ਇਕੱਠੀ ਕੀਤੀ ਜਾਵੇਗੀ ਸੋ ਥੋੜਾ ਜਿਹਾ ਇਹਦੇ ਬਾਰੇ ਦੱਸੋ ਤੁਹਾਡੀ এনਵਾਇਰਨਮੈਂਟ ਕਿਵੇਂ ਤੇ ਕੀ ਸਹਿਯੋਗ ਤੁਹਾਡੀ ਟੀਮ ਵੱਲੋਂ ਹੋ ਰਿਹਾ ਹੈਗਾ ਸਾਡੀ ਟੀਮ ਵੱਲੋਂ ਤਾਂ ਜੀ ਪ੍ਰਮਾਤਮਾ ਆਪ ਹੱਥ ਦੇ ਕੇ ਸਾਤੋਂ ਖਿੱਚ ਕੇ ਜਾ ਕੇ ਸੇਵਾ ਲੈ ਲੈਂਦਾ ਜੀ ਸੋ ਤਨ ਭਾਗੀ ਆ ਇਸ ਗੱਲ ਦੇ ਤੇ ਦੂਜਾ ਇਹ ਹੈ ਕਿ ਜਿਹੜੇ ਇਦਾਂ ਦੇ ਜਦੋਂ ਮੌਕੇ ਆਉਂਦੇ ਆ ਸੋ ਉਦੋਂ ਪੈਰ ਪਿਸ਼ਾ ਖਿੱਚੀਦਾ ਨਹੀਂ ਬਸ ਅੱਗੇ ਜਿੱਦਾਂ ਕਰਾਉਣਾ ਚਾਹੁੰਦਾ ਪ੍ਰਮਾਤਮਾ ਹੁੰਦਾ ਸੋ ਇਸ ਵਾਰ ਵੀ ਅਸੀਂ ਵੱਧ ਚੜਕੇ ਜਿਹੜਾ ਸਾਡਾ ਜਿੰਨਾ ਵੀ ਗਰੁੱਪ ਆ ਤੇ ਸਾਡੇ ਜਿੰਨੇ ਵੀ ਲਿੰਕ ਆ ਉਹਨਾਂ ਨੂੰ ਅਸੀਂ ਨਾਲ ਲੈ ਕੇ ਤੇ ਜਿਹੜਾ ਸਾਡਾ ਇਹ ਕੈਨੇਡਾ ਡੇ ਸੈਲੀਬ੍ਰੇਸ਼ਨ ਪਲੱਸ ਸਾਡੇ ਗੁਨਾਨ ਫੂਡ ਬੈਂਕ ਦੀ ਜਿਹੜੀ ਦੂਜੀ ਵਰੇਗੰਡਿਆ ਉਹਨੂੰ ਮਨਾਉਣ ਦੇ ਨਾਲ ਨਾਲ ਉਹਨੂੰ ਇੱਕ ਸਟੈਪ ਹੋਰ ਅੱਗੇ ਲਿਜਾਣਾ ਪੈਣਾ ਆ ਕਿਉਂਕਿ ਜਦੋਂ ਸ਼ੁਰੂਆਤ ਕਰੀਦੀ ਹੈ ਕਿਸੇ ਚੀਜ਼ ਦੀ ਉਦੋਂ ਪਤਾ ਨਹੀਂ ਹੁੰਦਾ ਉਹਨੇ ਕਿੱਥੇ ਤੱਕ ਫੈਲਣਾ ਹੈ ਤੇ ਕਿਉਂਕਿ ਇਹ ਸਾਰਾ ਕਮਿਊਨਿਟੀ ਦਾ ਭਾਈਚਾਰਾ ਦਾ ਇਕੱਠਾ ਕੰਮ ਹੈ ਸੋ ਕਰਨ ਵੇਲੇ ਗਿਆਨੀ ਜੀ ਹੋਣਾ ਕੋਲ ਇਹ ਅਸ਼ੀਰਵਾਦ ਸਾਰੇ ਸਾਨੂੰ ਸਾਰਿਆਂ ਨੂੰ ਹੈਗਾ ਇਹ ਜ਼ਰੂਰ ਹੈਗਾ ਐਨਕਰੇਜ ਕਿ ਕਦੇ ਵੀ ਜਿਹੜਾ ਕੰਮ ਇਸ ਇਸ ਤਰ੍ਹਾਂ ਨਹੀਂ ਸ਼ੁਰੂ ਕਰਦੇ ਕਿ ਹੁਣ ਸ਼ੁਰੂ ਕਰ ਲੈਣੇ ਦੇਖੀ ਜਾਓ ਪਰ ਉਹਦੀ ਐਡਵਾਂਸ ਪਲੈਨਿੰਗ ਵੀ ਨਾਲ ਦੀ ਨਾਲ ਚੱਲਦੀ ਰਹਿੰਦੀ ਆ ਤੇ ਜਿਹੜੀ ਦੂਜੀ ਲੋਕੇਸ਼ਨ ਬਣਨ ਦੇ ਨਾਲ ਤੇ ਪਲੱਸ ਜਿਹੜਾ ਅਵੇਅਰਨੈਸ ਵਰਲਡਵਾਈਡ ਜਿਹੜੀ ਗਈ ਆ ਹੁਣ ਪੰਜਾਬ ਦੇ ਵਿੱਚੋਂ ਜਿਹੜੇ ਸਟੂਡੈਂਟਾਂ ਦੀ ਗੱਲ ਚੱਲੀ ਆ ਉਹ ਤੁਰਨ ਤੋਂ ਪਹਿਲਾਂ ਉਹਨਾਂ ਕੋਲ ਹੁਣੇ ਆਲਰੇਡੀ ਆਵਾਜ਼ ਪਹੁੰਚ ਚੁੱਕੀ ਆ ਕਿ ਉੱਥੇ ਸਾਡੀ ਵਾਹ ਫੜਨ ਵਾਲੇ ਜਿਹੜੇ ਸੰਸਥਾਵਾਂ ਉੱਥੇ ਬੈਠੀਆਂ ਤੇ ਸੋ ਪਹਿਲਾਂ ਜਿਹੜੀ ਉਹ ਮੁਸ਼ਕਲ ਬੜੀ ਆਉਂਦੀ ਸੀਗੀ ਸੋ ਉਹਦੀ ਅਵੇਅਰਨੈਸ ਹੋਣ ਦੇ ਨਾਲ ਫਿਰ ਜਿਹੜਾ ਉਹਦੀ ਲੋਡ ਵੀ ਵੱਧ ਜਾਂਦੀ ਆ ਸੋ ਜਦੋਂ ਲੋਡ ਵਧਣੀ ਆ ਆਟੋਮੈਟਿਕਲੀ ਜਿਹੜਾ ਆ ਉਹ ਬਰਡਨ ਜਿਹੜਾ ਆ ਉਹ ਫੂਡਵਰਕ ਤੇ ਆਉਣਾ ਹੀ ਆਉਣਾ ਆ ਪਰ ਜਿਸ ਤਰ੍ਹਾਂ ਪਹਿਲੇ ਦਿਨ ਸ਼ੁਰੂਆਤ ਚ ਵੀ ਗਿਆਨੀ ਜੀ ਨੇ ਵੀ ਕਿਹਾ ਸੀ ਕਿ ਕੋਈ ਸਾਡੀ ਪਰਸਨਲ ਚੀਜ਼ ਨਹੀਂ ਸ਼ੁਰੂ ਕੀਤੀਓ ਸੰਗਤ ਦਾ ਦਿੱਤਾ ਆਉਣਾ ਸੰਗਤ ਨੇ ਲੈ ਜਾਣਾ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਲੈ ਜਾਣਾ ਜਿਨ੍ਹਾਂ ਕੋ ਕਹੋ ਭਈ ਪ੍ਰਮਾਤਮਾ ਨੇ ਵਸੀਲੇ ਬਣਾਤੇ ਆ ਕਮਾਈ ਦੇ ਉਹਨਾਂ ਨੇ ਉਹਦੇ ਵਿੱਚੋਂ ਆਪਣਾ ਦਸਵੰਧ ਕੱਢ ਕੇ ਇੱਥੇ ਦੇ ਜਾਣਾ ਆ ਤੇ ਲੋੜਵੰਦਾਂ ਨੂੰ ਲੈ ਜਾਣਾ ਆ ਸੋ ਉਹਦਾ ਹੀ ਇਹ ਅਗਲਾ ਸਟੈਪ ਆ ਜਿਹੜਾ ਅਸੀਂ ਸਾਰੇ ਰਲ ਕੇ ਆਰਗੇਨਾਈਜ਼ ਕੀਤਾ ਇਸ ਦੂਜੀ ਬਰੇਗੰਡ ਤੇ ਤਾਂ ਕਿ ਜਿਹੜਾ ਦੀ ਤੀਜੀ ਲੋਕੇਸ਼ਨ ਵੀ ਤੇ ਪਲੱਸ ਜਿੰਨੇ ਲੋਡ ਬੰਦੇ ਆ ਉਹਨਾਂ ਦੀ ਜਿਹੜੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਸੋ ਉਹਦਾ ਅੱਜ ਅਸੀਂ ਲੈ ਕੇ ਆਏ ਆ ਜੀ ਇੱਥੇ ਅੱਜ ਹਾਂ ਬਿਲਕੁਲ ਭਾਈ ਸਾਹਿਬ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਪਹਿਲੀ ਲੋਕੇਸ਼ਨ ਖੋਲੀ ਸੀ ਸਰੀ ਚ ਕਿਉਂਕਿ ਜਦੋਂ ਜਿਵੇਂ ਅਮਰਜੀਤ ਹੁਣਾਂ ਨੇ ਗੱਲ ਕੀਤੀ ਕਿ ਸ਼ਾਇਦ ਬਾਬਾ ਨਾਨਕ ਸਾਡੀ ਨਾਲ ਦੀ ਨਾਲ ਸੇਵਾ ਲਾਂਦਾ ਮੈਂ ਕਹਿੰਨੀ ਆ ਕਿ ਸ਼ੁਕਰਾਨਾ ਉਸ ਵਾਹਿਗੁਰੂ ਦਾ ਜਿਨੇ ਸਾਨੂੰ ਉਸ ਇਸ ਚੰਗੇ ਪਾਸੇ ਲਾਇਆ ਤੇ ਸ਼ੁਕਰਾਨਾ ਅਸੀਂ ਕਰਾਂਗੇ ਤੁਹਾਡਾ ਵੀ ਕਿ ਜਿਹੜਾ ਤੁਸੀਂ ਹੰਬਲਾ ਮਾਰਦੇ ਹੋ ਤੇ ਨਾਲ ਸਾਡੇ ਵਰਗਿਆਂ ਨੂੰ ਵੀ ਜਿਨ੍ਹਾਂ ਨੂੰ ਸੇਵਾ ਦਾ ਮੌਕਾ ਮਿਲ ਜਾਂਦਾ ਸੋ ਪਹਿਲੀ ਵਾਰ ਸ਼ੁਰੂਆਤ ਹੋਈ ਸੀ ਸਰੀ ਦੇ ਵਿੱਚ ਫੂਡ ਬੈਂਕ ਦੀ ਮੈਨੂੰ ਯਾਦ ਆ ਸੀ ਉਸ ਦੀ ਓਪਨਿੰਗ ਤੇ ਗਏ ਬੜਾ ਸਮਾਂ ਆਪਣਾ ਜਿੰਨਾ ਕ ਬਖਸ਼ ਪਰਮਾਤਮਾ ਵੱਲੋਂ ਹੋਈ ਸੀ ਉਹਨਾਂ ਕ ਆਪਣੀ ਡਿਊਟੀ ਨਿਭਾਈ ਉਸ ਤੋਂ ਬਾਅਦ ਐਬਸਫੋਰਡ ਦੇ ਵਿੱਚ ਗਏ ਸੋ ਉਸ ਲੋਕੇਸ਼ਨ ਦਾ ਪਹਿਲਾਂ ਥੋੜਾ ਜਿਹਾ ਦੱਸੋ ਕਿ ਉੱਥੇ ਦੀ ਕਮਿਊਨਿਟੀ ਨੇ ਕਿਵੇਂ ਹੰਗਾਰਾ ਦਿੱਤਾ ਕਿੰਨੇ ਕ ਪਰਿਵਾਰ ਆ ਰਹੇ ਆ ਕੀ ਫੀਡਬੈਕ ਆ ਪਰਿਵਾਰਾਂ ਦੀ ਕਿੰਨਾ ਕ ਐਪਰੀਸ਼ੀਏਟ ਲੋਕ ਕਰਦੇ ਆ ਕਿ ਵਾਕਈ ਉੱਥੇ ਫੂਡ ਬੈਂਕ ਦੀ ਲੋੜ ਸੀ ਉਥੇ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹੈਗੀਆਂ ਇਹਦੇ ਬਾਰੇ ਥੋੜਾ ਜਿਹਾ ਡੀਟੇਲ ਚ ਦੱਸੋ ਬਿਲਕੁਲ ਜੀ ਲੋਕ ਐਬਸਫੋਰ ਦੇ ਜਿਹੜੇ ਆ ਉਹ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ ਜਿਵੇਂ ਆ ਪਿੱਛੇ ਹੀ ਤੁਸੀਂ ਦੇਖੋ ਉਹਨਾਂ ਨੇ ਜਿਹੜੀ ਐਬਸਫੋਰ ਬਿਜ਼ਨਸ ਐਸੋਸੀਏਸ਼ਨ ਆ ਜੀ ਉਹਨਾਂ ਵੱਲੋਂ ਇੱਕ ਸਾਲਾਨਾ ਉਹਨਾਂ ਦਾ ਲੰਚ ਰੱਖਿਆ ਜਾਂਦਾ ਪ੍ਰੋਗਰਾਮ ਉਹਦੇ ਵਿੱਚ ਸਿਟੀ ਹਾਲ ਫਾਇਰ ਵਾਲੇ ਉਹ ਸਾਰਿਆਂ ਨੂੰ ਸੱਜਿਆ ਜਾਂਦਾ ਤੇ ਜਿੰਨਾ ਆਪਣਾ ਭਾਈਚਾਰਾ ਜਿਹੜਾ ਬਿਜ਼ਨਸਮੈਨ ਆ ਉਹ ਸਾਰੇ ਉਹਦੇ ਵਿੱਚ ਲੰਚ ਦੇ ਵਿੱਚ ਆਉਂਦੇ ਆ ਤੇ ਉਸ ਦੇ ਵਿੱਚ ਉਹ 50 50 ਇੱਕ ਡਰਾ ਕੱਢਦੇ ਆ ਤੇ ਉਹਨਾਂ ਨੇ ਸਪੈਸ਼ਲ ਤੌਰ ਤੇ ਸਾਨੂੰ ਇਨਵਾਈਟ ਕੀਤਾ ਉਸ ਦਿਨ ਤੇ ਨਾਲ ਉਹਨਾਂ ਨੇ ਉਹ ਜਿਹੜਾ 50 50 ਡਰਾ ਸੀਗਾ ਉਹ ਗੁਰੂ ਨਾਨਕ ਫੂਡ ਬੈਂਕ ਲਈ ਉਹਨਾਂ ਨੇ ਨiyet ਕੀਤਾ ਸੀ ਵੀ ਜੋ ਅੱਜ ਦਾ 50 50 ਡਰਾ ਹੋਊਗਾ ਉਹ ਗੁਰੂ ਨਾਨਕ ਫੂਡ ਬੈਂਕ ਨੂੰ ਜਾਊਗਾ ਇਹਦਾ ਮਤਲਬ ਆ ਜਦੋਂ ਬਿਜ਼ਨਸਮੈਨ ਜਿਹੜੇ ਲੋਕ ਸੰਜੀਦਾ ਨੇ ਜਿਹੜੇ ਇਸ ਪਾਸੇ ਸੋਚਦੇ ਆ ਤੇ ਇਹ ਤੁਹਾਨੂੰ ਇੱਕ ਸਾਈਨ ਹੁੰਦਾ ਵੀ ਲੋਕੀ ਇਹਨੂੰ ਐਪਰੀਸ਼ੀਏਟ ਕਰਦੇ ਆ ਇਹ ਚੀਜ਼ ਦੀ ਲੋੜ ਸੀ ਕਿਉਂਕਿ ਉੱਥੇ ਭੈਣ ਜੀ ਜਿਹੜੀ ਜਦੋਂ ਅਸੀਂ ਫੂਡ ਬੈਂਕ ਖੋਲਣੀ ਸੀ ਉਦੋਂ ਹੀ ਸਾਨੂੰ ਇੱਕ ਉੱਥੋਂ ਮੈਸੇਜ ਆਇਆ ਸੀ ਵੀ ਉੱਥੇ ਜਿਹੜੀ ਇੱਕ ਫੂਡ ਬੈਂਕ ਛੋਟੀ ਜਿਹੀ ਚਲਾ ਰਹੇ ਆ ਜਿੱਥੇ ਇੱਕ ਊਮਨ ਐਸੋਸੀਏਸ਼ਨ ਵੀ ਆ ਜਿਹਦੇ ਵਿੱਚ ਸਿੰਗਲ ਮਮਸ ਕਾਫੀ ਜਿਹੜੀਆਂ ਆਉਂਦੀਆਂ ਜੀ ਅੱਜ ਅਸੀਂ ਫੂਡ ਬੈਂਕ ਖੋਲਣ ਲਈ ਉਹਦੀ ਤਿਆਰੀ ਕਰ ਰਹੇ ਸੀ ਤਾਂ ਜਿਹੜੀ ਫੂਡ ਬੈਂਕ ਦੇ ਵਿੱਚ ਇੱਕ ਭੈਣ ਜੀ ਕੰਮ ਕਰਦੇ ਸੀ ਉਹਨਾਂ ਨੇ ਸਾਨੂੰ ਇਹ ਮੈਸੇਜ ਦਿੱਤਾ ਵੀ ਸਾਡੇ ਕੋਲ ਇੱਥੇ ਜਿਹੜੀ ਫੂਡ ਬੈਂਕ ਦੇ ਜਿਹੜੀ ਅਸੀਂ ਐਸੋਸੀਏਸ਼ਨ ਚਲਾ ਰਹੇ ਹਾਂ ਉਸ ਵਿੱਚ ਕਾਫੀ ਸਿੰਗਲ ਮਮਸ ਜਿਹੜੀਆਂ ਲੇਡੀਆਂ ਜਿਹੜੀਆਂ ਸਾਡੇ ਕੋਲ ਆਉਂਦੀਆਂ ਪਰ ਸਾਡੇ ਤੋਂ ਉਹਨਾਂ ਲਈ ਜਿਹੜੀਆਂ ਲੋੜਵੰਤ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਅਸੀਂ ਜੋ ਕੁਝ ਉਹਨਾਂ ਨੂੰ ਚਾਹੀਦਾ ਹੁੰਦਾ ਸੀ ਉਹਨਾਂ ਦੇ ਨਹੀਂ ਸਕਦੇ ਉਹਨਾਂ ਨੂੰ ਵੀ ਜੇ ਅਸੀਂ ਤੁਹਾਡੇ ਕੋਲ ਉਹਨਾਂ ਨੂੰ ਭੇਜ ਸਕਦੇ ਹਾਂ ਔਰ ਮੈਂ ਤੁਹਾਨੂੰ ਇਹ ਬਹੁਤ ਕਹਿ ਲਓ ਵੀ ਇੱਕ ਫਖਰ ਨਾਲ ਦੱਸ ਰਿਹਾ ਜੀ ਜਿਹੜੀਆਂ ਔਮਨ ਐਸੋਸੀਏਸ਼ਨ ਹੈਲਪ ਸਪੋਰਟ ਦੀਆਂ ਜਿਹੜੀ ਐਬਸਪੋਰਟ ਦੇ ਬਿਅਕ ਛੋਟੀ ਜੀ ਫੂਡ ਬੈਂਕ ਵੀ ਚੱਲਦੀ ਆ ਜਿਹਨੂੰ ਸਿਟੀ ਹਾਲ ਦੀ ਸਪੋਰਟ ਆ ਸਿਟੀ ਜਿਹਨੂੰ ਚਲਾ ਰਹੀ ਆ ਐਸ ਵਿਲੇ ਜਿਹੜੀਆਂ ਸਿਟੀ ਜਿਹੜੀ ਫੂਡ ਬੈਂਕ ਨੂੰ ਚਲਾ ਰਹੀ ਆ ਉਸ ਫੂਡ ਬੈਂਕ ਦੇ ਵਿੱਚੋਂ ਜਿਹੜੀਆਂ ਫਾਈਲਾਂ ਨੇ ਤੇ ਜਾਂ ਜਿਹੜੀਆਂ ਵੂਮਨ ਐਸੋਸੀਏਸ਼ਨ ਤੋਂ ਸਿੰਗਲ ਮਮਸ ਜਿਹੜੀਆਂ ਨੇ ਉਹ ਜਿਹੜੀਆਂ ਰეკਮੈਂਡੇਸ਼ਨ ਜਿਹੜੀ ਆ ਉਹ ਸਾਡੇ ਕੋਲ ਗੁਰੂ ਨਾਨਕ ਫੂਡ ਬੈਂਕ ਨੂੰ ਆ ਰਹੀ ਆ ਪਰ ਉਹਨਾਂ ਕੋਲ ਉਹ ਗ੍ਰੋਸਰੀ ਪੂਰੀ ਨਹੀਂ ਹੁੰਦੀ ਤੇ ਉਹ ਜਿਹੜੀਆਂ ਫਾਈਲਾਂ ਸਾਡੇ ਕੋਲ ਮੂਵ ਹੋ ਰਹੀਆਂ ਤੇ ਉਹਨਾਂ ਨੂੰ ਅਸੀਂ ਜਿਹੜੀਆਂ ਲੋਡ ਜਿਹੜੀਆਂ ਚੀਜ਼ਾਂ ਹੈਗੀਆਂ ਵਾਂ ਬੇਬੀ ਫੂਡ ਆ ਡਾਈਪਰ ਆ ਜਾਂ ਸਿੰਗਲ ਮਮਸ ਲਈ ਜੋ ਚੀਜ਼ਾਂ ਚਾਹੀਦੀਆਂ ਨੇ ਜਾਂ ਫੂਡ ਚਾਹੀਦਾ ਉਹ ਇਸ ਵੇਲੇ ਗੁਰੂ ਨਾਨਕ ਫੂਡ ਉਹ ਚੀਜ਼ਾਂ ਪ੍ਰੋਵਾਈਡ ਕਰ ਰਹੀ ਆ। ਔਰ ਸਿਟੀ ਹਾਲ ਜਿਹੜੀ ਆ ਉਹ ਸਾਨੂੰ ਆਫਰ ਕਰ ਚੁੱਕੇ ਆ ਵੀ ਜਿਹੜੀ ਇਹ ਸਾਡੀ ਫੂਡ ਬੈਂਕ ਆ ਸੀ ਇਹਨੂੰ ਤੁਹਾਡੇ ਨਾਲ ਮਰਜ ਕਰ ਦੇਈਏ ਕਿਉਂਕਿ ਜੇ ਅਸੀਂ ਫਾਈਲਾਂ ਹੀ ਉੱਥੇ ਭੇਜਣੀਆਂ ਵਾ ਤੇ ਅਸੀਂ ਵੀ ਜਿਹੜੀ ਥੋੜੀ ਹੈਲਪ ਤੁਹਾਨੂੰ ਦੇ ਸਕਦੇ ਆ ਤੇ ਤੁਸੀਂ ਇਹ ਫੂਡ ਬੈਂਕ ਨੂੰ ਉਹਦੇ ਵਿੱਚ ਮਰਜ ਕਰ ਲਓ। ਅੱਛਾ ਮੇਰੇ ਮਨ 'ਚ ਇੱਕ ਹੋਰ ਸਵਾਲ ਆਇਆ ਗੱਲਾਂ ਕਰਦਿਆਂ ਤੇ ਤੁਸੀਂ ਕਿਹਾ ਕਿ ਸਿਟੀ ਨੇ ਅਪਰੋਚ ਕੀਤੀ ਕਿ ਜੇ ਉਸ ਫੂਡ ਬੈਂਕ ਨੂੰ ਮਰਜ ਕਰ ਲਿਆ ਜਾਵੇ। ਕਿ ਜਿਹੜੀ ਉਹ ਫੂਡ ਬੈਂਕ ਆ ਉਹਦੀ ਇਮਾਰਤ ਵੱਡੀ ਆ ਜਾਂ ਕਿ ਉਹ ਛੋਟੀ ਆ ਨਹੀਂ ਛੋਟੀ ਜੀ ਆ ਜੀ ਉਹਦਾ ਫੂਡ ਬੈਂਕ ਉਹਦੇ ਵਿੱਚ ਤਾਂ ਹੀ ਕਰਕੇ ਤਾਂ ਹੀ ਕਰਕੇ ਉਹਦੇ ਕੋਲੋਂ ਉਹਨਾਂ ਕੋਲੋਂ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਨਹੀਂ ਜਾ ਸਕਦੀਆਂ ਇੰਨੀਆਂ ਹੂੰ ਪਰ ਜੇ ਸਿਟੀ ਹਾਲ ਜਾਂ ਉੱਥੇ ਦੇ ਅਬਸਫੋਰਡ ਦੇ ਜਿਹੜੇ ਲੋਕ ਆ ਜਿਉਂ ਅਪਰਾਲਾ ਕਰਨ ਤੇ ਸਿਟੀ ਕੋਈ ਵੱਡੀ ਜਗ੍ਹਾ ਪ੍ਰੋਵਾਈਡ ਕਰ ਦੇਵੇ ਤੇ ਫਿਰ ਬਿਲਕੁਲ ਜੀ ਅਸੀਂ ਫੂਡ ਬੈਂਕ ਬਾਂਡ ਚ ਹੋ ਸਕਦੀ ਹੈ ਅਸੀਂ ਸਿਟੀ ਹਾਲ ਨੂੰ ਜੀ ਜਿਹੜੇ ਉੱਥੇ ਦੇ ਕਾਉਂਸਲਰ ਆਪਣੇ ਦੋ ਹੈਗੇ ਆ ਵਿੱਚ ਆਪਣੇ ਉਹ ਸਾਡਾ ਆਲਰੇਡੀ ਮਿਲ ਚੁੱਕੇ ਆ ਸਾਡਾ ਮੀਟਿੰਗ ਵੀ ਕਰ ਚੁੱਕੇ ਆ ਔਰ ਸਿਟੀ ਹਾਲ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਇਸ ਚੀਜ਼ ਨੂੰ ਕੀਤਾ ਫੂਡ ਬੈਂਕ ਨੂੰ ਔਰ ਅਸੀਂ ਤੇ ਉਹਨਾਂ ਨੂੰ ਇਹ ਅਪਰੋਚ ਪਹਿਲਾਂ ਹੀ ਕਰ ਚੁੱਕੇ ਆ ਵੀ ਜੇ ਤੁਸੀਂ ਸਾਨੂੰ ਥਾਂ ਦਿਓ ਤੇ ਅਸੀਂ ਜਿਹੜੀ ਫੂਡ ਬੈਂਕ ਆ ਉਹਨੂੰ ਇੱਕ ਬਿਗ ਸਕੀਲ ਤੇ ਅਸੀਂ ਫੂਡ ਬੈਂਕ ਚਲਾ ਸਕਦੇ ਆ ਕਿਉਂਕਿ ਸਾਨੂੰ ਪਤਾ ਸਾਡੀ ਕਮਿਊਨਿਟੀ ਦਾ ਜਦੋਂ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਵੀ ਦਾਨ ਦੀ ਗੱਲ ਆਉਂਦੀ ਆ ਤੇ ਕਦੇ ਪੈਰ ਸਾਡੀ ਕਮਿਊਨਿਟੀ ਪਿੱਛੇ ਨਹੀਂ ਰੱਖਦੇ ਇਸੇ ਕਰਕੇ ਅੱਜ ਦੀ ਤਰੀਕ ਦੇ ਵਿੱਚ ਸਿਰਫ ਅਜੇ ਸਾਨੂੰ 2 ਸਾਲ 1 ਜੁਲਾਈ ਨੂੰ ਹੋਣੇ ਆ ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਜੇ ਫਾਈਲਾਂ ਦੀ ਗਿਣਤੀ ਦੇਖੀ ਜਾਵੇ ਜਿਹੜੀਆਂ ਵੱਡੀਆਂ ਫੂਡ ਬੈਂਕਾਂ ਆ ਅਸੀਂ ਉਹਨਾਂ ਤੋਂ ਇੱਕ ਸਟੈਪ ਅੱਗੇ ਜਾ ਚੁੱਕੇ ਆ ਸਾਡੀ ਜਿਹੜੀ ਗਰੋਥ ਆ ਜਿਹੜੀ ਸਾਡੀ ਗਰੋਸਰੀ ਦੇਣ ਦੀ ਕਿਉਂਕਿ ਜਦੋਂ ਅਸੀਂ ਪਿਛਲੇ ਸਾਲ ਜਦੋਂ ਆਪਾਂ ਫੰਡਰੇਜ ਕੀਤਾ ਸੀ ਤੇ ਉਦੋਂ ਅਸੀਂ ਇਹਦੀ ਸਾਰੀ ਕੀਤਾ ਸੀ ਇਹਨੂੰ ਅਨਲਿਸਿਸ ਤਕਰੀਬਨ 1.2 ਮਿਲੀਅਨ ਦੀ ਗਰੋਸਰੀ ਜਿਹੜੀ ਸੀ ਉਸ ਤੋਂ ਬਾਅਦ 2.2 ਮਿਲੀਅਨ ਦੀ ਜਿਹੜੀ ਗਰੋਸਰੀ ਸੀ ਜਦੋਂ ਆਪਾਂ ਐਪਸਪੋਰਟ ਫੂਡ ਬੈਂਕ ਖੋਲੀ ਆ ਉਦੋਂ ਆਪਾਂ ਇਹਨੂੰ ਸਾਰਾ ਫਿਗਰ ਆਊਟ ਕੀਤਾ ਸੀ 2.2 ਮਿਲੀਅਨ ਡਾਲਰ ਦੀ ਗਰੋਸਰੀ ਜਿਹੜੀ ਆ ਤਕਰੀਬਨ 1.5 ਸਾਲ ਦੇ ਵਿੱਚ ਅਸੀਂ ਲੋਕਾਂ ਨੂੰ ਲੋੜਵੰਦਾਂ ਨੂੰ ਵੰਡ ਚੁੱਕੇ ਆ ਕੀ ਬਾਤ ਆ ਤੇ ਅਮਰਜੀਤ ਭਾਜੀ ਮੈਨੂੰ ਇੱਕ ਗੱਲ ਤੁਹਾਡੇ ਤੋਂ ਮੈਂ ਜਾਣਨਾ ਚਾਹੂੰਗੀ ਜੀ ਤੁਸੀਂ ਅਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਆ ਤੇ ਸਾਡੀ ਪੰਜਾਬੀ ਕਮਿਊਨਿਟੀ ਦੀ ਫੂਡ ਬੈਂਕ ਚੋਂ ਹਰ ਇੱਕ ਕਮਿਊਨਿਟੀ ਦੇ ਲੋਕ ਆ ਕੇ ਗਰੋਸਰੀ ਲੈ ਜਾ ਰਹੇ ਆ ਜੀ ਤੁਸੀਂ ਬੜੇ ਲੰਬੇ ਅਰਸੇ ਤੋਂ ਕੈਂసర్ ਫਾਊਂਡੇਸ਼ਨ ਆ ਜਾਂ ਜਿਹੜੀ ਫਾਇਰ ਫਾਈਟਰਸ ਆ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੇ ਹੋ ਸੋ ਜਦੋਂ ਤੁਸੀਂ ਦੂਜਿਆਂ ਲੋਕਾਂ 'ਚ ਜਾਂਦੇ ਹੋ ਸੋ ਕਿੰਨਾ ਕਿ ਜਦੋਂ ਹੁਣ ਫਲੱਡ ਦੇ ਦੌਰਾਨ ਵੀ ਸਿੱਖਾਂ ਵੱਲੋਂ ਜਾ ਕੇ ਲੰਗਰ ਲਾਏ ਗਏ ਫੂਡ ਪਹੁੰਚਦਾ ਕੀਤਾ ਗੁਰਦੁਆਰਿਆਂ ਦੀਆਂ ਸੰਸਥਾਵਾਂ ਨੇ ਇੱਥੋਂ ਤੱਕ ਕਿ ਹੈਲੀਕਾਪਟਰ ਤੱਕ ਲੈ ਕੇ ਚਲੇ ਗਏ ਸੋ ਦੂਜੇ ਲੋਕਾਂ ਦਾ ਕਿਵੇਂ ਦਾ ਰਿਐਕਸ਼ਨ ਹੁੰਦਾ ਕਿਹੋ ਜਿਹਾ ਤੁਹਾਡੇ ਨਾਲ ਸਵਾਲ ਜਵਾਬ ਹੁੰਦੇ ਜਦੋਂ ਤੁਸੀਂ ਹੋਰਾਂ ਸੰਸਥਾਵਾਂ 'ਚ ਬੈਠਦੇ ਆ ਕਿਵੇਂ ਲੱਗਦਾ ਕਿ ਇਸ ਨਜ਼ਰੀਏ ਦੇ ਨਾਲ ਉਹ ਦੇਖਦੇ ਆ ਸਾਡੀ ਕੌਮ ਨੂੰ ਉਹ ਬਲਜਿੰਦਰ ਜੀ ਹੁਣੇ ਬੈਠ ਬੈਠੇ ਮੇਰੇ ਦਿਮਾਗ 'ਚ ਇਹ ਗੱਲ ਆਈ ਸੀ ਕਿ ਜਦੋਂ ਵੀ ਆਪਾਂ ਗੱਲ ਕਰਦੇ ਆ ਬਹੁਤ ਪ੍ਰੋਜੈਕਟ ਆ ਇਕੱਲਾ ਫੂਡ ਬੈਂਕ ਦਾ ਨਹੀਂ ਤੇ ਹਮੇਸ਼ਾ ਹੀ ਕਮਿਊਨਿਟੀ ਬਜਟ ਕੇ ਮੂਹਰੇ ਆਉਂਦੀ ਆ। ਸੋ ਮੇਰੇ ਉਹਦੇ ਦਿਮਾਗ 'ਚ ਇਹ ਗੱਲ ਆਈ ਸੀ ਵੀ ਅਸੀਂ ਸਾਲ ਦੇ ਵਿੱਚ 4-5 ਇਦਾਂ ਦੇ ਵੱਡੇ ਪ੍ਰੋਜੈਕਟ ਤੀਵਨ ਨੂੰ ਸਾਰੇ ਪਾਸੇ ਕਮਿਊਨਿਟੀ ਦੇ ਹੁੰਦੇ ਆ। ਉਹਨਾਂ ਸਾਰੇ ਸ਼ਮੂਲਿਤ ਕਰਦੇ ਆ। ਪਰ ਫੇਰ ਵੀ ਸਾਡਾ ਕੁਝ ਘਟਿਆ ਨਹੀਂ। ਤੇ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਜਿਹੜੇ ਸਟਾਈਲ ਨਾਲ ਕਲਚਰ ਨਾਲ ਉਹ ਜੀਂਦੇ ਆ। ਸੋ ਉਹਨਾਂ ਕੋਲ ਬਜਟ ਨਹੀਂ ਹੁੰਦਾ ਕਿ 5 ਡਾਲਰ ਹੋ ਆਪਣੇ ਬਜਟ 'ਚੋਂ ਬਾਹਰ ਕੱਢ ਦੇਣ। ਤੇ ਪਰ ਉਹ ਫੇਰ ਵੀ ਜਿੰਨਾ ਕਰ ਸਕਦੇ ਆ। ਤੁਸੀਂ ਯਾਦ ਹੋਣਾ ਜਦੋਂ ਅਸੀਂ ਐਪਸਪੋਰਟ ਦੀ ਬੈਂਕ ਉਹਦੇ ਨਾਲ ਓਪਨਿੰਗ ਸੀਗੀ ਮੋਟਰਸਾਈਕਲ ਕਲੱਬ ਤੋਂ ਕੋਈ 20 ਦੇ ਕਰੀਬ ਮੋਟਰਸਾਈਕਲ ਵੱਖ-ਵੱਖ ਕਮਿਊਨਿਟੀਆਂ ਤੋਂ ਜਿਹੜੇ ਰਾਈਡਰ ਸੀਗੇ ਪਹੁੰਚੇ ਸੀਗੇ ਸੋ ਉਹਨਾਂ ਨੂੰ ਆਪਾਂ ਲੰਗਰ ਛਕਾਇਆ ਉੱਥੇ ਦੁਪਹਿਰ ਦਾ ਸੋ ਉਹਨਾਂ ਨੇ ਆਏ ਆਪਣੇ ਤੌਰ ਤੇ ਜਿੰਨੇ ਵੀ 5-10 ਡਾਲਰ ਜਿਹੜੇ ਪਾਏ ਸੋ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਮੈਨੇਜ ਕਿਦਾਂ ਕਰਦੇ ਆ ਵੀ ਆਪਣੇ ਸਾਰੇ ਸਾਲ ਦੇ ਬਜਟ ਦੇ ਵਿੱਚੋਂ ਇਹ ਜਿਹੜੀ ਇੰਨੀ ਡੋਨੇਸ਼ਨ ਤੁਹਾਡੀ ਕਮਿਊਨਿਟੀ ਦਿੰਦੀ ਕਿਦਾਂ ਕਰਦੇ ਮੈਨੇਜ ਮੈਂ ਕਹਾਂ ਸੀ ਮੈਨੇਜ ਨਹੀਂ ਕਰਦੇ ਅਸੀਂ ਦਾ ਬਸ ਇੰਨਾ ਹੁੰਦਾ ਕਿ ਦਾ ਦੇਣ ਦਿੱਤਾ ਉਹਦੇ ਵਿੱਚੋਂ 10% ਆਪਾਂ ਮੂੜਨਾ ਆ ਜੀ ਤੇ 10% ਵੀ ਕੋਈ ਮਿੰਕੀ ਨਹੀਂ ਅਸੀਂ ਕਰਦੇ ਸੋ ਇਹ ਤਾਂ ਬਸ ਆਪਣੇ ਆਪਣੇ ਦਿਲਾਂ ਦੀ ਕਹ ਲਓ ਖੁੱਲ੍ਹੇ ਖੁੱਲ੍ਹੇ ਕਪੈਸਿਟੀ ਆ ਇਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦਾ ਪਹਿਲਾਂ ਇਹ ਮੈਨੇਜ ਕਰਦਾ ਹੋਵੇ ਮੈਂ ਸਾਰੇ ਸਾਲ ਚ ਲੱਖ ਕਮਾਇਆ ਤਾਂ ਮੈਂ 10000 ਦੇਣਾ ਕਈ ਵਾਰੀ ਜਿਹੜਾ ਦੇਣ ਵਾਲਾ ਮੀਟਰ ਆ ਉਹ ਕਾਫੀ ਵੱਡਾ ਹੋ ਜਾਂਦਾ ਪਰ ਜਿਹੜੀ ਅਸਲੀ ਮਨ ਦੀ ਸ਼ਾਂਤੀ ਤੇ ਸਕੂਨ ਇਹ ਮਿਲਦਾ ਕਿ ਅਸੀਂ ਜੋ ਕਰ ਰਹੇ ਆ ਉਹਦਾ ਸਿੱਟਾ ਇਹ ਨਿਕਲਿਆ ਜਦੋਂ ਹੁਣ ਫਲੱਡ ਦੀ ਤੁਸੀਂ ਗੱਲ ਕੀਤੀ ਜਦੋਂ ਉਹ ਲੈ ਕੇ ਅਸੀਂ ਦੂਰ ਦਰਾਡੇ ਛੋਟੇ ਪਿੰਡਾਂ ਦੇ ਵਿੱਚ ਸਮਾਨ ਦੇਣ ਗਏ ਆ ਔਰ ਜਿਹੜੀ ਨਿਸ਼ਚਾ ਦੇ ਨਾਲ ਜਾਂ ਕਹ ਲਓ ਭਾਵਨਾ ਦੇ ਨਾਲ ਅਸੀਂ ਜਾ ਕੇ ਡੋਰ ਟੂ ਡੋਰ ਡੋਰਾ ਖੜਕਾ ਕੇ ਤੁਹਾਨੂੰ ਕੁਝ ਚਾਹੀਦਾ ਜਦੋਂ ਪੁੱਛਿਆ ਤੇ ਉਹ ਜਿਹੜੇ ਇੱਥੋਂ ਦੇ ਵੱਸਦੇ ਚਿਹਰਾ ਤੋਂ ਪੀੜੀਦਰ ਪੀੜੀ ਵੱਸਦੇ ਲੋਕੀਆ ਸੋ ਉਹਨਾਂ ਦੇ ਇਹ ਕਹਿਣਾ ਸੀਗਾ ਸਾਡੀ ਲਾਈਫ ਵਿੱਚ ਪਹਿਲੀ ਵਾਰ ਦੇਖਣ ਨੂੰ ਇਹ ਚੀਜ਼ ਮਿਲੀ ਸਾਨੂੰ ਕਿ ਕੋਈ ਸਰਕਾਰੀ ਸੰਸਥਾ ਨਹੀਂ ਕੋਈ ਕੋਈ ਬਹੁਤ ਵੱਡਾ ਕਹੋ ਆਰਗੇਨਾਈਜੇਸ਼ਨ ਨਹੀਂ ਇੱਕ ਆਮ ਕਮਿਊਨਿਟੀ ਚੋਂ ਲੋਕੀ ਉੱਠ ਕੇ ਆ ਕੇ ਆਪਣੇ ਦੂਜੇ ਪਰਿਵਾਰਾਂ ਨੂੰ ਹੈਲਪ ਪੁੱਛਣ ਆ ਰਹੇ ਆ ਭਈ ਇਦਾਂ ਦੇ ਔਖੇ ਸਮੇਂ ਦੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਸੋ ਰੋਂਦੇ ਸੀਗੇ ਸਾਰੇ ਉਹ ਤੇ ਪਲੱਸ ਉਦੋਂ ਬਾਅਦ ਜਿਹੜਾ ਇੱਕ ਮਾਨਸਤਕਾਰ ਹੁਣ ਸੋ ਕਮਿਊਨਿਟੀ ਦਾ ਸਾਰੇ ਬੈਂਸ ਦਾ ਵਰਲਡਵਾਈਡ ਹੈਗਾ ਆ ਤੇ ਪਰ ਜਿਹੜਾ ਪੋਲੀਟੀਕਲ ਤੇ মিডিਏ ਦਾ ਜਾਂ ਪ੍ਰੋਪੋਗੈਂਡਾ ਉਹ ਤਾਂ ਚੱਲਦਾ ਹੀ ਰਹਿੰਦਾ ਆ ਪਰ ਜਿਹੜਾ ਗਰਾਊਂਡ ਲੈਵਲ ਤੇ ਬਿਨਾ ਕਿਸੇ ਪੋਲੀ ਪੋਲੀਟੀਕਲ ਈਸ਼ੂ ਦੇ ਉਹ ਜਿਹੜੀ ਬਹੁਤ ਭਾਈਚਾਰੇ ਦੀ ਮਾਨਸਤਾਕਾਰ ਵੀ ਹੋ ਰਹੀ ਆ ਪਲੱਸ ਦੂਜੀਆਂ ਕਮਿਊਨਿਟੀਆਂ ਸਾਤੋਂ ਸਿੱਖ ਕੇ ਟਰਾਈ ਕਰ ਰਹੀਆਂ ਕਿ ਅਸੀਂ ਇਹਨੂੰ ਫੋਲੋ ਕਰ ਲਿਓ ਇਸ ਠੀਕ ਹੈ ਬਿਲਕੁਲ ਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਮੈਨੂੰ ਪਿਛਲੇ ਸਾਲ ਮੌਕਾ ਮਿਲਿਆ ਸੀ ਐਚ ਐਂਡ ਆਰ ਦੇ ਨਾਲ ਅਸੀਂ ਬਿਕਰਸਫੀਲਡ ਗਏ ਸੀ ਸਿਕ ਰਾਈਡਰਸ ਆਫ ਅਮਰੀਕਾ ਉਹ ਹਰ ਸਾਲ ਇੱਕ ਰਾਈਡ ਕਰਦੇ ਆ ਜੀ ਇੱਕ ਦਿਨ ਸੀ ਉਹ ਦੱਸਦੇ ਸੀ ਕਿ ਇੱਕ ਦਿਨ ਸੀ ਜਿਹੜੇ ਉੱਥੇ ਦੇ ਹਾਰਲੀ ਡੈਵਿਸਨ ਦੇ ਜਿਹੜੇ ਗੋਰੇ ਕਾਫੀ ਚਿਰ ਦੇ ਰਾਈਡਾਂ ਕਰਦੇ ਆ ਉਹ ਕਹਿੰਦੇ ਕਿਸੇ ਸਿੱਖ ਮੋਟਰਸਾਈਕਲ ਵਾਲੇ ਨੂੰ ਲਾਗੇ ਖੰਡ ਨਹੀਂ ਸੀ ਦਿੰਦੇ ਕਹਿੰਦੇ ਜਦੋਂ ਉਹ ਰਾਈਡ ਕਰਦੇ ਹੁੰਦੇ ਸੀ ਤੇ ਅਸੀਂ ਜਾਣਾ ਤੇ ਉਹ ਸਾਨੂੰ ਕਦੇ ਕੋਲ ਨਹੀਂ ਸਿਖਾਣ ਦਿੰਦੇ ਅੱਜ ਸਾਡੇ ਉੱਥੇ ਸ਼ੈਰ ਸਾਡੇ ਆਪਣੇ ਮੁੰਡੇ ਆ ਆਰਗੇਨਾਈਜ਼ ਸਾਡੇ ਆਪਣੇ ਪੰਜਾਬੀ ਕਰਦੇ ਆ ਤੇ ਉੱਥੋਂ ਹਾਰਲੀ ਡੈਵਿਸਨ ਜਿਹੜਾ ਹੱਬ ਆ ਉੱਥੋਂ ਰਾਈਡ ਲੈ ਕੇ ਉਹ ਬੇਕਰਸਫੀਲਡ ਦੀ ਸਿਟੀ 'ਚ ਜਾਂਦੇ ਆ ਜਿੰਨੇ ਪੈਸੇ ਇਕੱਠੇ ਹੁੰਦੇ ਆ ਤੇ ਉਹ ਉੱਥੇ ਛੋਟੀਆਂ-ਛੋਟੀਆਂ ਸੰਸਥਾਵਾਂ ਨੂੰ ਦਿੰਦੇ ਆ ਸੋ ਮੈਨੂੰ ਕਵਰ ਕਰਨ ਦਾ ਮੌਕਾ ਮਿਲਿਆ ਮੈਂ ਉੱਥੇ ਨਾਲ ਗਈ ਐਚ ਐਂਡ ਆਰ ਦੇ ਔਰ ਉਹ ਗੋਰਿਆਂ ਨੂੰ ਕਿਸੇ ਨੂੰ 2500 ਕਿਸੇ ਨੂੰ 5000 ਕਿਸੇ ਨੂੰ 7000 ਹਰ ਇੱਕ ਸੰਸਥਾ ਨੂੰ ਜਿੱਦਾਂ ਉਹਨਾਂ ਦੇ ਵੰਡ ਦਿੱਤੇ ਉਹਨਾਂ ਦੇ ਗਰੁੱਪਾਂ 'ਚ ਔਰ ਇੱਕ ਸੀ ਮੈਡ ਮਮਸ ਜਿਹੜੀਆਂ ਔਰਤਾਂ ਦੇ ਪਤੀ ਕੋਈ ਨਸ਼ੇ ਕਰਦੇ ਆ ਜਾਂ ਕੋਈ ਘਰੋਂ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਆ ਉਹਨਾਂ ਔਰਤਾਂ ਦੇ ਲਈ ਇੱਕ ਮੈਡ ਮਮਸ ਸੰਸਥਾ ਬਣੀ ਆ ਉਹਨਾਂ ਨੂੰ 2500 ਡਾਲਰ ਦੀ ਉਹਨਾਂ ਨੇ ਚੈੱਕ ਦਿੱਤੀ ਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਉਹ ਕਹਿੰਦੇ ਕਿ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਲੋਕ ਆ ਦਸਤਾਰ ਬੰਨ੍ਹਦੇ ਆ ਨਾ ਜਿਨ੍ਹਾਂ ਦੇ ਪੱਗਾਂ ਬੰਨੀਆਂ ਵੀ ਇਹ ਲੋਕ ਕ੍ਰਿਮੀਨਲ ਮਾਈਂਡ ਆ ਇਹ ਲੋਕ ਜਿਹੜੇ ਆ ਇਹੋ ਜਿੱਦਾਂ ਆਪਾਂ ਕਹਿੰਨੇ ਕਿ ਅੱਤਵਾਦੀ ਕਿਹਾ ਜਾਂਦਾ ਇਹਨਾਂ ਨੂੰ ਜਾਂ ਕਿਹਾ ਉਹ ਮਾੜੀ ਭਾਸ਼ਾ ਕਹਿੰਦੇ ਅਸੀਂ ਸਾਨੂੰ ਅਸੀਂ ਇਹਨਾਂ ਨੂੰ ਪਸੰਦ ਨਹੀਂ ਸੀ ਕਰਦੇ ਕਹਿੰਦੇ ਜਦੋਂ ਸਾਡੀ ਇਹੋ ਜੀ ਸੰਸਥਾ ਨੂੰ ਸਾਡੀ ਨੂੰ ਲੋੜ ਸੀ ਤੇ ਕਹਿੰਦੇ ਇਹ ਲੋਕ ਜਦੋਂ ਆ ਕੇ ਸਾਨੂੰ ਪੁੱਛਣ ਆਏ ਕਹਿੰਦੇ ਹੁਣ ਅਸੀਂ ਜਦੋਂ ਦੇਖ ਲਈਦਾ ਕਿਸੇ ਨੂੰ ਅਸੀਂ ਕਹਿੰਨੇ ਵੀ ਇਹ ਵਾਈਗਰੂ ਦੇ ਭੇਜੇ ਹੋਏ ਗॉड ਦੇ ਭੇਜੇ ਹੋਏ ਇਹੋ ਫਰਿਸ਼ਤੇ ਆ ਜਿਹੜੇ ਸਿਰ ਤੇ ਤਾਜ ਲਈ ਫਿਰਦੇ ਆ ਕਿੰਦੇ ਇਹਨਾਂ ਨੇ ਸਾਨੂੰ ਸਪੋਰਟ ਕੀਤਾ ਸੀ ਮੈਂ ਉਸ ਲੇਡੀ ਦੇ ਸ਼ਬਦ ਮੇਰੇ ਕੰਨਾਂ 'ਚ ਜਦੋਂ ਮੈਂ ਉਹਦੇ ਬਾਰੇ ਸੋਚਦੀ ਆ ਨਾ ਤਾਂ ਮੇਰੇ ਕੰਨਾਂ 'ਚ ਗੂੰਜਦੇ ਆ ਜੀ ਜੀ ਉਹ ਕਹਿੰਦੀ ਕਿ ਇੱਕ ਆਮ انسان ਕਹਿੰਦੇ ਤੁਸੀਂ ਕਿਹੜੀ ਮਿੱਟੀ ਦੇ ਬਣੇ ਆ ਅਸੀਂ ਲੋਕ ਤੁਹਾਡੇ ਨਾਲ ਕਿੰਨਾ ਨਸਲੀ ਵਿਤਕਰਾ ਕਰਦੇ ਆ ਪਰ ਤੁਸੀਂ ਲੋੜ ਪਈ ਤੇ ਸਾਨੂੰ ਆ ਕੇ ਸਾਡੀ ਬਾਹ ਫੜਦੇ ਆ ਮੈਂ ਕਹਾਂ ਜੀ ਸਾਨੂੰ ਸਾਡੇ ਗੁਰੂ ਨੇ ਦਿੱਤੀ ਇਹ ਮੱਤਿਆ ਜੀ ਜੀ ਬਿਲਕੁਲ ਕਿ ਔਖੀ ਘੜੀ ਦੇ ਵਿੱਚ ਹਰ ਇੱਕ ਦਾ ਸਾਥ ਦੇਣਾ ਤੇ ਹਰ ਇੱਕ ਕਮਿਊਨਿਟੀ 'ਚ ਚੰਗੇ ਮਾੜੇ ਲੋਕ ਤਾਂ ਹੁੰਦੇ ਆ ਪਰ ਹੁਣ ਜਦੋਂ ਫੂਡ ਬੈਂਕ ਦੀ ਗੱਲ ਕਰਦੇ ਆ ਆਪਾਂ ਸ਼ੁਰੂਆਤ ਕੀਤੀ ਸੀਗੀ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਕਮਿਊਨਿਟੀ ਨੇ ਕਿਵੇਂ ਫੂਡ ਬੈਂਕ ਨੂੰ ਸਕਸੈਸ ਕੀਤਾ ਸਟੂਡੈਂਟਸ ਮੈਂ ਮੈਂ ਹਰ ਵਕਤ ਜਾਈਦਾ ਸੀ ਜਦੋਂ ਪਹਿਲੀ ਵਾਰ ਸਟੂਡੈਂਟਾਂ ਨੂੰ ਬਿਸਤਰੇ ਦਿੱਤੇ ਸੀ ਬੱਚਿਆਂ ਦੇ ਚਿਹਰੇ ਤੇ ਇੱਕ ਚਮਕ ਸੀ ਜੀ ਤੇ ਹੁਣ ਜਿਹੜੇ ਬੱਚੇ ਉੱਥੋਂ ਇੱਥੋਂ ਤੱਕ ਕਿ ਮੇਰੇ ਆਪਣੇ ਸੋਸ਼ਲ ਮੀਡੀਆ ਤੇ ਮੈਸੇਜ ਕਰਕੇ ਪੁੱਛ ਲੈਂਦੇ ਆ ਨੰਬਰ ਭਾਈ ਸਾਹਿਬ ਉਹਨਾਂ ਦਾ ਜਾਂ ਗੁਰਦੁਆਰਾ ਸਾਹਿਬ ਦਾ ਐਡਰੈਸ ਜਾਂ ਪੁੱਛ ਲੈਂਦੇ ਆ ਕਿ ਹਾਲੇ ਵੀ ਇਹ ਪ੍ਰੋਗਰਾਮ ਚੱਲਦਾ ਹੈ ਹਾਂ ਹਾਂ ਚੰਗਾ ਲੱਗਦਾ ਸੋ ਇਹ ਪ੍ਰੋਗਰਾਮ ਵੀ ਹਾਲੇ ਨਿਰੰਤਰ ਚੱਲ ਰਿਹਾ ਹੈਗਾ ਇਹ ਹੈਬਸਵੋਰਡ ਦੀ ਲੋਕੇਸ਼ਨ ਤੇ ਵੀ ਆ ਇਹ ਵੀ ਥੋੜਾ ਜਿਆਦਾ ਦੱਸੋ ਸਟੂਡੈਂਟਸ ਵਾਲਾ ਬਿਲਕੁਲ ਬਿਲਕੁਲ ਦੋ ਮਹੀਨਿਆਂ ਤੋਂ ਚੱਲ ਰਿਹਾ ਜੀ ਔਰ ਨਿਰੰਤਰ ਜਿਵੇਂ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਵਾ ਵਿੱਚ ਜੇ ਬੱਚੇ ਉਹਨਾਂ ਹਟ ਗਏ ਸੀ ਪੰਜਾਬ ਤੋਂ ਤੇ ਹੁਣ ਵਾਪਸ ਜਦੋਂ ਸ਼ੁਰੂਆਤ ਹੋਈ ਹੈ ਬਿਲਕੁਲ ਫੇਰ ਸ਼ੁਰੂ ਹੋ ਗਿਆ ਜੀ ਹੁਣ ਫੇਰ ਜਿਹੜਾ ਬਿਸਤਰਿਆਂ ਦਾ ਮੈਟ੍ਰਸ ਦਾ ਜਿਹੜਾ ਵੈਲਕਮ ਪੈਕ ਹੈ ਜਿਹੜਾ ਵਾ ਬਿਲਕੁਲ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ ਜੀ ਔਰ ਉਦੋਂ ਖੁਸ਼ੀ ਹੁੰਦੀ ਪੰਜਾਬ ਦੇ ਵਿੱਚੋਂ ਜਿਹੜੇ ਆਪਾਂ ਜੋ ਮਰਜੀ ਕਹੀਏ ਜਦੋਂ ਜਦੋਂ ਮਾਪਿਓ ਉੱਥੇ ਆਪਣੇ ਬੱਚਿਆਂ ਨੂੰ ਭੇਜਦੇ ਆ ਨਾ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਥੋੜਾ ਜਿਹਾ ਵੀ ਇਹ ਚੀਜ਼ ਦਾ ਅਹਿਸਾਸ ਹੁੰਦਾ ਵੀ ਉੱਥੇ ਕੋਈ ਬੰਦੇ ਹੈਗੇ ਆ ਕੋਈ ਸੰਸਥਾ ਹੈਗੀ ਆ ਜਿਹੜੀ ਸਾਡੇ ਬੱਚਿਆਂ ਦੀ ਬਾਹ ਫੜਨ ਵਾਲੀ ਆ ਜਿੱਥੋਂ ਜਾ ਕੇ ਹੈਲਪ ਲੈ ਸਕਦੇ ਆ ਤੁਸੀਂ ਹੈਰਾਨ ਹੋਵੋਗੇ ਕਿ ਇੰਡੀਆ ਤੋਂ ਮਾਪਿਓ ਸਾਨੂੰ ਫੋਨ ਕਰਦੇ ਆ ਵੀ ਸਾਡੇ ਬੱਚੇ ਕੋਲ ਆ ਚੀਜ਼ ਹੈ ਨਹੀਂ ਪਲੀਜ਼ ਕਿਉਂਕਿ ਬੱਚੇ ਕਈ ਵਾਰ ਸ਼ਰਮਦੇ ਆ ਵੀ ਸਾਡੇ ਬੱਚਿਆਂ ਕੋਲ ਆ ਚੀਜ਼ ਹੈ ਨਹੀਂ ਤੁਸੀਂ ਪਲੀਜ਼ ਜੇ ਇਹਨਾਂ ਨੂੰ ਆ ਚੀਜ਼ ਪ੍ਰੋਵਾਈਡ ਕਰ ਦੋਗੇ ਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਇਹ ਕਹਿੰਦਾ ਵੀ ਬੱਚੇ ਸਾਨੂੰ ਸਿੱਧਾ ਫੋਨ ਕਰਸੇ ਤੁਸੀਂ ਇੰਡੀਆ ਤੋਂ ਫੋਨ ਕਰਦੇ ਆ ਪਰ ਉੱਥੇ ਬੈਠੇ ਮਾਪੇ ਉਹਨੂੰ ਫਿਕਰ ਆ ਤੇ ਪਰ ਉਹਨਾਂ ਨੂੰ ਜਦੋਂ ਇਹ ਚੀਜ਼ ਦਾ ਅੰਦਰ ਇੱਕ ਸਕੂਨ ਜਿਹਾ ਹੁੰਦਾ ਵੀ ਸਾਡੇ ਬੱਚਿਆਂ ਦੀ ਕੋਈ ਬਾਹ ਫੜਨ ਵਾਲਾ ਉੱਥੇ ਬੈਠਾ ਸਾਡੇ ਬੱਚਿਆਂ ਨੂੰ ਕੋਈ ਤਕਲੀਫ ਆ ਕੋਈ ਪ੍ਰੋਬਲਮ ਆਉਂਦੀ ਆ ਤੇ ਉੱਥੇ ਕੋਈ ਹੈਲਪ ਕਰਨ ਵਾਲੇ ਬੈਠੇ ਆ ਇਹੀ ਆਪਾਂ ਇੱਕ ਕਰ ਸਕਦੇ ਆ ਕਿਉਂਕਿ ਸਾਡੀ ਜਨਰੇਸ਼ਨ ਆ ਇਹਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਮੈਂ ਤੇ ਕੱਲ ਅਸੀਂ ਕਿਤੇ ਗਏ ਹੋ ਸੀ ਤੇ ਮੈਂ ਉੱਥੇ ਨਾ ਅਮਰਜੀਤ ਸਿੰਘ ਇੱਕ ਗੱਲ ਕਰਦਾ ਸੀ ਮੈਂ ਕਿ ਬਾਦਲ ਨੂੰ ਗਾਲਾਂ ਕੱਢੀ ਜਾਂਦੇ ਆ ਵੀ ਹਰ ਮਾੜੀ ਚੀਜ਼ ਦੇ ਵਿੱਚ ਕੋਈ ਚੰਗੀ ਚੀਜ਼ ਵੀ ਲੱਭਦੀ ਆ ਹਰ ਮਾੜੀ ਚੀਜ਼ 'ਚੋਂ ਕੋਈ ਚੰਗੀ ਚੀਜ਼ ਵੀ ਲੱਭਦੀ ਆ ਬਾਦਲ ਨੇ ਸਿੱਖਾਂ ਦਾ ਬੇੜਾ ਜ਼ਰੂਰ ਕਰਕੇ ਕੀਤਾ ਔਰ ਜਿਹੜਾ ਇੱਕ ਪੱਖ ਵਾ ਪਰ ਦੂਸਰਾ ਪੱਖ ਆ ਉਹਦੇ ਸਤਾਏ ਹੋਏ ਉਹ ਜਿਹੜੇ ਚਾਹੇ ਉਹ ਕਾਂਗਰਸੀ ਚਾਹੇ ਉਹ ਅਕਾਲੀ ਸੀ ਇਹਨਾਂ ਗਵਰਨਮੈਂਟਾਂ ਦੇ ਸਤਾਏ ਹੋਏ ਜੇ ਉੱਥੇ ਛੱਡਿਆ ਹੀ ਜੰਗ ਜਨਰੇਸ਼ਨ ਲਈ ਕੱਖ ਨਹੀਂ ਔਰ ਉਹ ਜਿਹੜੀ ਜੰਗ ਜਨਰੇਸ਼ਨ ਆ ਇਸ ਵੇਲੇ ਬਾਹਰ ਪਹੁੰਚ ਗਈ ਹੁਣ ਜੇ ਤੁਸੀਂ ਇੰਡੀਆ ਵਿੱਚ ਕਹੋ ਇੰਡੀਆ ਵਿੱਚ ਤੇ ਮੈਨੂੰ ਲੱਗਦਾ ਬਈ ਇਹ ਜਿਹੜਾ ਸਿੱਖੀ ਦਾ ਭੋਗ ਪਈ ਜਾਂਦਾ ਵਾ ਕਿਉਂਕਿ ਉੱਥੇ ਏਜੰਸੀਆਂ ਇਸ ਤਿੱਕੇ ਨਾਲ ਕੰਮ ਕਰਦੀਆਂ ਤੇ ਮੈਂ ਸੋਚਦਾ ਵੀ ਇਹਨਾਂ ਦੀ ਮਿਹਰਬਾਨੀ ਆ ਇਹਨਾਂ ਨੇ ਉਹ ਜਿਹੜੇ ਸਿੱਖ ਸੀਗੇ ਨਾ ਉੱਥੋਂ ਭਜਾ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬਸਾ ਦਿੱਤੇ ਸਿੱਖੀ ਕਦੇ ਮਰਦੀ ਨਹੀਂ ਸਾਰੀ ਦੁਨੀਆ ਦੇ ਵਿੱਚ ਸਿੱਖੀ ਫੈਲ ਗਈ ਜੀ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਚ ਤੇ ਜੇ ਉੱਥੇ ਸਾਨੂੰ ਤਕਲੀਫ ਹੀ ਕੋਈ ਨਾ ਹੁੰਦੀ ਤੇ ਇੱਥੇ ਕਹਿੰਨੇ ਆਉਣਾ ਸੀ ਅੱਛਾ ਭਾਈ ਸਾਹਿਬ ਤੁਸੀਂ ਬੜੀ ਸੋਹਣੀ ਗੱਲ ਕੀਤੀ ਆ ਇੱਕ ਸਮਾਂ ਹੁੰਦਾ ਸੀ ਅਮਰਜੀਤ ਭਾਜੀ ਤੁਹਾਨੂੰ ਵੀ ਪਤਾ ਹੋਣਾ ਇੱਕ ਸਮਾਂ ਹੁੰਦਾ ਸੀ ਸਾਡੀਆਂ ਔਰਤਾਂ ਸੂਟ ਪਾ ਕੇ ਚੁੰਨੀ ਲੈ ਕੇ ਦਸਤਾਰ ਬੰਨ ਕੇ ਸਾਡੇ ਜਿਹੜੇ ਆਪਣੇ ਭਾਈ ਭੈਣ ਬਾਹਰ ਜਾਣ ਤੋਂ ਡਰਦੇ ਹੁੰਦੇ ਸੀ ਨਸਲੀ ਵਿਤਕਰੇ ਤੋਂ ਅੱਜ ਜਦੋਂ ਦਸਤਾਰ ਬਨ ਕੇ ਜਾਂਦੇ ਤੇ ਗੋਰੇ ਪ੍ਰਾਊਡਲੀ ਸਾਨੂੰ ਬੁਲਾਉਂਦੇ ਆ ਪ੍ਰਾਊਡਲੀ ਸਾਡੇ ਨਾਲ ਗੱਲ ਕਰਦੇ ਆ ਸਾਡੇ ਪਹਿਰਾਵੇ ਦੀ ਵੀ ਕਾਪੀ ਕਰਦੇ ਆ ਬਹੁਤ ਸਾਰੀਆਂ ਦੂਜੇ ਨੇਸ਼ਨ ਦੀਆਂ ਔਰਤਾਂ ਸਾਡੇ ਪਹਿਰਾਵਾ ਪਾਉਂਦੀਆਂ ਸੋ ਜੇ ਪੰਜਾਬ ਚ ਇਹੋ ਜਿਹਾ ਤੱਕਾ ਹੋ ਰਿਹਾ ਸੀ ਤੇ ਬਾਹਰਲੇ ਮੁਲਕਾਂ ਚ ਜਾ ਕੇ ਹੁਣ ਤਾਂ ਪੂਰੀ ਦੁਨੀਆ ਚ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਨਾ ਪੂਰੀ ਦੁਨੀਆ ਚ ਵਸ ਜਾਓ ਜਾ ਕੇ ਹੁਣ ਤਾਂ ਪੂਰੀ ਦੁਨੀਆ ਚ ਸਿੱਖਾ ਸਿੱਖ ਚਲੇ ਗਏ ਆ ਤੇ ਹਰਕਾ ਜਾ ਕੇ ਅਸ਼ਾਈਆਂ ਫਲਾ ਰਹੇ ਆਪਣੀਆਂ ਦੂਜੀ ਗੱਲ ਇਹ ਵੀ ਹੈ ਜੀ ਉਹਦਾ ਇਕੱਲਾ ਫਾਇਦਾ ਸਾਡੀ ਕਮਿਊਨਿਟੀ ਨੂੰ ਨਹੀਂ ਸਾਰੀਆਂ ਕਮਿਊਨਿਟੀ ਨੂੰ ਤਾਂ ਹੈਗੀਆਂ ਹੈਗੀਆਂ ਹੁਣ ਉਸ ਪ੍ਰਵਾਹ ਦੀ ਗੱਲ ਤੁਸੀਂ ਤੋਰੀ ਸੀ ਕਿ ਜੇ ਉਹ ਸੂਟ ਬਣ ਕੇ ਤਾਂ ਅਕਸਰ ਨੂੰ ਇੰਡੀਆ 'ਚ ਆਉਂਦੇ ਆ ਨਾ ਤੇ ਉਹ ਜਿਹੜਾ ਇਕਨੋਮਿਕ ਫਾਇਦਾ ਉੱਥੇ ਹੋ ਰਿਹਾ ਉਹ ਉਹਦਾ ਵੀ ਜ਼ਰੀਆ ਤਾਂ ਸਾਡੇ ਥਰੂ ਹੀ ਹੋਇਆ ਸਾਰੇ ਪ੍ਰਵਾਹ ਭਾਈਚਾਰੇ ਥਰੂ ਜੇ ਹੁਣ ਇੱਥੇ ਪਾਇਲਵਿੰਗ ਸੈਂਟਰ ਵਰਗੇ ਏਡੇ ਏਡੇ ਮਾਲ ਖੁੱਲਿਓ ਆ ਜਿੱਥੇ ਹਜ਼ਾਰਾਂ ਹੀ ਦੁਕਾਨਾਂ ਆ ਔਰ ਉੱਥੋਂ ਇਕੱਲੀ ਸਾਡੀ ਕਮਿਊਨਿਟੀ ਨਹੀਂ ਖਰੀਦੀ ਸਾਰੇ ਤਰ੍ਹਾਂ ਦੇ ਜਿਹੜੇ ਫਾਲੋ ਕਰਦੇ ਜਦੋਂ ਮਸਾਖੀ ਆਉਂਦੀ ਆ ਹਰ ਇੱਕ ਜਿਹੜੇ ਦੂਜੇ ਭਾਈਚਾਰੇ ਦੀਆਂ ਔਰਤਾਂ ਆ ਉਹ ਟਰਾਈ ਕਰਦੀਆਂ ਕਿ ਅਸੀਂ ਤੁਹਾਡੇ ਵਾਲਾ ਉਹਦਾਂ ਨੂੰ ਪਹਿਰਾਵਾ ਪਹਿਨੀਏ ਭਾਵੇਂ ਉਹਨਾਂ ਨੇ ਇੱਕ ਪੰਨ ਦਿਨ ਪਹਿਨਣਾ ਆ ਪਰ ਉਹ ਇਕਨੋਮੀ ਦੇ ਵਿੱਚ ਤਾਂ ਬੂਸਟ ਮਿਲਦਾ ਨਾ ਉਹਨੂੰ ਬਿਲਕੁਲ ਸਹੀ ਕਿਹਾ ਜਿਵੇਂ ਹੁਣ ਤੁਸੀਂ ਭਾਈ ਸਾਹਿਬ ਹੁਣੇ ਪੰਜਾਬ ਜਾ ਕੇ ਆਏ ਆ ਪੰਜਾਬ ਦੀ ਧਰਤੀ ਤੇ ਜਿਹੜਾ ਬਿਜ਼ਨਸ ਚੱਲਦਾ ਜਿਹੜੀਆਂ ਏਡੇ ਏਡੇ ਸ਼ੋਰੂਮ ਖੋਲੀ ਬੈਠੇ ਆ ਉਹਨਾਂ ਦਾ ਬਿਜ਼ਨਸ ਵੀ ਤਾਂ ਇੱਥੇ ਦੀਆਂ ਬੀਬੀਆਂ ਬੈਠੀਆਂ ਚਲਾਉਂਦੀਆਂ ਜਿਹੜਾ ਪਹਿਰਾਵਾ ਪਹਿਨਦੇ ਹੈਗੇ ਆ ਸਾਰਾ ਉੱਥੋਂ ਹੀ ਆਉਂਦਾ ਹੈਗਾ ਸੋ ਉਹਨਾਂ ਨੂੰ ਇੱਥੋਂ ਬੈਠੇ ਰੁਜ਼ਗਾਰ ਲੋਕੀ ਦੇ ਰਹੇ ਹੈਗੇ ਆ ਸੋ ਜਿੱਥੇ ਉਹ ਬਾਹਰ ਆਏ ਆ ਬਾਹਰ ਆ ਕੇ ਪਿੱਛੋਂ ਉੱਥੇ ਦਾ ਵੀ ਸਵਾਰ ਰਹੇ ਹੈਗੇ ਆ ਪਿੱਛੋਂ ਇੱਥੋਂ ਦਾ ਸਬੰਧ ਕੱਢ ਕੇ ਉੱਥੇ ਵੀ ਲੋਕਾਂ ਦੀ ਮਦਦ ਕਰ ਰਹੇ ਹੈਗੇ ਆ ਸੋ ਅਸੀਂ ਤਾਂ ਬਾਹਰ ਆ ਗਏ ਚਲੋ ਜਿੱਦਾਂ ਮਰਜੀ ਸੀਗਾ ਪਰ ਇੱਥੇ ਆ ਕੇ ਵੀ ਫਲਾਹ ਹੋ ਰਿਹਾ ਹੈਗਾ ਜੀ ਜੀ ਚੰਗੇ ਕੰਮਾਂ ਦਾ ਤੁਸੀਂ ਹੁਣੇ ਜਾ ਕੇ ਆਏ ਹੋ ਉੱਥੇ ਤੁਸੀਂ ਕਾਫੀ ਸਾਰੇ ਪ੍ਰੋਗਰਾਮਾਂ 'ਚ ਵੀ ਗਏ ਹੋਵੋਗੇ ਪਰਵਾਰਾਂ ਨੂੰ ਵੀ ਮਿਲੇ ਹੋਵੋਗੇ ਸੋ ਜਦੋਂ ਉੱਥੇ ਲੋਕਾਂ ਨੂੰ ਪਤਾ ਲੱਗਦਾ ਕਿ ਇੱਥੇ ਅਸੀਂ ਫੂਡ ਬੈਂਕ ਖੋਲੀ ਆ ਆਹ ਕੁਝ ਅਸੀਂ ਸਾਡੀਆਂ ਸੰਸਥਾਵਾਂ ਕਰ ਰਹੀਆਂ ਕਿੰਨਾ ਕੈਪਰੀਸ਼ੀਏਟ ਕਰਦੇ ਆ ਕਿੰਨਾ ਕੁ ਉਹਨਾਂ ਨੂੰ ਚੰਗਾ ਲੱਗਦਾ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਆ ਜੀ ਮੈਨੂੰ ਤਕਰੀਬਨ ਅ ਕਈ ਵਾਰੀ ਸੋਸ਼ਲ ਮੀਡੀਆ 'ᱨਹੀ ਕਿਸੇ ਨੂੰ ਪਤਾ ਲੱਗ ਜਾਂਦਾ ਵੈਸੇ ਤਾਂ ਮੈਂ ਬਹੁਤਾ ਸੋਸ਼ਲ ਮੀਡੀਆ ਤੇ ਕਦੇ ਦੱਸਿਆ ਨਹੀਂ ਵੀ ਮੈਂ ਇਸ ਵੇਲੇ ਕਿੱਥੇ ਆ ਬਹੁਤ ਲੋਕ ਇਸ ਤਰ੍ਹਾਂ ਹੀ ਪੋਸਟਾਂ ਪਾਉਂਦੇ ਆ ਪਰ ਫਿਰ ਵੀ ਮੈਨੂੰ ਲੱਗਾ ਬਈ ਜਿੰਨੇ ਇਥੋਂ ਡੈੱਡ ਬਾਡੀਜ਼ ਅਸੀਂ ਭੇਜੀਆਂ ਇੰਡੀਆਂ ਨੂੰ ਉਹਨਾਂ ਹਰੇਕ ਮਾਪਿਆਂ ਦਾ ਮੈਨੂੰ ਉੱਥੇ ਫੋਨ ਆਇਆ ਬਈ ਸੇ ਤੁਹਾਨੂੰ ਮਿਲਣਾ ਕਿਉਂਕਿ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਸੀ ਇਹਨਾਂ ਮੈਂ ਮਿਲ ਨਹੀਂ ਸਕਿਆ ਕਿਸੇ ਨੂੰ ਪਰ ਉਹ ਲੋਕਾਂ ਦੇ ਮੈਨੂੰ ਫੋਨ ਆਉਂਦੇ ਸੀ ਮੈਨੂੰ ਮੈਸੇਜ ਆਉਂਦੇ ਸੀ ਬਈ ਸੇ ਤੁਹਾਨੂੰ ਮਿਲ ਕੇ ਤੁਹਾਡਾ ਅਪਰੀਸ਼ੀਏਟ ਕਰਨਾ ਚਾਹੁੰਦੇ ਆ ਬਈ ਤੁਸੀਂ ਸਾਡੇ ਐਂਡ ਦੇ ਟਾਈਮ ਤੇ ਸਾਡੇ ਬੱਚੇ ਦਾ ਮੂੰਹ ਸਾਨੂੰ ਦਿਖਾ ਲ ਦਿੱਤਾ ਹੂੰ ਤੇ ਜਿਹੜੇ ਲੋਕ ਇਥੋਂ ਜਿਹੜੇ ਨਿਆਣੀ ਇਥੋਂ ਫੂਡ ਬੈਂਕ ਚੋ ਹੈਲਪ ਲੈ ਰਹੇ ਆ ਲੋਕ ਇਨਾਂ ਐਪਰੀਸ਼ੀਏਟ ਕਰਦੇ ਆ ਜੀ ਕਿਉਂਕਿ ਇਹ ਇਦਾਂ ਨਹੀਂ ਹੁੰਦਾ ਬਹੁਤ ਲੋਕ ਐਵੇਂ ਸੋਚਦੇ ਆ ਵੀ ਇਹਨਾਂ ਨੂੰ ਕਿਉਂ ਉੱਥੋਂ ਆਉਂਦੇ ਆ ਆਪਣਾ ਆਪ ਕਿਉਂ ਨਹੀਂ ਕਰ ਸਕਦੇ ਇਹ ਕੋਈ ਇਦਾਂ ਥੋੜੋ ਵੀ ਆਪਾਂ ਇਹਨਾਂ ਨੂੰ ਕੋਈ ਮਹਿਲ ਖੜਾ ਕਰਕੇ ਦੇ ਰਹੇ ਆ ਇਹ ਤੇ ਇੱਕ ਆਉਂਦਿਆਂ ਲਈ ਇੱਕ ਛੋਟਾ ਜਿਹਾ ਇੱਕ ਉਪਹਾਰ ਆ ਉਹਨਾਂ ਲਈ ਉਹਨਾਂ ਨੂੰ ਇਹ ਫੀਲਿੰਗ ਕਰਾਉਣੀ ਆ ਵੀ ਤੁਹਾਡੇ ਲਈ ਅਸੀਂ ਇੱਥੇ ਬੈਠੇ ਆ ਹਮਮ ਔਰ ਐਸ ਵੇਲੇ ਤੁਸੀਂ ਦੇਖੋ ਫੂਡ ਬੈਂਕ ਚ ਚਲ ਜਾਓ ਤੁਸੀਂ ਗੁਰਦਰਾ ਸਾਹਿਬ ਚ ਚਲ ਜਾਓ ਹਮਮ ਐਸ ਵੇਲੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਸਾਡੇ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਹੈਲਪ ਲਈ ਆ ਉਹ ਆਣ ਕੇ ਹੈਲਪ ਦੇ ਰਹੇ ਆ ਬਿਲਕੁਲ ਜੀ ਮੈਂ ਉਹ ਡੋਨੇਸ਼ਨ ਦੇ ਰਹੇ ਆ ਮੈਂ ਗੱਲ ਨੋਟਿਸ ਕੀਤੀ ਹੈ ਜਿਹੜੇ ਬੱਚੇ ਗਰੋਸਰੀ ਪਹਿਲਾਂ ਲੈ ਕੇ ਜਾਂਦੇ ਸੀ ਨਾ ਹੋਣੋ ਆਪਣੇ ਕਮਾਕਾਰਾਂ ਚ ਵਧੀਆ ਕੰਮ ਕਰਦੇ ਹੁਣ ਜਦੋਂ ਬੱਚੇ ਆਉਂਦੇ ਆ ਬੇਸ਼ੱਕ ਉਹ ਕੋਈ 2 ਦੋ ਮਹੀਨੇ ਹੋਏ ਆ ਜਾਂ 4 ਮਹੀਨੇ ਹੋਏ ਆ ਦੁੱਧ ਦੀ ਗੈਲਨ ਆਟੇ ਦਾ ਬੈਗ ਛੋਟਾ ਮੋਟਾ ਕੋਈ ਚੀਜ਼ ਉਹ ਗੁਰਦੁਆਰਾ ਸਾਹਿਬ ਲੈ ਕੇ ਜਰੂਰ ਆਉਂਦੇ ਮੈਨੂੰ ਇਹ ਗੱਲ ਬੜੀ ਬੱਚਿਆਂ ਦੀ ਚੰਗੀ ਲੱਗਦੀ ਆ ਔਰ ਇਹ ਚੰਗੀ ਆ ਕਿ ਉਹ ਇਸ ਕਿਉਂਕਿ ਹੁਣ ਦੇਖੋ ਭੈਣ ਜੀ ਸਾਡੇ ਮੈਂ ਵੇਸਮੈਂਟ ਦੇ ਵਿੱਚ ਇੱਕ ਸਟੂਡੈਂਟ ਰੱਖੇ ਆ ਹੂੰ ਉਹ ਮੈਨੂੰ ਲੱਗਦਾ ਉਹਨਾਂ ਨੂੰ 5-6 ਮਹੀਨੇ ਹੋ ਗਏ ਆ ਜਦੋਂ ਉਹ ਆਏ ਸੀ ਉਦੋਂ ਮੈਨੂੰ ਉਹਨਾਂ ਨੇ ਪੁੱਛਿਆ ਜੀ ਕੋਈ ਪੁਰਾਣਾ ਟੀਵੀ ਹੈ ਨਹੀਂ ਤੁਹਾਡੇ ਕੋਲੇ ਬਈ ਬਾਕੀ ਜਿੰਨਾ ਸਮਾਨ ਸੀ ਉਹਨਾਂ ਦਾ ਬੇਸਮੈਂਟ ਜੋ ਜੋ ਉਹਨਾਂ ਨੂੰ ਚਾਹੀਦਾ ਸੀ ਮੈਂ ਕੋਲੋਂ ਸਾਰਾ ਕੁਝ ਉਹਨਾਂ ਨੂੰ ਆਪ ਰੱਖ ਕੇ ਦਿੱਤਾ ਟੀਵੀ ਹੈ ਨਹੀਂ ਸੀ ਮੇਰੇ ਕੋਲ ਵੀ ਕੋਈ ਤੇ ਉਹ ਮੈਨੂੰ ਪੁੱਛਦੇ ਸੀ ਵੀ ਕੋਈ ਟੀਵੀ ਹੈ ਨਹੀਂ ਮੈਂ ਕੋਈ ਨਾ ਵੀ ਕੋਈ ਦੇਖਦੇ ਇਂਤਜ਼ਾਮ ਕਰਦੇ ਮੇਰੀ ਵੀ ਦਿਮਾਗ ਚ ਨਿਕਲ ਗਿਆ ਅੱਜ 5 ਮਹੀਨੇ ਬਾਅਦ ਵੀ ਉਹਨਾਂ ਕੋਲ ਟੀਵੀ ਨਹੀਂ ਹੈਗਾ ਤੇ ਮੈਂ ਉਦੋਂ ਮੈਂ ਸੋਚਦਾ ਸੀ ਵੀ ਠੀਕ ਆ ਆਪਾਂ ਇਹ ਕਹਿ ਸਕਦੇ ਆਂ ਵੀ ਕੋਈ ਨਾ ਆਪੇ ਕਮਾ ਕੇ ਲੈਣਗੇ ਪਰ ਇਸ ਲਈ ਵੀ ਕਈ ਵਾਰੀ ਪ੍ਰੋਬਲਮ ਇਦਾਂ ਦਾ 5 ਮਹੀਨੇ ਤੋਂ ਨਿਆਣੇ ਦਾ ਜੀ ਦਾ ਕਰਦਾ ਵਾ ਕਿ ਤੇ ਮੈਂ ਵੀ ਟੀਵੀ ਦੇਖਾਂ ਪਰ 5 ਮਹੀਨੇ ਬਾਅਦ ਵੀ ਕੱਲ ਮੈਨੂੰ ਉਹਨਾਂ ਦਾ ਫੋਨ ਆਇਆ ਅੰਕਲ ਜੀ ਟੀਵੀ ਦਾ ਕੁਝ ਹੋਇਆ ਨਹੀਂ ਮੈਂ ਕਿ ਤੁਸੀਂ ਲਿਆ ਨਹੀਂ ਅਜੇ ਕਹਿੰਦੇ ਨਹੀਂ ਸਾਡੇ ਕੋਲ ਟੀਵੀ ਹੈ ਨਹੀਂ ਤੇ ਮੈਂ ਅੱਜ ਟੀਵੀ ਬਾਏ ਕਰਕੇ ਉਹਨਾਂ ਨੂੰ ਉਹ ਮਤਲਬ ਪਚਾਇਆ ਬਈ ਮੇਰੇ ਦਿਮਾਗ ਚ ਕਾਲੋ ਐਵੇਂ ਆਇਆ ਬਈ ਅਜੇ ਤੱਕ ਇਹਨਾਂ ਕੋਲ ਟੀਵੀ ਹੈ ਨਹੀਂ ਬੰਦੇ ਦਾ ਜੀ ਤਾ ਕਰਦਾ ਹੀ ਆ ਕਿਤੇ ਨਾ ਕਰਦਾ ਜੀ ਤਾ ਕਰਦਾ ਸਾਡੇ ਬੱਚੇ ਆ ਇਹ ਵੀ ਤਾਂ ਸਾਡੇ ਬੱਚੇ ਆ ਅੱਜ ਜੀ ਇਹ ਸਾਡੇ ਕੋਲ ਆਏ ਆ ਜੇ ਅੱਜ ਅਸੀਂ ਇਹਨਾਂ ਨੂੰ ਕਲਾਵੇ ਚ ਲਵਾਂਗੇ ਕੱਲ ਦਾ ਸਾਡਾ ਹੀ ਭਵਿੱਖ ਆ ਇਹਨਾਂ ਨੇ ਇੱਥੇ ਹੀ ਰਹਿਣਾ ਇੱਥੇ ਕੰਮਕਾਰ ਕਰਨਾ ਇੱਥੇ ਹੀ ਇਹਨਾਂ ਨੇ ਵਸਣਾ ਇੱਥੇ ਹੀ ਇਹਨਾਂ ਦੇ ਪਰਿਵਾਰ ਬਣਨੇ ਆਗਾ ਇੱਥੇ ਜਨਰੇਸ਼ਨ ਵਧਣੀ ਆ ਸੋ ਜੇ ਅੱਜ ਅਸੀਂ ਕਲਾਵੇ ਚ ਲਵਾਂਗੇ ਤੇ ਕੱਲ ਸਾਡੇ ਬੱਚਿਆਂ ਦੇ ਨਾਲ ਮਰਜ ਹੋ ਕੇ ਸੋਹਣਾ ਸਮਾਜ ਸਿਰਜਣਗੇ ਬੜੀ ਚੰਗੀ ਗੱਲ ਆ ਵਧੀਆ ਉਪਰਾਲਾ ਤੇ ਅਮਰਜੀਤ ਭਾਜੀ ਜਦੋਂ ਅਸੀਂ ਗੱਲ ਕਰਦੇ ਆ ਇਹੋ ਜਿਹੇ ਪ੍ਰੋਗਰਾਮ ਉਲੀਕਦੇ ਆ ਜਿਵੇਂ ਹੁਣ ਆਪਾਂ ਕੈਨੇਡਾ ਡੇ ਤੇ ਉਲੀਕ ਰਹੇ ਹੈਗੇ ਆ ਜੀ ਜੀ ਆਪਾਂ ਇੱਕ ਟੀਚਰ ਮਿੱਥਦੇ ਹੁੰਨੇ ਆ ਕਿ ਅਸੀਂ 50 ਹਜ਼ਾਰ ਦਾ ਟੀਚਰ ਰੱਖਿਆ ਜਾਂ ਲੱਖ ਦਾ ਰੱਖਿਆ ਸੋ ਐਤਕੀ ਇਹ ਇੱਕ ਮੈਂ ਦੇਖਿਆ ਕਿ ਪੂਰੀ ਤੁਹਾਡੀ ਮੈਨੇਜਮੈਂਟ ਕਹਿ ਰਹੀ ਹੈਗੀ ਆ ਸਾਰੇ ਹੀ ਕਹਿ ਰਹੇ ਕਿ ਟੀਚਾ ਨਹੀਂ ਮਿੱਥਣਾ ਐਤਕੀ ਸੰਗਤ ਦੱਸੇ ਕਿੰਨਾ ਟੀਚਾ ਰੱਖਣਾ ਇਹ ਕਿਵੇਂ ਜਹਨ ਦੇ ਵਿੱਚ ਆਇਆ ਇਹਦਾ ਇਹ ਆ ਕਿ ਨਾਮ ਦੀ ਨਾਲ ਜਿੱਦਾਂ ਅਗਿਆਨੀ ਸੀ ਉਹਨਾਂ ਨੇ ਦੱਸਿਆ ਕਿ ਜਿਹੜਾ ਓਵਰਲੋਡ ਵੀ ਚੱਲ ਰਿਹਾ ਪਲੱਸ ਉਹਦਾ ਅਨਾਲਿਸਿਸ ਵੀ ਕਰ ਰਹੇ ਆ ਅਸੀਂ ਕਿ ਸਾਡਾ ਹੁਣ ਇਸ ਵੇਲੇ ਜਿਹੜਾ ਉਹ ਕਟੋ-ਕਟ ਸਾਲ ਦਾ ਬਜਟ ਕਿੰਨਾ ਖੋਣਾ ਚਾਹੀਦਾ ਤੇ ਉਹਦੇ ਅਕੋਰਡਿੰਗ ਵੀ ਨੇੜੇ ਜਾ ਕੇ ਕਰਾਂਗੇ ਤੇ ਜਰੂਰ ਪਰ ਅਸੀਂ ਜਿੱਦਾਂ ਹੁਣੇ ਤੁਸੀਂ ਦੱਸਿਆ ਕਿ ਜਿਹੜੀ ਜੰਗ ਜੇਨਰੇਸ਼ਨ ਸਾਡੀ ਜੰਗ ਬੱਚੇ ਇਨਵੋਲਵ ਹੋਇਆ ਅਸੀਂ ਆਈਡੀਆ ਲੈਣਾ ਚਾਹੁੰਦੇ ਹਾਂ ਉਹਨਾਂ ਤੋਂ ਕਿਉਂਕਿ ਸਾਦੋਂ ਜ਼ਿਆਦਾ ਉਹ ਹੁਣ ਐਡਵਾਂਸ ਆ ਅੱਜ ਕੱਲ ਦੀ ਜਿਹੜੀ ਮਾਡਰਨ ਮਾਰਕੀਟਿੰਗ ਆ ਉਹਦੇ ਬਾਰੇ ਉਹ ਜਾਣਦੇ ਆ ਸੋ ਸਾਡਾ ਅੱਜ ਦਾ ਵੀ ਇੱਥੇ ਆਉਣ ਦਾ ਮਕਸਦ ਇਹੀ ਸੀਗਾ ਕਿ ਅਸੀਂ ਇਹ ਸੁਨੇਹਾ ਘਰ ਘਰ ਪਹੁੰਚਾ ਦਈਏ ਤੇ ਉੱਥੋਂ ਜਿਹੜੇ ਵਧੀਆ ਤੋਂ ਵਧੀਆ ਸੁਝਾਅ ਸਾਨੂੰ ਆਉਣ ਤੇ ਕਿਹੜੇ-ਕਿਹੜੇ ਤਰੀਕੇ ਨਾਲ ਹੋਰ ਪਤਾ ਨਹੀਂ ਇਕੱਲਾ ਹੋ ਸਕਦਾ ਸਾਨੂੰ ਦੋ ਦਿਨਾਂ ਰਾਹਾਂ ਦਾ ਪਤਾ ਹੋਵੇ ਅਸੀਂ ਕੀ-ਕੀ ਇਕੱਠਾ ਕਰਨਾ ਆ ਪਰ ਸਾਨੂੰ ਕੋਈ ਹੋਰ ਵਧੀਆ ਰੋਸ਼ਨ ਦਿਮਾਗ ਸਾਨੂੰ ਆਈਡੀਆ ਹੋਰ ਦੇ ਦੇਣ ਕੋਈ ਵੀ ਆਹ ਚੀਜ਼ ਵੀ ਕੀਤੀ ਜਾ ਸਕਦੀ ਆ ਸੋ ਉਸ ਕਰਕੇ ਹਜੇ ਅਸੀਂ ਜਿਹੜਾ ਉਹ ਵੀ ਕੋਈ ਵੀ ਟੀਚਾ ਹਜੇ ਨਹੀਂ ਮਿਥਿਆ ਪਰ ਲੋੜ ਜ਼ਰੂਰ ਬਹੁਤ ਹੈਗੀ ਆ ਨੇੜੇ ਜਾ ਕੇ ਕਰਾਂਗੇ ਪਰ ਅ ਅੱਜ ਅਸੀਂ ਜਿਹੜਾ ਸੁਨੇਹਾ ਹੀ ਪਹੁੰਚਾਉਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਇਸ ਲੈਵਲ ਤੇ ਸਾਡੀ ਜਿਹੜੀ ਗਰਨਰ ਫੂਡਬੈਕ ਪਹੁੰਚ ਚੁੱਕੀ ਆ ਇੰਨੇ 2000 ਤੋਂ 2500 ਪਰਿਵਾਰ ਹਰ ਮਹੀਨੇ ਲਿਜਾਰਿਆ ਗਰੋਸਰੀ ਸੋ ਹੁਣ ਪਰ ਪਰਿਵਾਰ ਦਾ ਤੁਸੀਂ ਖਰਚਾ ਲਾ ਲਓ ਹਰ ਇੱਕ ਬੰਦਾ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਹੋ ਗਈ ਆ ਸੋ ਉਹ ਜਿਹੜਾ ਬਜਟ ਆ ਉਹ ਉਹਦੀ ਕੋਈ ਹਜੇ ਮਿਥੀ ਨਹੀਂ ਆ ਸਕਦੀ ਸੀ ਮੈਂ ਜਿਹੜੀ ਆ ਸੋ ਦੱਸਾਂਗੇ ਜਰੂਰ ਪਰ ਅਸੀਂ ਸੁਝਾ ਲੈਣਾ ਚਾਹੁੰਦੇ ਆ ਕਿ ਨਾ ਦੋ ਤਿੰਨ ਚੀਜ਼ਾਂ ਤੋਂ ਇਲਾਵਾ ਪੈਸਿਆਂ ਤੋਂ ਇਲਾਵਾ ਗਰੋਸਰੀ ਤੋਂ ਇਲਾਵਾ ਕੋ ਹੋਰ ਰਿਸੋਰਸ ਵੀ ਬਣ ਸਕਦੇ ਜਿਹੜੇ 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 ਕੰਟੀਨਿਊ ਚੱਲਦੇ ਰਹਿਣ ਮਨਥਲੀ ਤੁਸੀਂ ਅਕਸਰ ਕੋਈ ਨਾ ਕੋਈ ਜਿਵੇਂ ਹੁਣ ਆਪਾਂ ਐਬਸਫੋਰਡ ਫੂਡ ਬੈਂਕ ਦੀ ਓਪਨਿੰਗ ਹੋਈ ਸੀ ਤੇ ਮੋਟਰਸਾਈਕਲ ਕੁਝ ਦੂਜੀ ਕਮਿਊਨਿਟੀ ਦੇ ਲੋਕਾਂ ਨੂੰ ਤੁਸੀਂ ਇਨਵਾਈਟ ਕੀਤਾ ਤੇ ਉਹਨਾਂ ਨੂੰ ਵੀ ਪਤਾ ਲੱਗਾ ਕਿ ਇੱਥੇ ਫੂਡ ਬੈਂਕ ਖੁੱਲੀ ਆ ਜੀ ਉਹ ਆ ਕੇ ਲੰਗਰ ਛੱਕ ਕੇ ਗਏ ਦੇਖ ਕੇ ਗਏ ਅੰਦਰ ਘੁੰਮ ਕੇ ਤੁਸੀਂ ਇਸ ਵਾਰ ਵੀ ਇਨਵਾਈਟ ਕਰ ਰਹੇ ਹੋ ਹੋਰਾਂ ਕਮਿਊਨਿਟੀਆਂ ਨੂੰ ਵੀ ਕਿਉਂਕਿ ਤੁਸੀਂ ਮੋਟਰਸਾਈਕਲ ਨਾਲ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਤੁਸੀਂ ਕਿਸੇ ਹੋਰ ਸੰਸਥਾ ਨੂੰ ਵੀ ਮਰਜ ਕਰ ਰਹੇ ਆ ਵੱਖ-ਵੱਖ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ ਕਿ ਉੱਥੇ ਆ ਕੇ ਉਹ ਆਪਣੇ ਸਟਾਲ ਲਾ ਕੇ ਜਾਂ ਆਪਣੇ ਟੇਬਲ ਲਾ ਕੇ ਉਹ ਆਪਣੇ ਤੌਰ ਦੇ ਉੱਤੇ ਵੀ ਇਸ ਦੀ ਪ੍ਰੋਮੋਸ਼ਨ ਕਰਨ ਚਾਹੁੰਦੇ ਆ ਕੰਮਗੇ ਜੀ ਔਰ ਇਸ ਵਾਰ ਦਾ ਸਾਡਾ ਆਈਡੀਆ ਕਿਉਂਕਿ ਹਜੇ ਸਟਾਰਟਿੰਗ ਪੁਆਇੰਟ ਤੇ ਆ ਉਹਦੇ ਨਾਲ ਜਿਹੜੀ ਲੋਕਲ ਪੁਲਿਸਿਜ਼ ਆ ਤੇ ਜਿਹੜੀਆਂ ਜਿੰਨੀਆਂ ਵੀ ਆਪਾਂ ਨੂੰ ਸਰਵਿਸ ਇੰਡਸਟਰੀ ਜਿੰਨੀਆਂ ਵੀ ਉਹਦੇ ਚ ਪੁਲਿਸ ਆ ਜਾਂਦੀ ਆ ਫਾਇਰ ਆ ਜਾਂਦਾ ਐਂਬੂਲੈਂਸ ਆ ਜਾਂਦੀ ਆ ਉਹਨਾਂ ਦੇ ادارے ਆਲਵੇਸ ਸਾਡੇ ਨਾਲ ਹੁੰਦੇ ਆ ਜਿਸ ਤਰ੍ਹਾਂ ਕੈਂਸਰ ਦੀ ਰਿਸਰਚ ਲਈ ਫੰਡਰੇਜ ਕਰਦੇ ਉਹ ਨਾਲ ਹੁੰਦੇ ਆ ਸੋ ਇਹ ਜਿਹੜਾ ਆਪਣਾ ਕੈਨੇਡਾ ਡੇ ਵਾਲਾ ਫੰਡਰੇਜ ਆ ਅਸੀਂ ਉਹਨਾਂ ਨੂੰ ਇਨਵੋਲਵ ਵੀ ਕਰਾਂਗੇ ਕਿਉਂਕਿ ਉਹ ਪਬਲਿਕ ਲੈਵਲ ਤੇ ਉਹਨਾਂ ਨੇ ਸਰਵ ਕਰਨਾ ਸਰੀ ਦੇ ਵਿੱਚ ਸੋ ਜਦੋਂ ਲੋਡ ਹੁੰਦੀ ਆ ਉਹ ਉਹਨਾਂ ਨੂੰ ਵੀ ਸਾਰੀ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਕਿੰਨੇ ਲੈਵਲ ਤੇ ਅਸੀਂ ਕਰ ਰਹੇ ਆ ਸਾਰਾ ਕੁਝ ਸੋ ਉਹਨਾਂ ਦੇ ਥਰੂ ਵੀ ਅਸੀਂ ਇਨਵੋਲਵਮੈਂਟ ਵੀ ਕਰਾਂਗੇ ਪਰ ਕੁਝ ਆਈਡੀਆ ਦੇ ਵਿੱਚੋਂ ਇੱਕ ਆਈਡੀਆ ਮੇਰਾ ਆਪਣਾ ਹੈਗਾ ਕਿ ਜਿੰਨਾ ਸਾਡਾ ਬਿਜ਼ਨਸ ਭਾਈਚਾਰਾ ਆ ਸੋ ਉਹ ਸਾਨੂੰ ਇੱਕ ਪੁਰਾਣਾ ਲੈਣਾ ਚਾਹੀਦਾ ਕਿ ਮੰਥਲੀ ਨਾ ਜਿੱਦਾਂ ਆਪਾਂ ਹੋਰ ਕਿਸ਼ਤਾਂ ਵੀ ਪੇ ਕਰਦੇ ਆ ਸੋ ਇਦਾਂ ਸਟੈਪ ਚੱਕ ਕੇ ਜਿਹੜੀ ਮੰਥਲੀ ਕਮਿਟਮੈਂਟ ਦੇ ਕੇ ਉਹ ਮਿਨੀਮਮ ਜਿਹੜਾ ਆ ਜਿੰਨਾ ਵੀ ਕੋਈ ਅਫੋਰਡ ਕਰ ਸਕਦਾ ਉਹ ਸ਼ੁਰੂਆਤ ਕੀਤੀ ਜਾਵੇ ਸਾਡੇ ਲੋਕਲ ਬਿਜ਼ਨਸ ਭਾਈਚਾਰੇ ਵਾਲੋਂ ਤੇ ਬਾਕੀ ਜਿਹੜੇ ਲਾਰਜ ਲੈਵਲ ਸਕੇਲ ਦੇ ਫੰਡ ਰੇਜ ਆ ਇਹ ਹਰ ਸਾਲ ਅਸੀਂ ਤਾਂ ਕਰਦੇ ਰਹਿਣਾ ਸੋ ਉਹ ਜਿਹੜਾ ਮੰਥਲੀ ਵਾਲਾ ਇੱਕ ਤਾਂ ਉਹ ਬਰਡਨ ਨਹੀਂ ਪੈਂਦਾ ਬਿਜ਼ਨਸ ਤੇ ਦੂਜਾ ਜਿਹੜੀ ਉਹਦੀ ਆ ਸਾਲ ਦੇ ਐਂਡ ਤੇ ਉਹ ਸਾਰੀ ਸਾਰੀ ਜਿਹੜੇ ਉਹਨਾਂ ਨੂੰ ਟੈਕਸ ਟਾਈਮ ਦੇ ਵਿੱਚ ਵੀ ਉਹਦੀ ਹੈਲਪ ਹੋ ਜਾਣੀ ਆ ਤੇ ਜਿਹੜਾ ਮੰਥਲੀ ਜਿੰਨਾ ਵੀ ਤੜਫੜ ਜਾਂਦਾ ਆ ਉਹਦੇ ਨਾਲ ਹਰ ਮਹੀਨੇ ਜਿਹੜੇ ਪਰਿਵਾਰਾਂ ਨੂੰ ਹੈਲਪ ਜਾ ਰਹੀ ਆ ਉਹ ਕੰਟੀਨਿਊ ਜਾਂਦੀ ਰਹਿਣੀ ਆ ਜੀ ਤੇ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਤੇ ਭਾਈ ਸਾਹਿਬ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਆਪਾਂ ਉਸ ਦਿਨ ਸੈਲੀਬ੍ਰੇਸ਼ਨਸ ਹੁੰਦੀਆਂ ਕਿਉਂਕਿ ਕੋਵਿਡ ਕਰਕੇ ਪਹਿਲਾਂ ਤੋਂ ਕੋਈ ਸੈਲੀਬ੍ਰੇਸ਼ਨ ਹੋਈ ਨਹੀਂ ਤੁਸੀਂ ਜਾਣਦੇ ਹੋ ਕਿ ਕਲੋਵਰ ਡੇਲ ਜਾਂ ਹੋਰਾਂ ਜਗ੍ਹਾ ਤੇ ਵੀ ਕੈਨੇਡਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੋ ਵੱਖ-ਵੱਖ ਜਗ੍ਹਾ ਦੇ ਉੱਤੇ ਪਾਰਕਾਂ ਦੇ ਵਿੱਚ ਲੋਕੀ ਹੋਰ ਕਮਿਊਨਿਟੀਆਂ ਮਨਾਉਂਦੀਆਂ ਸੋ ਆਪਾਂ ਉਸ ਦਿਨ ਕੁਝ ਹੋਰ ਵੀ ਉਲੀਕ ਰਹੇ ਆ ਜਿਵੇਂ ਮੰਨ ਲਓ ਪੁਲਿਸ ਦੀ ਗੱਲ ਕੀਤੀ ਆ RCMP ਦੀ ਜਾਂ ਅਸੀਂ ਫਾਇਰ ਡਿਪਾਰਟਮੈਂਟ ਦੀ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਦੇ ਵੀ ਬੂਥ ਲਾਏ ਜਾਣ ਤਾਂ ਕਿ ਸਾਡੀ ਜੰਗ ਜਨਰੇਸ਼ਨ ਜਿਹੜੀ ਇਸ ਪਾਸੇ ਜਾਣਾ ਚਾਹੁੰਦੀ ਕੋਈ ਪੁਲਿਸਿੰਗ ਚ ਜਾਣਾ ਚਾਹੁੰਦੀ ਕੋਈ ਫਾਇਰ ਫਾਈਟਰ ਬਣਨਾ ਚਾਹੁੰਦਾ ਉਹ ਵੀ ਆਪਣੀ ਇਨਫੋਰਮੇਸ਼ਨ ਲੈ ਸਕਣ ਛੋਟੇ ਬੱਚੇ ਅਨਕਰਜ ਹੋਣ ਉਹ ਉੱਥੇ ਜਾਣ ਇਹੋ ਜਿਹਾ ਵੀ ਕੁਝ ਨਾਲ ਉਲੀਕ ਰਹੇ ਬਿਲਕੁਲ ਜੀ ਬਿਲਕੁਲ ਜਿਵੇਂ ਕੈਨੇਡਾ ਡੇ ਦਾ ਮੇਲਾ ਹੁੰਦਾ ਹੀ ਆ ਵੈਸੇ ਅਸੀਂ ਇਸ ਨੂੰ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਵਿੱਚ ਖਾਣ ਪੀਣ ਦੇ ਸਟਾਲ ਵੀ ਹੋਣਗੇ ਜਿਵੇਂ ਇੱਕ ਮੀਲੇ ਦਾ ਮਾਹੌਲ ਉਹਨੂੰ ਕ੍ਰੀਏਟ ਕਰਨਾ ਚਾਹੁੰਦੇ ਆ ਔਰ ਉੱਥੇ ਬੱਕਰੇ-ਵੱਕਰੀ ਇਕੱਲਾ ਖਾਣ ਪੀਣ ਦਾ ਨਹੀਂ ਬੱਕਰੇ-ਵੱਕਰੇ ਬੂਥ ਹੋਣਗੇ ਇਨਫਰਮੇਸ਼ਨ ਵਾਸਤੇ ਉਹ ਉੱਥੋਂ ਇਨਫਰਮੇਸ਼ਨ ਵੀ ਲੈ ਸਕਣਗੇ ਔਰ ਇਹਨੂੰ ਅਸੀਂ ਪੂਰਾ ਵਧੀਆ ਤਰੀਕੇ ਨਾਲ ਇਹਨੂੰ ਆਰਗੇਨਾਈਜ਼ ਕਰਨ ਦਾ ਯਤਨ ਕਰ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਬਾਹਰਲੀਆਂ ਬੱਕਰੀਆਂ ਕਮਿਊਨਿਟੀਜ਼ ਵੀ ਦਿਸਣਗੀਆਂ ਕਿਉਂਕਿ ਤੁਹਾਨੂੰ ਪਤਾ ਪਿੱਛੇ ਆਪਣੇ ਜੂਸ ਕਮਿਊਨਿਟੀ ਆ ਜਾਂ ਕੁਝ ਫਾਈਨੈਂਸ਼ੀਅਲ ਜਿਹੜੀਆਂ ਇੰਸਟੀਟਿਊਸ਼ਨ ਹੈਗੀਆਂ ਆਪਣੇ ਬੈਂਕਾਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਇਹਦੇ ਵਿੱਚ ਇਨਵੋਲਵ ਹੋਈਆਂ ਸਾਡੇ ਨਾਲ ਫੂਡ ਬੈਂਕ ਦੇ ਵਿੱਚ ਸੋ ਅਸੀਂ ਸਾਰਿਆਂ ਨੂੰ ਉਹਦੇ ਵਿੱਚ ਐਨਕਰਾਜ ਕਰਾਂਗੇ ਸਾਰਿਆਂ ਨੂੰ ਇਨਵੀਟੇਸ਼ਨ ਵੀ ਦੇਵਾਂਗੇ ਉਹਦੇ ਵਿੱਚ ਆਉਣ ਲਈ ਤਾਂ ਕਿ ਇੱਕ ਵਧੀਆ ਤਰੀਕੇ ਨਾਲ ਇੱਕ ਮਾਹੌਲ ਬਣੇ ਤੇ ਜਿਹਦੇ ਵਿੱਚ ਅਸੀਂ ਦੋ ਕੰਮ ਸਾਡੇ ਹੋਣ ਇੱਕ ਤੇ ਜਿਹੜਾ ਸਾਡਾ ਵਾ ਸੇਵਾ ਦਾ ਜਿਹੜਾ ਆਪਣਾ ਕਨਸੈਪਟ ਆ ਉਹ ਪੂਰਾ ਕਰ ਸਕੇ ਫੂਡ ਬੈਂਕ ਵਾਸਤੇ ਤੇ ਦੂਸਰਾ ਇੱਕ ਮੇਲੇ ਵਾਲਾ ਮਾਹੌਲ ਵੀ ਉਦੋਂ ਨੂੰ ਬਣ ਸਕੇ ਜੀ ਤੇ ਅਕਸਰ ਦੇਖਿਆ ਜਾਵੇ ਜਿੱਦਾਂ ਹੁਣ ਫੂਡ ਬੈਂਕ ਹੈ ਮਰਜੀ ਜੀ ਕਿ ਫੂਡ ਬੈਂਕ ਨੇ ਆਪਣੇ ਬਾਕਸ ਰੱਖੇ ਹੁੰਦੇ ਆ ਕਿਸੇ ਗਰੋਸਰੀ ਸਟੋਰ ਚ ਜਿਵੇਂ ਸੁਪਰਸਟੋਰ ਹੋਇਆ ਜਾਂ ਸੇਵ 1 ਫੂਡ ਹੋਇਆ ਵੱਡੇ ਸਟੋਰਾਂ ਦੇ ਵਿੱਚ ਉਹਨਾਂ ਦੇ ਬਾਕਸ ਪਏ ਹੁੰਦੇ ਆ ਮੋੜੇ ਮੇਰੇ ਵਰਗਾ ਕੋਈ ਗਿਆ ਜਿਹਦੇ ਕੋਲ ਨਹੀਂ ਟਾਈਮ ਹੈਗਾ ਫੂਡ ਬੈਂਕ ਚ ਜਾ ਕੇ ਫੂਡ ਦੇਣ ਦਾ ਉਹ ਗਰੋਸਰੀ ਸਟੋਰ ਚੀਜ਼ੀ ਆ ਅਸੀਂ ਆਪਣੀ ਗਰੋਸਰੀ ਲੈਣ ਗਏ ਅਸੀਂ ਇੱਕ ਅੱਧਾ ਕੈਨ ਫੂਡ ਦਾ ਲਿਆ ਦੋ ਚੀਜ਼ਾਂ ਜਿੰਨੀਆਂ ਸਾਡੀ ਸਮਰਥਾ ਆ ਜੀ ਅਸੀਂ ਉਹ ਲੈ ਕੇ ਉਸ ਬਾਕਸ ਵਿੱਚ ਪਾ ਲੈਨੇ ਕਿ ਫੂਡ ਬੈਂਕ ਨੇ ਕੋਈ ਉਪਰਾਲਾ ਕੀਤਾ ਸਟੋਰਾਂ ਦੇ ਨਾਲ ਮਿਲ ਕੇ ਕਿ ਉੱਥੇ ਬਾਕਸ ਰੱਖੇ ਜਾਣ ਇਹੋ ਜਿਹੇ ਕਿਉਂਕਿ ਜੀ ਆਲਰੇਡੀ ਚਲੋ ਫਰੈਸ਼ਕੋ ਤੇ ਚੱਲ ਰਿਹਾ ਜੀ ਇਹ ਹਮ ਉਹਨਾਂ ਦਾ ਵੀ ਧੰਨਵਾਦ ਕਰਨਾ ਵੀ ਚਾਹੁੰਦੇ ਆ ਇੱਥੇ ਵੀ ਕਿ ਉਹਨਾਂ ਨੇ ਬਾਕਸ ਰੱਖੇ ਹੋਏ ਆ ਪਲੱਸ ਉਹਨਾਂ ਨੇ ਉਹ ਪੈਕੇਜ ਬਣਾ ਕੇ ਰੱਖ ਦਿੰਦੇ ਜਦੋਂ ਤੁਸੀਂ ਬਿੱਲ ਕਰਦੇ ਨਾ ਤੁਸੀਂ ਡੋਨੇਸ਼ਨ ਦੇਣੀ ਚਾਹੁੰਦੇ ਹੋ ਸੋ 10 ਡਾਲਰ ਦਾ ਪੈਕੇਜ ਹੁੰਦਾ ਉਹਦੇ ਥੋੜੇ ਥੋੜੇ ਚੀਜ਼ਾਂ ਉਹਨਾਂ ਨੇ ਜ਼ਰੂਰਤ ਤੇ ਪਾ ਕੇ ਰੱਖੀਆਂ ਹੁੰਦੀਆਂ ਸੋ ਉਹ ਵੀ ਕਾਫੀ ਆ ਜਾਂਦੇ ਆ ਪਲੱਸ ਜਿਹੜੀ ਫਿਰ ਉਦੋਂ ਉਲਾਵਾ ਜਿੰਨੀਆਂ ਵੱਡੀਆਂ ਹੋਲ ਸੇਲ ਸੰਸਥਾਵਾਂ ਹੈਗੀਆਂ ਸਾਡੇ ਪੰਜਾਬੀ ਗਰੋਸਰੀ ਦੀਆਂ ਜਿਨ੍ਹਾਂ ਚ ਗगन ਫੂਡਵੇਅਰ ਕਾ ਫੂਡ ਤੇਜਾ ਫੂਡ ਹੋਰ ਬਹੁਤ ਸਾਰੇ ਨਾਂ ਹੈਗੇ ਆ ਉਹ ਜਦੋਂ ਉਹਨਾਂ ਦੇ ਕੋਲ ਕੋਈ ਐਕਸਟਰਾ ਚੀਜ਼ ਵੀ ਹੁੰਦੀ ਆ ਪਲੱਸ ਜਦੋਂ ਉਹਨਾਂ ਨੂੰ ਫੋਨ ਕਰੋ ਉਹ ਵੀ ਬਹੁਤ ਸਾਰੀ ਜਿਹੜੀ ਗਰੋਸਰੀ ਭੇਜ ਦਿੰਦੇ ਆ ਸੋ ਇਹ ਕਿਉਂਕਿ ਹਜੇ 2 ਸਾਲ ਹੋਏ ਆ ਇਹ ਇਹ ਰਿਲੇਸ਼ਨ ਜਿਹੜੇ ਆ ਉਹ ਬਿਲਡ ਹੋ ਰਹੇ ਆ ਸੋ ਉਹਦੇ ਕਰਕੇ ਹੀ ਹੁਣ ਤੱਕ ਇਹ ممکن ਹੋ ਚੁੱਕਿਆ ਕਿ 2000 ਤੋਂ 2500 ਪਰਿਵਾਰ ਨੂੰ ਜਿਹੜੇ ਜਾ ਰਿਹਾ ਸੋ ਉਹ ਵੀ ਹੌਸਲਾ ਹੈਗਾ ਨਾਲ ਪਰ ਜਿਹੜੀਆਂ ਬਹੁਤ ਸਾਰੀ ਚੀਜ਼ਾਂ ਆ ਉਹ ਖਰੀਦਣੇ ਵੀ ਪੈਣੀਆਂ ਹੁਣ ਜਿੱਦਾਂ ਜਿਹੜਾ ਵੈਲਕਮ ਪੈਕੇਜ ਆ ਉਹਦੇ ਵਿੱਚ ਆਲਮੋਸਟ ਸਾਰੀਆਂ ਚੀਜ਼ਾਂ ਮੇਰੇ ਖਿਆਲ ਵਿੱਚ ਜੀ ਸਾਨੂੰ ਖਰੀਦਣੀਆਂ ਹੀ ਪੈਣਗੀਆਂ ਬਿਲਕੁਲ ਖਰੀਦਣੀਆਂ ਪੈਣਗੀਆਂ ਅੱਛਾ ਭਾਈ ਸਾਹਿਬ ਜੀ ਜਦੋਂ ਫੂਡ ਬੈਂਕ ਦੀ ਗੱਲ ਕਰਦੇ ਆਂ ਹਰ ਕਮਿਊਨਿਟੀ ਦਾ ਫੂਡ ਆ ਵੈਜੀਟੇਰੀਅਨ ਆ ਸਾਰਾ ਕੁਝ ਇਹ ਮੈਂ ਇੱਕ ਗੱਲ ਕਲੀਅਰ ਜ਼ਰੂਰ ਕਰ ਦਵਾਂ ਸਾਰੀਆਂ ਚੀਜ਼ਾਂ ਵੈਜੀਟੇਰੀਅਨ ਆ ਹਰ ਇੱਕ ਕਮਿਊਨਿਟੀ ਦਾ ਕੋਈ ਫਿਜੀਅਨ ਕਮਿਊਨਿਟੀ ਤੋਂ ਕੋਈ ਮੁਸਲਮ ਤੋਂ ਕੋਈ ਇਟਾਲੀਅਨ ਆ ਕੋਈ ਕਿਸੇ ਕਮਿਊਨਿਟੀ ਦਾ ਲੋਕ ਆ ਹਰ ਇੱਕ ਤਰ੍ਹਾਂ ਦਾ ਫੂਡ ਉੱਥੇ ਮਿਲਦਾ ਖਾਸ ਜਿਹੜਾ ਆ ਬੱਚਿਆਂ ਦਾ ਫੂਡ ਬੱਚਿਆਂ ਦੇ ਡਾਈਪਰਸ ਹਰ ਉਮਰ ਦੇ ਆ ਸੋ ਇਹ ਲੋਕੀ ਦੇ ਕੇ ਜਾਂਦੇ ਆ ਜਾਂ ਤੁਹਾਨੂੰ ਆਪ ਖਰੀਦਣੇ ਪੈਂਦੇ ਆ ਕਿਹੜੀਆਂ ਚੀਜ਼ਾਂ ਦੀ ਜ਼ਿਆਦਾ ਸ਼ਾਰਟੇਜ ਆਉਂਦੀ ਆ ਤੁਹਾਨੂੰ ਡੂਰਿੰਗ ਦਾ ਮੰਥ ਜਦੋਂ ਲੋਕੀ ਪਰਿਵਾਰ ਲੈਣ ਆਉਂਦੇ ਕਿਹੜੀਆਂ ਚੀਜ਼ਾਂ ਜ਼ਿਆਦਾ ਜਾਂਦੀਆਂ ਜਿਹੜੇ ਬਿਸਤਰੇ ਆ ਨਾ ਜਿਵੇਂ ਜਿਹਦਾ ਹੁਣ ਮੈਟ੍ਰਸ ਆ ਬਲੈਂਕਟ ਨੇ ਪਿੱਲੋਜ਼ ਨੇ ਬੈੱਡ ਸ਼ੀਟਸ ਨੇ ਉਹ ਤਾਂ ਸਾਰੀਆਂ ਸਾਨੂੰ ਮੋਲੇ ਲੈਣੀਆਂ ਪੈਂਦੀਆਂ ਜਿਵੇਂ ਬੈੱਡ ਸ਼ੀਟਸ ਆ ਅਸੀਂ ਇੱਕੋ ਵਾਰੀ ਕੰਟੇਨਰ ਦਾ ਕੰਟੇਨਰ ਇੰਡੀਆ ਤੋਂ ਮਗਾ ਲਿਆ ਸਗਾ ਜੀ ਇੱਕ ਵਾਰੀ ਥੋੜਾ ਜਿਹਾ ਹੱਲਾ ਮਾਰਿਆ ਤੇ ਇਸ ਤਰੀਕੇ ਨਾਲ ਜਿਹੜੇ ਮੈਟ੍ਰਸ ਆ ਉਹ ਵੀ ਨਾਲ ਦੀ ਨਾਲ ਅਸੀਂ ਇੱਥੋਂ ਹੀ ਬਾਏ ਕਰਦੇ ਆਂ ਬਾਕੀ ਜਿਹੜਾ ਗਰੋਸਰੀ ਵਿੱਚ ਆ ਉਹਦੇ ਵਿੱਚ ਸਾਨੂੰ ਜਿਹੜੀ ਆਲਵੇਜ਼ ਲੋਡ ਪੈਂਦੀ ਆ ਜਦੋਂ ਅਸੀਂ ਬੇਨਤੀ ਕਰਨੀ ਹੁੰਦੀ ਆ ਸਾਰਿਆਂ ਨੂੰ ਕਰਦੇ ਆਂ ਫੇਰ ਉਹਦੇ ਵਿੱਚ ਕਨੋਲਾ ਆਇਲ ਜਿਹੜਾ ਆ ਛੋਟੀ ਪੈਕੇਜ ਜਿਹੜੀ ਆ ਉਹਦੀ ਸ਼ਾਰਟੇਜ ਹਮੇਸ਼ਾ ਰਹਿੰਦੀ ਆ ਇੱਕ ਸਾਲਟ ਦੀ ਜਿਹੜਾ ਆਪਣਾ ਟੇਬਲ ਸਾल्ट ਹੁੰਦਾ ਹੈ ਤੇ ਛੋਟੀ ਜੀ ਚੀਜ਼ ਆ ਪਰ ਉਹਦੀ ਹਮੇਸ਼ਾ ਸਾਨੂੰ ਛੌਟੇਜ ਰਹਿੰਦੀ ਆ ਇੱਕ ਉਹਦੇ ਨਾਲ ਜਿਹੜਾ ਬੇਬੀ ਫੂਡ ਤੇ ਬੱਚਿਆਂ ਦੇ ਡਾਈਪਰ ਜਿਹੜੇ ਆ ਛੌਟੇਜ ਇਹਨਾਂ ਦੀ ਹਮੇਸ਼ਾ ਰਹਿੰਦੀ ਆ ਪਰ ਮੈਨੂੰ ਲੱਗਦਾ ਵੀ ਅੱਜ ਤੱਕ ਜਿਹੜਾ ਕਨੋਲਾ ਆਇਲ ਜਾਂ ਸਾਲਟ ਵਗੈਰਾ ਜਿਹੜੀ ਇਦਾਂ ਦੀਆਂ ਚੀਜ਼ਾਂ ਉਹ ਅਸੀਂ ਮੁੱਲ ਲਈਆਂ ਪਰ ਡਾਈਪਰ ਵਗੈਰਾ ਜਿਹੜੇ ਆ ਉਹ ਅਸੀਂ ਕਦੇ ਵੀ ਮੁੱਲੇ ਨਹੀਂ ਲਏ ਔਰ ਜਿਹੜੇ ਮਸਾਲਿਆਂ ਦੀ ਜਦੋਂ ਸਾਨੂੰ ਲੋੜ ਪੈਂਦੀ ਆ ਕਮੀ ਤੇ ਉਹਨਾਂ ਦੀ ਵੀ ਆਉਂਦੀ ਆ ਪਰ ਉਹ ਜਿਵੇਂ ਭਾਜੀ ਅਮਰਜੀਤ ਨੇ ਦੱਸਿਆ ਵਾ ਭਈ ਜਿਹੜੇ ਸਾਡੇ ਲੋਕਲ ਜਿਹੜੇ ਹੋਲ ਸੇਲਰ ਨੇ ਉਹ ਜਿਹੜੇ ਸਟੋਰਾਂ ਨੂੰ ਸਪਲਾਈ ਕਰਦੇ ਆ ਜਦੋਂ ਵੀ ਉਹਨਾਂ ਨੂੰ ਬੇਨਤੀ ਕਰੀਦੀ ਆ ਜਦੋਂ ਮਸਾਲੇ ਮੁੱਕਣ ਤੇ ਆਉਂਦੇ ਆ ਕੋਈ ਇਹਦੇ ਨੇ ਚੀਜ਼ਾਂ ਉਹ ਇੱਕ ਵਾਰੀ ਇੰਨਾ ਸਟਾਕ ਭਰ ਦਿੰਦੇ ਆ ਤੇ ਕਾਫੀ ਸਮੋਦਨਾ ਨਿਕਲ ਜਾਂਦਾ ਇੱਕ ਵਾਰੀ ਇੱਕ ਹੋਲਸੇਲ ਨੂੰ ਕਹ ਲਈ ਦਾ ਦੂਸਰੀ ਵਾਰੀ ਦੂਸਰੇ ਨੂੰ ਕਹ ਲਈ ਦਾ ਤੁਸੀਂ ਕਿਸੇ ਨੂੰ ਕਹ ਲਈ ਦਾ ਸੋ ਇਸ ਤਰੀਕੇ ਨਾਲ ਚੱਲੀ ਜਾਂਦਾ ਪਰ ਜਿਹੜੀਆਂ ਕੋਸ਼ਕ ਜਿਹੜਾ ਬੇਬੀ ਫੂਡ ਆ ਜਿਹੜੇ ਡਾਈਪਰ ਆ ਇੱਕ ਨੰਬਰ ਤੋਂ ਲੈ ਕੇ 3 4 ਨੰਬਰ ਤੱਕ ਉਹਨਾਂ ਦੀ ਕਾਫੀ ਲੋਡ ਪਈ ਰਹਿੰਦੀ ਆ ਤੇ ਕਨੋਲਾ ਆਇਲ ਆ ਸਾਲਟ ਨੇ ਮਸਾਲੇ ਆ ਇਹਨਾਂ ਦੀ ਸਾਨੂੰ ਕਾਫੀ ਲੋਡ ਜਿਹੜੀ ਰਹਿੰਦੀ ਆ ਜਿਹੜਾ ਸੰਗਤਾਂ ਗੁਰਦਰਾ ਸਾਹਿਬ ਜਿਹੜੀ ਗ੍ਰੋਸਰੀ ਲਿਆਉਂਦੀਆਂ ਆ ਉਹਦੇ ਵਿੱਚ ਆਟਾ ਖੰਡ ਚੌਲ ਜਿਹੜੀਆਂ ਇਹ ਚੀਜ਼ਾਂ ਨੇ ਇਹ ਤਕਰੀਬਨ ਸਾਡਾ ਨਾਲ-ਨਾਲ ਚੱਲੀ ਜਾਂਦਾ ਜਿਹੜੀਆਂ ਕਿਉਂਕਿ ਜਿਹੜਾ ਗੁਰਦੁਆਰੇ ਬਾਧੂ ਹੁੰਦਾ ਜਿਹਨੇ ਸੰਗਤਾਂ ਲੈ ਕੇ ਆਉਂਦੀਆਂ ਉਹ ਫੂਡ ਬੈਂਕ 'ਚ ਚੱਲ ਜਾਂਦਾ ਔਰ ਮੈਂ ਬਾਕੀ ਜਿੰਨੇ ਵੀ ਸੁਣ ਰਹੇ ਆ ਗੁਰਦੁਆਰਾ ਸਾਹਿਬਾਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਜੇ ਉਹਨਾਂ ਕੋਲ ਬਾਧੂ ਕੋਈ ਆਟਾ ਦਾਲ ਖੰਡ ਜਿਹੜੀ ਬਾਧੂ ਗ੍ਰੋਸਰੀ ਹੁੰਦੀ ਆ ਉਹ ਜੇ ਫੂਡ ਬੈਂਕ ਦੇ ਵਿੱਚ ਪਹੁੰਚਾਉਣ ਉਹ ਹੈਲਪ ਕਰਨ ਬਹੁਤ ਵਧੀਆ ਜੀ ਸਾਰੇ ਰਲ ਮਿਲ ਕੇ ਆਪਾਂ ਹਮਲਾ ਮਾਰ ਗਏ। ਅੱਛਾ ਅਮਰਜੀਤ ਭਾਜੀ ਜਦੋਂ ਅਸੀਂ ਗੱਲ ਕਰਦੇ ਆ ਕੈਨੇਡਾ ਡੇ ਤੇ ਅਸੀਂ ਹੱਲੇ ਟੀਚਾ ਤਾਂ ਨਹੀਂ ਮਿੱਥਿਆ ਅਸੀਂ ਚਾਹੁੰਦੇ ਆ ਕਿ ਸੰਗਤਾਂ ਡਿਸਾਈਡ ਕਰਨ ਸਾਡੀ ਨਵੀਂ ਜਨਰੇਸ਼ਨ ਡਿਸਾਈਡ ਕਰੇ ਕਿ ਸਾਨੂੰ ਕੀ ਟੀਚਾ ਮਿੱਥਣਾ ਚਾਹੀਦਾ। ਪਰ ਜਿਹੜੀਆਂ ਆਮ ਸੰਗਤਾਂ ਆ ਜਿਹੜੀਆਂ ਉੱਥੇ ਚੱਲ ਕੇ ਉਸ ਦਿਨ ਆਉਣਗੀਆਂ ਕਿ ਉਹ ਦਸਵੰਧ ਕੱਢਣ ਦੇ ਨਾਲ ਨਾਲ ਜੇ ਕੋਈ ਗਰੋਸਰੀ ਵੀ ਉਹ ਦੇਣੀ ਚਾਹੁੰਦੀਆਂ ਹੁਣ ਉਹ ਕਿਹੜੀਆਂ ਚੀਜ਼ਾਂ ਹਾਈ ਡਿਮਾਂਡਸ ਹੈਗੀਆਂ ਜਿਵੇਂ ਤੁਸੀਂ ਦੱਸਿਆ ਕਨੋਲਾ ਆਇਲ ਆ ਮਸਾਲੇ ਆ ਡਾਈਪਰਸ ਆ ਇਸ ਤੋਂ ਇਲਾਵਾ ਕੋਈ ਕਈ ਹੁੰਦੇ ਆ ਕਿ ਆਪ ਨਹੀਂ ਆਉਣਾ ਚਾਹੁੰਦੇ ਉਹ ਕਿਸੇ ਸਟੋਰ ਤੇ ਆਰਡਰ ਕਰ ਦਿੰਦੇ ਆ ਸੋ ਕੋਈ ਹੈ ਸਟੋਰ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਆ ਜਿੱਥੇ ਉਹ ਆਪਣਾ ਜਾ ਕੇ ਜਮਾ ਕਰਾ ਕੇ ਦੱਸ ਸਕਦੇ ਵੀ ਇੰਨੇ ਪੈਸੇ ਇਸ ਪਰਿਵਾਰਾ ਲੋ ਆ ਗਏ ਅਸੀਂ ਉੱਥੇ ਦੇ ਦੇ ਦਿੰਨੇ ਆ ਉੱਥੋਂ ਜਿਹੜੀਆਂ ਤੁਹਾਨੂੰ ਜ਼ਰੂਰਤ ਦੀਆਂ ਚੀਜ਼ਾਂ ਆ ਉਹ ਫੂਡ ਬੈਂਕ ਮੰਗਵਾ ਲਵੇ ਇਹੋ ਜਿਹਾ ਉਹ ਕਰ ਸਕਦੇ ਆ ਕੁਝ ਬਿਲਕੁਲ ਜੀ ਤੇ ਕੰਮ ਚੱਲ ਰਿਹਾ ਕਿਉਂਕਿ ਅਸੀਂ ਜਦੋਂ ਫਿਰ ਇਹ ਗੱਲ ਆਉਣੀ ਹੈ ਇਹਦੇ ਚ ਕਾਫੀ ਪੇਪਰ ਵਰਕ ਵੀ ਕਰਨਾ ਪੈਣਾ ਔਰ ਕੁਛ ਜਿਹੜੇ ਸਟੋਰ ਆ ਉਹਨਾਂ ਨੇ ਅਪਰੋਚ ਕੀਤੀ ਵੀ ਆ ਸੋ ਉਹ ਵੀ ਕਰ ਦਵਾਂਗੇ ਤੇ ਨਾਲ ਜਿਹੜੀ ਅਗਲਾ ਸਟੈਪ ਸਾਡਾ ਹੁਣ ਜਦੋਂ ਕਰਾਂਗੇ ਇਹ ਫੰਡ ਰੇਜ ਉਹਦੇ ਵਿੱਚ ਇਹ ਹੋਊਗਾ ਕਿ ਜਿਹੜੇ ਹੋਲ ਸੇਲਰ ਹੈਗੇ ਆ ਜਿਹੜੇ ਇੰਪੋਰਟ ਕਰਦੇ ਸਾਰਾ ਸਮਾਨ ਸੋ ਉਹਨਾਂ ਤੋਂ ਪੈਕਿੰਗ ਉਸ ਹਿਸਾਬ ਨਾਲ ਕਰਵਾ ਕੇ ਜਿਹੜਾ ਕਨਟੇਨਰ ਦੇ ਕਨਟੇਨਰ ਉਹ ਮੰਗਵਾਏ ਜਾਣ ਤੇ ਸਟੋਰਾਂ ਤੇ ਫਿਰ ਜਿਹੜੀ ਉਹ ਜਦੋਂ ਉਪਲਬਧ ਹੋ ਜਾਣ ਜਾਂ ਹੋਲ ਸੇਲ ਜਿਹੜੇ ਵੱਡੇ ਸਟੋਰ ਹੈਗੇ ਇਥੇ ਉਨਾ ਤੇਜ ਜਿਸ ਤਰ੍ਹਾਂ ਮੈਂ ਦੱਸਿਆ ਚਲੋ ਫ੍ਰੈਸ਼ ਕਰਦੇ ਹੁਣ ਬਾਕਸ ਪਾਏ ਆ ਤੇ ਉਥੇ ਇਹ ਆਪਸ਼ਨ ਅਵੇਲੇਬਲ ਹੋਣੀ ਹੋਊਗੀ ਕਿ ਉਹ ਇਹ ਕਰ ਦੇਣ ਤੇ ਉਹ ਥੋੜਾ ਜਿਹਾ ਪੈਕੇਜ ਆ ਉਹਦੇ ਵਿੱਚ ਇਹੋ ਚੀਜ਼ਾਂ ਜਿਹੜੀ ਜ਼ਰੂਰੀ ਸਾਨੂੰ ਚਾਹੀਦੀਆਂ ਉਹ ਸਟੋਰ ਵਾਲੇ ਸਾਨੂੰ ਭੇਜ ਦੇਣ ਜੀ ਤੇ ਭਾਈ ਸਾਹਿਬ ਜੀ ਇੱਕ ਮੈਂ ਤੁਹਾਡੇ ਤੋਂ ਜ਼ਰੂਰ ਗੱਲ ਜਾਨਣਾ ਚਾਹੂੰਗੀ ਸਾਡੇ ਬਹੁਤ ਸਾਰੇ ਬਿਜ਼ਨਸ ਹੈ ਜਿਵੇਂ ਕੱਪੜੇ ਦੇ ਆ ਜਾਂ ਰੈਸਟੋਰੈਂਟ ਆ ਜਾਂ ਹੋਰ ਆ ਗਰੋਸਰੀ ਤੋਂ ਇਲਾਵਾ ਕੀ ਜੇ ਉਹ ਸਟੋਰਾਂ ਦੇ ਕੋਈ ਤੁਹਾਡੇ ਤੱਕ ਆ ਕੇ ਅਪਰੋਚ ਕਰਨ ਕਿ ਤੁਸੀਂ ਕੋਈ ਆਪਣਾ ਬਾਕਸ ਜਾਂ ਕੁਛ ਇਦਾਂ ਦਾ ਜਾਂ ਕੋਈ ਡੋਨੇਸ਼ਨ ਬਾਕਸ ਰੱਖਣਾ ਚਾਹੁੰਦੇ ਆ ਫੂਡ ਬੈਂਕ ਦਾ ਜਾਂ ਉਹ ਆਪਣੇ ਸਟੋਰ ਤੇ ਰੱਖਣਾ ਕਿਉਂਕਿ ਅਕਸਰ ਹੁੰਦਾ ਕਈ ਵਾਰ ਅਸੀਂ ਕਿਤੇ ਗਰੋਸਰੀ ਸ਼ਾਪਿੰਗ ਕਰਨ ਗਏ ਜਾਂ ਕੋਈ ਕੱਪੜਿਆਂ ਦੀ ਸ਼ਾਪਿੰਗ ਕਰਨ ਗਏ ਤੇ ਲੋਕਾਂ ਨੂੰ ਪਤਾ ਵੀ ਲੱਗਦਾ ਕਿ ਇਹ ਫੂਡ ਬੈਂਕ ਲਈ ਹੋ ਰਿਹਾ ڈالر 2 ڈالر ਲੋਕੀ ਪਾ ਦਿੰਦੇ ਆ ਅਕਸਰ ਇੰਨਾ ਕੋਈ ਵੱਡਾ ਕੰਮ ਨਹੀਂ ਉਹ ਸਮਝਦੇ ਸੋ ਜੇ ਕੋਈ ਚਾਹੇ ਆਪਣੇ ਸਟੋਰ ਤੇ ਰੱਖਣਾ ਹੈ ਇਹੋ ਜਿਹਾ ਕੁਝ ਕਰਾਉਣਾ ਤੇ ਉਹਦੇ ਲਈ ਤੁਸੀਂ ਕੁਝ ਇਦਾਂ ਪਲਾਨ ਕੀਤੇ ਹੈਗੇ ਬਿਲਕੁਲ ਜੀ ਤੁਹਾਡਾ ਪ੍ਰੋਗਰਾਮ ਦਾ ਨਾਮ ਵੀ ਬਿਜ਼ਨਸ ਕਨੈਕਟ ਆ ਇਹ ਮੈਨੂੰ ਲੱਗਦਾ ਭਈ ਇਹ ਕਾਫੀ ਬਿਜ਼ਨਸਮੈਨ ਜਿਹੜੇ ਇਹਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਅਸੀਂ ਆਲਰੇਡੀ ਗੋਲਕਾਂ ਜਿਹੜੀਆਂ ਸਗੀਆਂ ਇਹ ਛੋਟੇ ਛੋਟੇ ਬਾਕਸ ਆ ਉਹ ਉਹ ਅਸੀਂ ਆਰਡਰ ਕੀਤੇ ਸੀ ਤੇ ਕਾ ਬਹੁਤ سارے ਬਾਕਸ ਉਹ ਸਾਡੇ ਕੋਲ ਆਲਰੇਡੀ ਪਹੁੰਚ ਗਏ ਆ ਫੂਡ ਬੈਂਕ ਦੇ ਵਿੱਚ ਸਾਡੇ ਕੋਲ ਪਏ ਆ ਸੋ ਅਸੀਂ ਬੇਨਤੀ ਕਰਨੀ ਚਾਹਾਂਗੇ ਕਿ ਅਸੀਂ ਆਪ ਵੀ ਇਹ ਪ੍ਰੋਗਰਾਮ ਬਣਾ ਰਹੇ ਆ ਵੀ ਉਹਨਾਂ ਬਿਜ਼ਨਸਮੈਨ ਦੇ ਕੋਲ ਪਹੁੰਚ ਕੀਤੀ ਜਾਵੇ ਆਪ ਜਾ ਕੇ ਵੀ ਜੇ ਕੋਈ ਰੱਖਣਾ ਚਾਹੁੰਦੇ ਆ ਬਾਕਸ ਸਾਨੂੰ ਅਲਾਉ ਕਰ ਤੇ ਅਸੀਂ ਉੱਥੇ ਆਪਣਾ ਬਾਕਸ ਉਹ ਰੱਖ ਸਕਦੇ ਆ ਪਰ ਜੇ ਇਹ ਹੋਰ ਵਧੀਆ ਹੋਊਗਾ ਇੱਕ ਸਾਡੀ ਕਮਿਊਨਿਟੀ ਲਈ ਇੱਕ ਮਾਣ ਵਾਲੀ ਗੱਲ ਆ ਜਿਹੜੇ ਬਿਜ਼ਨਸਮੈਨ ਜੇ ਸਾਨੂੰ ਆਪ ਅਪਰੋਚ ਕਰਨ ਭਈ ਆ ਸਾਡਾ ਬਿਜ਼ਨਸ ਆ ਜੇ ਇੱਥੇ ਤੁਸੀਂ ਆਪਣੀ ਗੋਲਕ ਰੱਖ ਦੋ ਉਹਦੇ ਨਾਲ ਸਾਨੂੰ ਹੋਰ ਇੱਕ ਵੱਡੀ ਖੁਸ਼ੀ ਮਹਿਸੂਸ ਹੁੰਦੀ ਆ ਭਈ ਇਹ ਜਿਹੜਾ ਅਸੀਂ ਪ੍ਰੋਗਰਾਮ ਚੱਲ ਰਿਹਾ ਵਾ ਉਹਦੇ ਵਿੱਚ ਜਿਹੜੀ ਕਮਿਊਨਿਟੀ ਆ ਕਿਵੇਂ ਐਪਰੀਸ਼ੀਏਟ ਕਰ ਰਹੀ ਆ ਕਿਵੇਂ ਉਹਨੂੰ ਸਪੋਰਟ ਕਰ ਰਹੀ ਆ ਕੀ ਉਸ ਐ ਪ੍ਰੋਗਰਾਮ ਲਈ ਲੋਕਾਂ ਦੇ ਮਨਾਂ 'ਚ ਕੀ ਆ ਅਸੀਂ ਉਹ ਕਾਫੀ ਸਾਰੀਆਂ ਜਿਹੜੀਆਂ ਗੋਲਕਸ ਨੇ ਉਹ ਆਰਡਰ ਕੀਤੀਆਂ ਸੀ ਉਹ ਸਾਡੇ ਕੋਲ ਆ ਗਈਆਂ ਹੋਈਆਂ ਤੇ ਹੁਣ ਅਸੀਂ ਬਸ ਉਹ ਸਟੈਪ ਅਗਲਾ ਇਹੀ ਆ ਵੀ ਜਿਹੜਾ ਉਹਨਾਂ ਨੂੰ ਸਟੋਰਾਂ ਤੇ ਜਿਹੜਾ ਵੀ ਚਾਹੁੰਦਾ ਵਾ ਉਹਦੇ ਸਟੋਰ ਤੇ ਅਸੀਂ ਇਹ ਰੱਖ ਸਕੀਏ ਜਿਹੜਾ ਆਪਣੇ ਅੰਦਰੋਂ ਖੁਸ਼ੀ ਫੀਲ ਕਰਦਾ ਹੋਵੇ ਬਿਹਾਾ ਇਹ ਇਥੇ ਰੱਖਿਆ ਹੋਵੇ ਤਾਂ ਕੋਈ ਸੇਵਾ ਵਿੱਚ ਪਾ ਸਕਦਾ ਤੇ ਸਾਡੇ ਬਿਜ਼ਨਸ ਨੂੰ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆ ਸਕਦੀ ਸਮਾਂ ਵਧੀਆ ਵਾ ਤੇ ਜੇ ਕੋਈ ਵੀ ਬਿਜ਼ਨਸਮੈਨ ਉਹ ਸਾਨੂੰ ਅਪਰੋਚ ਕਰੇ ਤੇ ਸਾਡੇ ਕੋਲ ਗੋਲਕਾਂ ਤਿਆਰ ਆ ਹੁਣੇ ਅਪਰੂਚ ਕਰੇ ਤਾਂ ਅਸੀਂ ਹੁਣੇ ਭੇਜ ਸਕਦੇ ਜੀ ਤੇ ਦੂਜੀ ਗੱਲ ਮੈਂ ਇੱਕ ਹੋਰ ਅਮਰਜੀਤ ਭਾਜੀ ਮੇਰੇ ਮੇਰੇ ਜਨ ਦੇ ਵਿੱਚ ਆਈ ਕਹਿੰਦੇ ਜਦੋਂ ਆਪਾਂ ਕਮਿਊਨਿਟੀ ਦੇ ਲੈ ਕੋਈ ਸੋਚਦੇ ਆਪਾਂ ਹਮੇਸ਼ਾ ਆਪਣੀ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਜਿਆਦਾ ਨਾਲ ਜੋੜਨ ਦੀ ਗੱਲ ਕਰਦੇ ਆ ਸੋ ਹੁਣ ਸਮਰ ਆ ਰਹੀ ਹੈਗੀ ਆ ਬੱਚੇ ਛੋਟੇ ਛੋਟੇ ਉਪਰਾਲੇ ਕਰਦੇ ਰਹਿੰਦੇ ਆ ਸੋ ਅਸੀਂ ਇਹ ਵੀ ਪੇਰੈਂਟਸ ਨੂੰ ਕਹਾਂਗੇ ਜਾਂ ਜਿਹੜੇ ਸਕੂਲ ਆ ਜਾਂ ਜਿਹੜੀਆਂ ਕੋਈ ਛੋਟੀਆਂ ਸੰਸਥਾਵਾਂ ਆ ਕਿ ਜੇ ਉਹ ਖਾਸ ਤੌਰ ਤੇ ਜੁਲਾਈ ਦੇ ਜੁਲਾਈ ਦੇ ਜੁਲਾਈ ਤੋਂ ਪਹਿਲਾਂ ਜੂਨ ਦੇ ਵਿੱਚ ਉਹ ਚਾਹੁੰਦੇ ਹੈਗੇ ਆ ਉਹ ਬੱਚਿਆਂ ਨੂੰ ਲੈ ਕੇ ਕਿਤੇ ਕਾਰਵਾਸ਼ ਜਾਂ ਕੋਈ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਛੋਟਾ ਜਿਹਾ ਜਾਂ ਚਾਕਲੇਟ ਵੇਚਣੀ ਆ ਇਹੋ ਜਿਹਾ ਕੋਈ ਨਾ ਕੋਈ ਉਪਰਾਲਾ ਛੋਟਾ ਜਿਹਾ ਕਰਕੇ ਵੀ ਜੇ ਕੋਈ ਚਾਹੁੰਦਾ ਹੋਵੇ ਫੂਡ ਬੈਂਕ ਦੇ ਨਾਲ ਜੁੜਨਾ ਤੇ ਉਹ ਫਿਰ ਤੁਹਾਡੇ ਤੋਂ ਪਰਮਿਸ਼ਨ ਇਦਾਂ ਦੀ ਲਈ ਜਾ ਸਕਦੀ ਹੈ ਜੇ ਕੋਈ ਪਰਿਵਾਰ ਇਦਾਂ ਦੀ ਸੇਵਾ ਬੱਚੇ ਕਰਨਾ ਚਾਹੁੰਦੇ ਹੋਣ ਜਾਂ ਕੋਈ ਸਕੂਲ ਕਰਨਾ ਚਾਹੁੰਦਾ ਹੋਵੇ ਬਿਲਕੁਲ ਜੀ ਕਿਉਂਕਿ ਅਸੀਂ ਜਦੋਂ ਸਕੂਲ ਸਾਡੇ ਤੋਂ ਹੈਲਪ ਲੈਂਦੇ ਆ ਅਸੀਂ ਕਦੇ ਵੀ ਪਿੱਛੇ ਨਹੀਂ ਹਟੇ ਮੇਨ ਲੱਗਦਾ ਐਸੇ ਵਿਸਾਖੀ ਤੇ ਐਸ ਨਹੀਂ ਹਰ ਇੱਕ ਵਿਸਾਖੀ ਤੇ ਕਿਉਂਕਿ ਆ ਜਿਹੜੀ ਵਿਸਾਖੀ ਹੋਣ ਆਈ ਐ ਤਿੰਨ ਸਾਲ ਬਾਅਦ ਫੇਰ ਉਸੇ ਰੰਗ ਦੇ ਵਿੱਚ ਲੋਕਾਂ ਨੇ ਮਨਾਈ ਆ ਤਕਰੀਬਨ ਮਨ ਲੱਗਦਾ ਤਿੰਨ ਚਾਰ ਸਕੂਲਾਂ ਦੇ ਵਿੱਚ ਐਟ ਲੀਸਟ 2.5 ਤੋਂ 3000 ਬੱਚੇ ਦਾ ਫੂਡ ਜਿਹੜਾ ਅਸੀਂ ਵਿਸਾਖੀ ਤੇ ਲੰਗਰ ਬਣਾ ਬਣਾ ਕੇ ਉਹਨਾਂ ਨੂੰ ਪ੍ਰੋਵਾਈਡ ਕੀਤੇ ਆ ਤੇ ਇਹਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਗੱਲ ਦੱਸਦੇ ਆਂ ਤੇ ਸਕੂਲਾਂ ਦਾ ਵੀ ਫਰਜ ਬਣਦਾ ਬਈ ਜਦੋਂ ਜੇ ਗੁਰੂ ਘਰਵਾ ਜਾਂ ਕਮਿਊਨਿਟੀ ਜਦੋਂ ਇਸ ਕੰਮਾਂ ਲਈ ਮੋਰੇ ਆਉਂਦੀ ਹੈ ਹੈਲਪ ਕਰਦੀ ਆ ਤੇ ਉੱਥੇ ਫਿਰ ਉਹਨਾਂ ਦਾ ਵੀ ਫਰਜ ਬਣਦਾ ਬਈ ਉਹ ਕਮਿਊਨਿਟੀ ਦੇ ਨਾਲ ਕੁਝ ਬੈਕ ਬੱਚਿਆਂ ਨੂੰ ਉਹਦੇ ਵਿੱਚ ਇਨਵੋਲਵ ਕਰਕੇ ਉਹਨੂੰ ਬੈਕਮੂਨ ਦਾ ਵੀ ਫਰਜ ਬਣਦਾ ਤੇ ਅਸੀਂ ਆਲਰੇਡੀ ਉਹਨਾਂ ਨਾਲ ਇਹ ਅਪਰੋਚ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਕੂਲਾਂ ਨਾਲ ਹੋਰ ਸਾਰੇ ਪਾਸੇ ਅਪਰੂਵ ਜ਼ਰੂਰ ਕਰਾਂਗੇ ਜੀ ਜੀ ਕੀ ਮੈਸੇਜ ਹੋਊਗਾ ਤੁਹਾਡਾ ਮਜੀਤ ਜੀ ਜਾਣ ਤੋਂ ਪਹਿਲਾਂ ਸਾਡੇ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅ ਅ ਬਹਿ ਸਕੂਲਾਂ ਦੀ ਵੀ ਮੈਂ ਇੱਕ ਗੱਲ ਦੱਸਣੀ ਚਾਹਉਣਾ ਜਦੋਂ ਫਲੱਡ ਦਾ ਚੱਲ ਰਿਹਾ ਸੀਗਾ ਰਿਲੀਫ ਉਦੋਂ ਸਾਡੇ ਸਰੀ ਦੇ ਹਾਈ ਸਕੂਲਾਂ ਤੋਂ ਬੱਚਿਆਂ ਨੇ ਆਪਣੇ ਤੌਰ ਤੇ ਜਿਹੜਾ ਉਹ ਗਰੋਸਰੀ ਇਕੱਠੀ ਕਰਕੇ ਨਾ ਉਥੇ ਉਹ ਪਹੁੰਚਾਈ ਸੀ ਕਿ ਸਾਡੀ ਜੀ ਪੂਰੇ ਸਕੂਲ ਵੱਲੋਂ ਆਹ ਜਿੰਨਾ ਵੀ ਹੈਗਾ ਗਰੋਸਰੀ ਦਾ ਸਮਾਨ ਇਹ ਵੀ ਫਲੱਡ ਦੇ ਇਫੈਕਟਡ ਲੋਕਾਂ ਨੂੰ ਪਹੁੰਚਾਓ ਸੋ ਇਹ ਇਹਦੇ ਨਾਲ ਹੀ ਹੁਣ ਜਦੋਂ ਸਾਡੇ 2 ਸਾਲ ਪੂਰੇ ਹੋ ਜਾਣੇ ਆ ਬਾਕੀ ਸਕੂਲਾਂ ਦੇ ਵਿੱਚ ਅਸੀਂ ਅਪਰੋਚ ਕਰਕੇ ਇਹ ਉਹਨਾਂ ਨੂੰ ਲੈਟਰ ਭੇਜ ਸਕਦੇ ਆ ਕਿ ਤੁਸੀਂ ਸਾਲ ਦੇ ਵਿੱਚ ਇੱਕ ਜਾਂ ਦੋ ਵਾਰੀ ਜਿਹੜਾ ਫੂਡ ਬੈਂਕ ਲਈ ਜਿਹੜਾ ਫੰਡ ਰੇਜ ਆ ਬੱਚਿਆਂ ਦੇ ਥਰੂ ਕਰ ਸਕਦੇ ਆ ਸੋ ਉਹ ਅਗਲਾ ਸਟੈਪ ਹੋ ਜਾਣਾ ਜੀ ਇਦਾਂ ਹੀ ਜਿਹੜੇ ਰਿਸੋਰਸਸ ਮੈਂ ਦੱਸਿਆ ਤੁਹਾਨੂੰ ਪਹਿਲੇ ਸ਼ੁਰੂ ਤਾਂ ਇੱਕ ਦੋ ਤੋਂ ਕੀਤਾ ਬਹੁਤ ਸਾਰੀਆਂ ਗੱਲਾਂ ਚੋਂ ਗੱਲਾਂ ਜਦੋਂ ਨਿਕਲਦੀਆਂ ਤੇ ਇਹ ਨਾਲ ਦੀ ਨਾਲ ਆਪਣੀ ਅਗਲੀ ਜਨਰੇਸ਼ਨ ਨੂੰ ਵੀ ਜੋੜਿਆ ਜਾ ਸਕਦਾ ਤੇ ਉਹਨਾਂ ਦੇ ਵਿੱਚ ਜਿਹੜਾ ਗੁਰੂ ਨਾਨਕ ਦਾ ਫਲਸਫਾ ਜਿਹੜਾ ਆ ਉਹਦੀ ਕਲੋਈ ਪ੍ਰਚਾਰਿਆ ਵੀ ਜਾ ਸਕਦਾ ਤੇ ਉਹਦੇ ਵਿੱਚ ਕਿਸ ਤਰ੍ਹਾਂ ਸ਼ਮੂਲਿਤ ਕਰਨੀਆਂ ਕਿਸ ਤਰ੍ਹਾਂ ਉਹਦਾ ਹਿੱਸਾ ਬਣਨਾ ਉਹ ਵੀ ਦੱਸਿਆ ਜਾ ਸਕਦਾ ਸੋ ਬਹੁਤ ਵਧੀਆ ਹੈ ਵੀ ਤੁਹਾਡਾ ਜਿਹੜਾ ਸੁਝਾਅ ਤੁਹਾਡਾ ਵੀ ਸਗਾ ਜੀ ਵਧੀਆ ਜੀ ਭਾਈ ਸਾਹਿਬ ਜੀ ਜਰੂਰ ਸਾਡੀ ਇੱਕ ਹੋਪ ਸੇਵਾ ਸੁਸਾਇਟੀ ਦੀ ਰੈਲੀ ਆ ਰਹੀ ਹੈਗੀ 15 ਮਈ ਨੂੰ ਮੈਂ ਚਾਹੂੰਗੀ ਕਿ ਤੁਸੀਂ ਉੱਥੇ ਵੀ ਜਰੂਰ ਪਹੁੰਚਿਓ ਤੇ ਅਸੀਂ ਵੀ ਜਿੰਨੇ ਸਾਡੇ ਵੋਲੰਟੀਅਰ ਆ ਅਸੀਂ ਵੀ ਆਪਣੀ ਸੇਵਾ ਜਰੂਰ ਨਿਭਾਵਾਂਗੇ ਹੁਣ ਤੋਂ ਲੈ ਕੇ ਅਸੀਂ ਜਦੋਂ ਤੱਕ ਅਸੀਂ ਸੈਲੀਬ੍ਰੇਸ਼ਨਸ ਕਰਨੀਆਂ ਤੇ ਅਗਲੇ ਸਮੇਂ 'ਚ ਵੀ ਸਾਡੇ ਸਾਰੇ ਵੋਲੰਟੀਅਰ ਹਮੇਸ਼ਾ ਹੀ ਤਤਪਰ ਰਹਿਣਗੇ ਜੀ ਹਰੇਕ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦੇ ਲਈ ਕੀ ਮੈਸੇਜ ਹੋਊਗਾ ਕਮਿਊਨਿਟੀ ਨੂੰ ਮੈਂ ਇੱਕ ਜ਼ਰੂਰ ਕਹਿਣੀ ਚਾਹਾਂਗਾ ਜੀ ਇਹ ਸਾਰੀ ਖਾਸ ਤੌਰ ਤੇ ਜਿਹੜੀ ਸਿੱਖ ਕਮਿਊਨਿਟੀ ਸਾਡੇ ਜਿਹੜੀ ਸੁਣਦੇ ਆ ਮੈਂ ਹਰ ਵੇਲੇ ਇਹ ਗੱਲ ਕਹਿਣਾ ਹਮਾ ਆਪਾਂ ਹਰ ਚੰਗੇ ਕੰਮ ਦੇ ਵਿੱਚ ਹਰ ਕਮਿਊਨਿਟੀ ਨਾਲ ਸਾਥ ਦਿੰਨੇ ਆ ਜਿੱਥੇ ਵੀ ਆਪਾਂ ਨੂੰ ਪਤਾ ਵੀ ਆ ਕਿਸੇ ਚੰਗੀ ਕਾਰਜ ਵਾਸਤੇ ਕਰ ਰਹੇ ਆ ਚਾਹੇ ਆਪਾਂ ਇਹ ਰੂਪ ਰੰਗ ਜਾਤ ਪਾਤੋ ਪੁਰਾਠ ਕੇ ਕਰਦੇ ਆ ਪਰ ਗੁਰੂ ਨਾਨਕ ਫੂਡ ਦੇ ਵਿੱਚ ਕਿਉਂ ਸਾਨੂੰ ਜ਼ਰੂਰੀ ਆ দান ਕਰਨਾ ਕਿਉਂ ਸਾਨੂੰ ਜ਼ਰੂਰੀ ਆ ਫੂਡ ਬੈਂਕ ਨੂੰ ਹੋਰ ਉੱਪਰ ਲਿਜਾਣਾ ਗੁਰੂ ਨਾਨਕ ਫੂਡ ਬੈਂਕੇ ਨੂੰ ਇਹਦੇ ਵਿੱਚ ਦੋ ਮਕਸਦ ਨੇ ਇੱਕ ਤੇ ਜਿਹੜਾ ਅਸੀਂ ਆਪਣਾ ਗੁਰੂ ਨਾਨਕ ਨੇ ਸਾਨੂੰ ਫਾਸਲਾ ਦਿੱਤਾ দান ਕਰਨ ਦਾ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਦਾ ਉਹ ਤਾਂ ਅਸੀਂ ਕਰਦੇ ਹੀ ਰਹਿਣਾ ਇਹਦੇ ਨਾਲ ਇੱਕ ਹੋਰ ਆ ਵੀ ਜਿਹੜਾ ਅਸੀਂ দান ਕਰ ਰਹੇ ਆ ਜਿਹੜਾ ਅਸੀਂ ਫੂਡ ਬੈਂਕ ਦੇ ਵਿੱਚੋਂ ਲੂਕ ਜਿਹੜੀ ਹੈਲਪ ਲੈ ਰਹੇ ਆ ਗੁਰੂ ਨਾਨਕ ਦੇ ਨਾਮ ਨੂੰ ਅਸੀਂ ਦੁਨੀਆ ਦੇ ਕੋਨੇ-ਕੋਨੇ ਤੇ ਕਿੱਡਾ ਉੱਚਾ ਕਰ ਰਹੇ ਆ ਭਾਵੇਂ ਕਿ ਗੁਰਬਾਣੀ ਦਾ ਇਹ ਫਰਮਾਨ ਆ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਾ ਰਾਖੀ ਮੇਰੀ ਪਰ ਫੇਰ ਵੀ ਸਿੱਖ ਨੂੰ ਵੀ ਸਤਗੁਰ ਜੀ ਨੇ ਇਹ ਹੁਕਮ ਕੀਤਾ ਹੋਇਆ ਵੀ ਜੇ ਦਾ ਗੁਰੂ ਜਿੱਡਾ ਵੱਡਾ ਵਾ ਉਹ ਸਿੱਖ ਹੋਰ ਵੱਡਾ ਕਰਕੇ ਉਹਦੀ ਸਿਫਤ ਕਰੇ ਸਤਗੁਰ ਵੱਡਾ ਕਰ ਸਹਲਾਈ ਹੈ ਜਿਸ ਵਿੱਚ ਵੱਡੀਆਂ-ਵੜੀਆਂ ਜਿਹੜੇ ਸਤਗੁਰੂ ਚ ਵੱਡੀਆਂ ਵਡਿਆਈਆਂ ਸਿੱਖ ਨੂੰ ਹੋਰ ਵੱਡਾ ਕਰਕੇ ਉਹਦੀ ਸਿਫਤ ਸਲਾਹ ਕਰੇ ਸੋ ਅਸੀਂ ਉਸ ਨਾਂ ਨੂੰ ਵੀ ਵੱਡਾ ਕਰ ਰਹੇ ਹਾਂ ਇਹ ਦਾਨ ਦੇ ਕੇ ਗੁਰੂ ਨਾਨਕ ਫੂਡ ਬੈਕ ਦੇ ਵਿੱਚ ਜਿੱਥੇ ਲੋਕ ਹੈਲਪ ਲੈ ਰਹੇ ਆ ਉੱਥੇ ਗੁਰੂ ਨਾਨਕ ਦਾ ਨਾਮ ਵੱਡਾ ਹੋ ਰਿਹਾ ਔਰ ਕਿਵੇਂ ਗੁਰੂ ਨਾਨਕ ਦਾ ਨਾਮ ਵੱਡਾ ਹੋ ਰਿਹਾ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਅਮਰਜੀਤ ਹੁਣੇ ਬੈਠੇ ਆ ਜਿਹੜਾ ਅਸੀਂ ਹੜ੍ਹਾਂ ਦੇ ਵਿੱਚ ਫਲਡਿੰਗ ਦੇ ਵਿੱਚ ਜਿਹੜਾ ਕੰਮ ਕੀਤਾ ਨਾ ਮੈਂ ਜਿਹੜੇ ਤੁਸੀਂ ਸਕੂਲ ਦੀ ਗੱਲ ਕੀਤੀ ਸੀ ਵਿਕਟੋਰੀਆ ਤੋਂ ਇਹਨਾਂ ਨੂੰ ਪਤਾ ਚਿੱਠੀਆਂ ਜਿਹੜੀਆਂ ਆਈਆਂ ਛੋਟੇ ਛੋਟੇ ਬੱਚਿਆਂ ਨੇ ਔਰ ਜਿਵੇਂ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿਤੇ ਇੱਕ ਘੰਟਲਾ ਪ੍ਰੋਗਰਾਮ ਜਿਹੜਾ ਨਾ ਤੁਸੀਂ ਇਸ ਗੱਲ ਤੇ ਸਪੈਸ਼ਲ ਰੱਖਿਓ ਅਸੀਂ ਉਹ ਕਮਿਊਨਿਟੀ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਹੜੀ ਤੁਸੀਂ ਸੇਵਾ ਕੀਤੀ ਆ ਉਹਦੇ ਨਾਲ ਗੁਰੂ ਨਾਨਕ ਦਾ ਨਾਮ ਜਿਹੜਾ ਵਾ ਗੁਰੂ ਨਾਨਕ ਦੀਆਂ ਵਡਿਆਈਆਂ ਜਿਹੜੀਆਂ ਕਿੱਥੇ ਤੱਕ ਪਹੁੰਚੀਆਂ ਜਿਹੜੇ ਲੋਕ ਜਾਣਦੇ ਨਹੀਂ ਸੀ ਗੁਰੂ ਨਾਨਕ ਕੌਣ ਆ ਉੱਥੇ ਤੱਕ ਉਹ ਵਡਿਆਈਆਂ ਜਿਹੜੀਆਂ ਪਹੁੰਚੀਆਂ ਔਰ ਅਸੀਂ ਉਹ ਦਸਤਾਵੇਜ਼ ਜਿਹੜੇ ਆ ਲੋਕਾਂ ਨੇ ਭੇਜੇ ਹੋਏ ਉਹ ਇੱਥੇ ਲੈ ਕੇ ਆਵਾਂਗੇ ਤਾਂ ਸੰਗਤ ਨੂੰ ਉਹ ਦਿਖਾਵਾਂਗੇ ਵੀ ਜਿਹੜਾ ਤੁਹਾਡਾ ਕੀਤਾ ਹੋਇਆ ਦਾਨ ਜਾਂ ਇਹ ਜਿਹੜੇ ਕੀਤੇ ਹੋਏ ਆਪਣੇ ਉਪਰਾਲੇ ਆ ਇਹ ਸਿਕ ਕਮਿਊਨਿਟੀ ਨੂੰ ਕਿੱਥੇ ਤੱਕ ਉੱਪਰ ਲੈ ਕੇ ਗਏ ਜੀ ਬਿਲਕੁਲ ਜੀ ਅਸੀਂ ਚਾਹਾਂਗੇ ਆਉਣ ਵਾਲੇ ਸਮੇਂ 'ਚ ਜਰੂਰ ਅਸੀਂ ਪ੍ਰੋਗਰਾਮ ਲਿਖਾਂਗੇ ਤਾਂ ਕਿ ਅਸੀਂ ਸਾਰੇ ਸਾਡੇ ਪਰਿਵਾਰਾਂ ਨੂੰ ਦਿਖਾ ਸਕੀਏ ਪਰ ਅੱਜ ਤੱਕ ਅਸੀਂ ਸਮਾਂ ਦਿੱਤਾ ਔਰ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆਉਣ ਵਾਲੇ ਸਮੇਂ 'ਚ ਅਸੀਂ ਫੇਰ ਇਕੱਠੇ ਹੋਵਾਂਗੇ ਫੇਰ ਇਸ ਦੇ ਬਾਰੇ ਹੋਰ ਗੱਲਬਾਤ ਹੋਵੇਗੀ ਪਰ ਅੱਜ ਦੇ ਲਈ ਬਹੁਤ ਦਿਲੋਂ ਧੰਨਵਾਦ ਸ਼ੁਕਰੀਆ ਤੁਹਾਡਾ ਆਉਣ ਦੇ ਲਈ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸੰਝਾ ਟੀਵੀ ਜਿਹੜਾ ਕਮਿਊਨਿਟੀ ਦਾ ਟੀਵੀ ਆ ਤੇ ਕਮਿਊਨਿਟੀ ਦਾ ਕੋਈ ਵੀ ਜਿਹੜਾ ਕੰਮ ਹੁੰਦਾ ਹੈ ਤੇ ਜਿੱਥੇ ਬਾਬੇ ਨਾਨਕ ਦਾ ਨਾਂ ਆਉਂਦਾ ਉੱਥੇ ਸਾਡਾ ਫਰਜ਼ ਬਣਦਾ ਕਿ ਉਹਦੇ ਸਿਧਾਂਤਾਂ ਤੇ ਚੱਲੀਏ ਤੇ ਜਿੱਥੇ ਸਾਰੀ ਸਾਡੀ ਕੌਮ ਦਾ ਨਾਂ ਸਾਡੇ ਬਾਬੇ ਨਾਨਕ ਦਾ ਨਾਂ ਨਾਲ ਜੁੜਿਆ ਆ ਉਸ ਨੂੰ ਹੋਰ ਅੱਗੇ ਲੈ ਕੇ ਚੱਲੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਸਾਡੇ ਬੱਚੇ ਗੁਰ ਦਾਸ ਸਕਣ ਪ੍ਰਾਊਡਲੀ ਕਿ ਜਿਹੜੇ ਸਾਡੇ ਵੱਡੇ-ਵਡੇਰੇ ਸੀ ਉਹ ਕੀ ਕਰਦੇ ਸੀ ਉਹਨਾਂ ਨੂੰ ਉਹਨਾਂ ਰਾਹਾਂ ਤੇ ਚੱਲਣ ਦੀ ਮੱਤ ਦਈਏ ਸੋ ਹਮੇਸ਼ਾ ਹੀ ਕਿਰਤ ਕਰੀਏ ਨਾਮ ਜਪੀਏ ਤੇ ਵੰਡ ਕੇ ਛਕੀਏ ਸੋ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਬੱਚੇ ਕਿਸੇ ਸੰਸਥਾ ਨਾਲ ਜੁੜੇ ਆ ਜਾਂ ਤੁਹਾਡੇ ਬੱਚੇ ਇਸ ਪਾਸੇ ਆਉਣਾ ਚਾਹੁੰਦੇ ਆ ਸੇਵਾ ਭਾਵਨਾ ਵਾਲੇ ਆ ਵੌਲੰਟੀਅਰ ਕੰਮ ਕਰਨਾ ਚਾਹੁੰਦੇ ਆ ਤੇ ਜੁਲਾਈ ਕੈਨੇਡਾਡੇ ਵਾਲਾ ਦਿਨ ਸੇਵ ਕਰਕੇ ਰੱਖ ਲਓ ਦੁੱਖ ਨਵਨ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਰਿਵਾਰ ਦੇ ਨਾਲ ਪਹੁੰਚਿਓ ਜੇ ਤੁਸੀਂ ਹੁਣ ਤੋਂ ਬੱਚਿਆਂ ਦੇ ਨਾਲ ਸਕੂਲ ਦੇ ਨਾਲ ਤੁਸੀਂ ਕਿਸੇ ਇਹੋ ਜਿਹੇ ਬਿਜ਼ਨਸ ਦੇ ਨਾਲ ਜੁੜੇ ਹੋ ਕਿਸੇ ਤੁਸੀਂ ਫੈਕਟਰੀ 'ਚ ਕੰਮ ਕਰਦੇ ਹੋ ਤੁਸੀਂ ਇਕੱਠੇ ਹੋ ਕੇ ਸਾਰੇ ਜਿੰਨੇ ਕੰਮ ਕਰਦੇ ਆ ਤੁਸੀਂ ਦੂਜੇ ਭਾਈਚਾਰੇ ਨੂੰ ਦੱਸੋ ਫੂਡ ਬੈਂਕ ਬਾਰੇ ਤੇ ਸਾਰੇ ਹੀ ਆਪੋ ਆਪਣਾ ਦਸਵੰਧ ਕੱਢ ਕੇ ਉਸ ਦਿਨ ਉੱਥੇ ਪਹੁੰਚੋ ਆਪਣੀ ਪੂਰੀ ਟੀਮ ਵੱਲੋਂ ਆਪਣੇ ਜਿੰਨੇ ਵੀ ਕੰਮ ਕਰਦੇ ਆ ਉਹਨਾਂ ਵੱਲੋਂ ਆ ਕੇ ਉੱਥੇ ਦਸਵੰਧ ਪਾਓ ਤੇ ਨਾਲੇ ਉੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਹੋਰ ਇਨਫੋਰਮੇਸ਼ਨ ਦੇ ਦਿਆਂ ਹੋਪ ਸੇਵਾ ਸੁਸਾਇਟੀ ਵੱਲੋਂ ਬੇਅਰਕਰੀਕ ਪਾਰਕ ਦੇ ਵਿੱਚ 15 ਮਈ ਨੂੰ ਰੈਲੀ ਕੀਤੀ ਜਾ ਰਹੀ ਹੈ ਇਹ ਉਹਨਾਂ ਲੋਕਾਂ ਵੱਲੋਂ ਰੈਲੀ ਉਲੀਕੀ ਗਈ ਹੈ ਜਿਹੜੇ ਲੋਕ ਬੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਕੈਨੇਡਾ ਦੇ ਵਿੱਚ ਪਰ ਉਹਨਾਂ ਦੇ ਕੋਲ ਹਾਲੇ ਇੱਥੇ ਰਹਿਣ ਦੀਆਂ ਪੂਰੀਆਂ ਸਹੂਲਤਾਂ ਨਹੀਂ ਕੋਈ ਵਰਕ ਪਰਮਿਟ ਤੇ ਆ ਰਿਫਿਊਜ਼ੀ ਆ ਇੰਟਰਨੈਸ਼ਨਲ ਸਟੂਡੈਂਟਸ ਆ ਬਿਨਾ ਪੇਪਰਾਂ ਤੋਂ ਰਹਿ ਰਹੇ ਆ ਸਿਰਫ ਕੈਨੇਡਾ ਸਰਕਾਰ ਕੋਲੋਂ ਮੰਗ ਕਰ ਰਹੇ ਆ ਕਿ ਉਹਨਾਂ ਦੇ ਬਾਰੇ ਵੀ ਸੋਚਿਆ ਜਾਵੇ ਬੇਸ਼ੱਕ ਅਫਗਾਨਿਸਤਾਨ ਸੀਰੀਆ ਜਾਂ ਹੋਰਾਂ ਮੁਲਕਾਂ ਦੇ ਵਿੱਚ ਜਿੱਥੇ ਵੀ ਲੋਕੀ ਜਿੱਥੋਂ ਉੱਥੋਂ ਆ ਰਹੇ ਨੇ ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੂੰ ਵੀ ਕੈਨੇਡਾ ਜੀ ਆਇਆਂ ਕਰ ਰਿਹਾ ਮੋਸਟ ਵੈਲਕਮ ਕੈਨੇਡਾ ਦੇ ਵਿੱਚ ਸਾਰਿਆਂ ਨੂੰ ਪਰ ਜਿਹੜੇ ਬੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹੈਗੇ ਆ ਆਪਣੇ ਪਰਿਵਾਰਾਂ ਤੋਂ ਦੂਰ ਆ ਉਹ ਵੀ ਪੀਆਰ ਦੀ ਮੰਗ ਕਰ ਰਹੇ ਨੇ ਬਹੁਤ ਸਾਰੀਆਂ ਤੰਗੀਆਂ ਤਰੂਸ਼ੀਆਂ 'ਚ ਰਹਿ ਰਹੇ ਨੇ ਹਰ ਇੱਕ ਕਮਿਊਨਿਟੀ ਦੇ ਲੋਕ ਇਹਦੇ ਵਿੱਚ ਸ਼ਾਮਲ ਹੋਣਗੇ ਰੈਲੀ ਦੇ ਵਿੱਚ ਪਿਛਲੇ ਵਾਰੇ 5 ਸਪਟੈਂਬਰ ਨੂੰ ਹਾਲੈਂਡ ਪਾਰਕ ਦੇ ਵਿੱਚ ਰੈਲੀ ਹੋਈ ਸੀ ਤਕਰੀਬਨ 1000 ਕ ਲੋਕਾਂ ਦਾ ਉੱਤੇ ਇਕੱਠ ਹੋਇਆ ਸੀ ਇਸ ਵਾਰ ਜਿਹੜੀ ਬੇਅਰਕਰੀਕ ਪਾਰਕ ਦੇ ਵਿੱਚ ਰੱਖੀ ਗਈ ਆ 15 ਮਈ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਸਾਰੇ ਹੀ ਉੱਥੇ ਪਹੁੰਚ ਕੇ ਇਹਨਾਂ ਲੋਕਾਂ ਦਾ ਹੌਸਲਾ ਵਧਾਈਏ ਕਿ ਜਿੱਥੇ ਇੰਨਾ ਲੰਬਾ ਸਮਾਂ ਇਹ ਉਡੀਕ ਕਰਦੇ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹਨਾਂ ਦੀਆਂ ਸਰਕਾਰਾਂ ਸੁਣੇ ਤੇ ਇਹਨਾਂ ਨੂੰ ਵੀ ਪੀਆਰ ਕੀਤਾ ਜਾਵੇ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਾ ਫੀਡਬੈਕ ਜ਼ਰੂਰ ਦਿਓ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੁਹਾਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਬਾਰੇ ਕੈਨੇਡਾ ਡੇ ਦੇ ਬਾਰੇ ਤੇ ਤੁਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਹੁਣਾਂ ਨੂੰ ਫੋਨ ਕਰ ਸਕਦੇ ਹੋ ਜਾਂ ਤੁਸੀਂ A1 Sports ਤੇ ਅਮਰਜੀਤ ਕੜਵਾਲ ਹੁਣਾਂ ਨੂੰ ਮਿਲ ਸਕਦੇ ਹੋ ਤੇ ਜਾਂ ਫਿਰ ਤੁਸੀਂ ਸਾਂਝਾ ਟੀਵੀ ਤੋਂ ਫੋਨ ਕਰਕੇ ਇਹਨਾਂ ਦੇ ਕੰਟੈਕਟ ਨੰਬਰ ਸਾਡੇ ਤੋਂ ਲੈ ਸਕਦੇ ਹੋ ਕੱਲ ਫਿਰ ਤੁਹਾਨੂੰ ਮਿਲਾਂਗੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਗੱਲਾਂ ਹੋਣਗੀਆਂ ਇਮੀਗ੍ਰੇਸ਼ਨ ਦੀਆਂ ਕੋਈ ਵੀ ਤੁਹਾਡਾ ਇਮੀਗ੍ਰੇਸ਼ਨ ਦੇ ਰਿਲੇਟਡ ਸਵਾਲ ਆ ਤੇ ਤੁਸੀਂ ਆਪਣਾ ਸਵਾਲ ਸਾਹਮਣੇ ਰੱਖਿਓ ਤੇ ਕੱਲ ਪ੍ਰੋਗਰਾਮ ਦੇ ਵਿੱਚ ਲਾਈਵ ਉਹ ਸਾਨੂੰ ਸਵਾਲ ਤੁਸੀਂ ਕਰ ਸਕਦੇ ਹੋ ਤੁਹਾਨੂੰ ਜਵਾਬ ਦਿੱਤਾ ਜਾਵੇਗਾ ਸਾਂਝੀ ਗੱਲਬਾਤ ਵਿੱਚ ਤਦ ਤੱਕ ਰੱਖਿਓ ਖਿਆਲ ਦੇਖ ਰਿਹਾ ਸਾਰੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ